ਵੀ ਸੋਸ਼ਲ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਰੁਪਿੰਦਰ ਸੰਧੂ ਤਹਿ ਦਿਲੋਂ ਸਵਾਗਤ ਕਰਦੀ ਹਾਂ। ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਵੀ ਸੋਸ਼ਲ ਦੇ ਇਸ ਬੇਹੱਦ ਖਾਸ ਪ੍ਰੋਗਰਾਮ ਦਸਤਕ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਡਾਕਟਰ ਸਾਹਿਬ ਸਿੰਘ। ਪਿਛਲੇ ਤਕਰੀਬਨ 32 ਵਰੇ ਤੋਂ ਡਾਕਟਰ ਸਾਹਿਬ ਸਿੰਘ ਬਤੌਰ ਅਦਾਕਾਰ, ਨਿਰਦੇਸ਼ਕ ਅਤੇ ਉੱਘੇ ਨਾਟਕਕਾਰ ਦੇ ਤੌਰ 'ਤੇ ਇਸ ਖੇਤਰ ਦੇ ਵਿੱਚ ਵਿਚਰ ਰਹੇ ਨੇ ਅਤੇ ਉਹਨਾਂ ਦੇ ਕੰਮ ਨੂੰ ਇਸ ਖੇਤਰ ਦੇ ਵਿੱਚ ਬਹੁਤ ਜ਼ਿਆਦਾ ਸਲਾਹਿਆ ਜਾਂਦਾ ਹੈ। ਉਹਨਾਂ ਦਾ ਜਨਮ ਸੰਨ 1967 ਨੂੰ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਚੱਕ ਸਿੰਘਾਂ ਵਿਖੇ ਹੋਇਆ। ਉਹਨਾਂ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਇਸੇ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਪੂਰੀ ਕੀਤੀ। ਉਸ ਤੋਂ ਬਾਅਦ ਆਪਣੀ 10ਵੀਂ ਤੱਕ ਦੀ ਪੜ੍ਹਾਈ ਪਿੰਡ ਰੁੜਕੀ ਖਾਸ ਉਹਨਾਂ ਨੇ ਪੂਰੀ ਕੀਤੀ। ਆਪਣੀ ਅਗਲੇਰੀ ਪੜ੍ਹਾਈ ਲਈ BA MS ਦੀ ਡਿਗਰੀ ਕਰਨ ਲਈ ਉਹਨਾਂ ਨੇ ਚੰਡੀਗੜ੍ਹ ਸ਼ਹਿਰ ਦੇ ਵਿੱਚ ਆਣ ਕੇ ਦਾਖਲਾ ਲਿਆ, ਜਿੱਥੋਂ ਉਹਨਾਂ ਦਾ ਝੁਕਾਅ ਸੰਨ 1988 ਦੇ ਵਿੱਚ ਥੀਏਟਰ ਵੱਲ ਨੂੰ ਹੋ ਗਿਆ। ਆਪਣੇ ਪਹਿਲੇ ਹੀ ਪਲੇ ਵਿੱਚੋਂ ਬਤੌਰ ਅਦਾਕਾਰ ਇੰਡੀਵਿਜ਼ੁਅਲ ਬੈਸਟ ਆਰਟਿਸਟ ਮਿਲਣ ਤੋਂ ਬਾਅਦ ਉਹਨਾਂ ਦਾ ਇਹ ਝੁਕਾਅ ਉਹਨਾਂ ਦੇ ਸ਼ੌਂਕ ਦੇ ਵਿੱਚ ਤਬਦੀਲ ਹੋ ਗਿਆ ਅਤੇ ਉਹਨਾਂ ਨੇ ਆਤਮਜੀਤ ਹੁਣਾਂ ਨਾਲ ਅਤੇ ਗੁਰਸ਼ਰਨ ਭਾਜੀ ਹੁਣਾਂ ਨਾਲ ਲੰਮਾ ਸਮਾਂ ਇਸ ਖੇਤਰ ਦੇ ਵਿੱਚ ਇਸ ਖੇਤਰ ਦੀਆਂ ਬਰੀਕੀਆਂ ਨੂੰ ਜਾਣਦੇ ਹੋਏ ਇਸ ਖੇਤਰ ਦੇ ਵਿੱਚ ਗੁਜ਼ਾਰਿਆ। ਅੱਜ ਸਾਡੇ ਵਿਚਕਾਰ ਡਾਕਟਰ ਸਾਹਿਬ ਸਿੰਘ ਨੇ, ਗੱਲਾਂ ਕਰਾਂਗੇ ਉਹਨਾਂ ਦੇ ਸਾਹਿਤਕ ਜੀਵਨ ਦੀਆਂ, ਉਹਨਾਂ ਦੀ ਜ਼ਿੰਦਗੀ ਦੀਆਂ ਅਤੇ ਉਹਨਾਂ ਵੱਲੋਂ ਇਸ ਖੇਤਰ ਦੇ ਵਿੱਚ ਕੀਤੇ ਜਾਂਦੇ ਕੰਮਾਂ ਦੀਆਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇਸ ਪ੍ਰੋਗਰਾਮ। ਸ਼ੁਕਰੀਆ। ਤੁਸੀਂ ਬਚਪਨ ਤੋਂ ਹੀ ਬਹੁਤ ਜ਼ਿਆਦਾ ਹੁਸ਼ਿਆਰ ਵਿਦਿਆਰਥੀ ਸੀ, ਹੈ ਨਾ? ਹਮੇਸ਼ਾ ਅੱਵਲ ਦਰਜੇ ਦੇ ਵਿੱਚ ਤੁਸੀਂ ਆਪਣੀਆਂ ਸਾਰੀਆਂ ਜਮਾਤਾਂ ਜਿਹੜੀਆਂ ਪਾਸ ਕੀਤੀਆਂ। ਤੁਹਾਡੇ ਵਰਗੇ ਜਿਹੜੇ ਵਿਦਿਆਰਥੀ ਹੁੰਦੇ ਨੇ ਉਹ ਜਾਂ ਤਾਂ ਫਿਰ ਡਾਕਟਰ ਹੁੰਦੇ ਨੇ ਜਾਂ ਇੰਜੀਨੀਅਰ ਹੁੰਦੇ ਨੇ, ਅਤੇ ਤੁਸੀਂ ਡਾਕਟਰੀ ਕਰਨ ਲਈ ਆਪਣੀ ਡਿਗਰੀ ਵੀ ਹੈ ਜਿਹੜੀ ਉਹ ਕੰਪਲੀਟ ਕੀਤੀ, ਪਰ ਫਿਰ ਉਸ ਤੋਂ ਬਾਅਦ ਅਦਾਕਾਰੀ ਵੱਲ ਆਉਣਾ ਇਹ ਬਿਲਕੁਲ ਇੱਕ ਵੱਖਰਾ ਰੁਝਾਨ ਹੈ, ਇਹ ਜਿਹੜਾ ਸ਼ੌਂਕ ਕਿੱਦਾਂ ਪੈਦਾ ਹੋਇਆ ਤੁਹਾਨੂੰ? ਅਸਲ 'ਚ ਨਾ ਜਦੋਂ ਮੈਂ ਪੜ੍ਹਦਾ ਸੀ ਉਦੋਂ ਆਮ ਤੌਰ 'ਤੇ ਇਹ ਹੁੰਦਾ ਸੀ ਪਹਿਲਾਂ ਹੁਸ਼ਿਆਰ ਬੱਚਾ ਉਹਨੂੰ ਜਾਂ ਡਾਕਟਰ ਬਣਾ ਦਿਉ ਜਾਂ ਇੰਜੀਨੀਅਰ ਬਣਾ ਦਿਉ, ਅਤੇ ਮੇਰੇ ਵੀ ਘਰਦਿਆਂ ਦਾ ਇਹੀ ਸੀਗਾ ਮਾਇੰਡ ਦੇ ਵਿੱਚ ਵੀ ਬੱਚਾ ਬਹੁਤ ਹੁਸ਼ਿਆਰ ਹੈ, ਹਮੇਸ਼ਾ ਫਸਟ ਆਉਂਦਾ ਅਤੇ ਇਹਨੂੰ ਡਾਕਟਰ ਬਣਾਇਆ ਜਾਵੇ। ਅਤੇ ਮੈਂ ਚਲੋ ਮੈਂ ਲੈਬ ਵੀ ਲਈ, ਐਡਮਿਸ਼ਨ ਵੀ ਲਈ, ਮੇਰਾ ਵੀ ਸ਼ੌਂਕ ਸੀ ਵੀ ਡਾਕਟਰ ਬਣਨਾ ਚਾਹੀਦਾ। ਪਰ ਹੌਲੀ ਹੌਲੀ ਜਿਵੇਂ ਜਿਵੇਂ ਮੈਂ ਡਾਕਟਰੀ ਕਰਦਾ ਗਿਆ ਜਾਂ ਜਿਵੇਂ ਜਿਵੇਂ ਕਾਲਜ ਦੇ ਵਿੱਚ ਪੜ੍ਹਾਈ ਚੱਲਦੀ ਰਹੀ, ਮੈਨੂੰ ਲੱਗਾ ਕਿ ਮੇਰਾ ਰੁਝਾਨ ਕਿਤੇ ਹੋਰ ਸੀ। ਪਰ ਅਸੀਂ ਕਿਉਂਕਿ ਪਿੰਡਾਂ 'ਚ ਰਹਿਣ ਵਾਲੇ ਲੋਕ ਜ਼ਿਆਦਾ ਅਵੇਅਰ ਤਾਂ ਹੁੰਦੇ ਨਹੀਂ, ਨਾ ਹੀ ਸਾਡੇ ਮਾਂ ਬਾਪ ਇੰਨੇ ਅਵੇਅਰ ਹੁੰਦੇ ਆ ਕਿ ਜਿਹੜੇ ਇਹ ਜਾਣ ਸਕਣ ਜਾਂ ਪਹਿਚਾਣ ਸਕਣ ਕਿ ਬੱਚੇ ਦਾ ਰੁਝਾਨ ਹੈ ਕਿਸ ਚੀਜ਼ ਦੇ ਵਿੱਚ, ਹੈ ਨਾ? ਅਤੇ ਦੂਜੀ ਗੱਲ ਹੈ ਕਿ ਸਾਡੇ ਸਿਸਟਮ ਨੇ ਵੀ ਕੁਛ ਇਹੋ ਜਿਹੀ ਚੀਜ਼ਾਂ ਕ੍ਰੀਏਟ ਕੀਤੀਆਂ ਹੋਈਆਂ ਜਿੱਥੇ ਹੁੰਦਾ ਵੀ ਜੇ ਡਾਕਟਰ ਇੰਜੀਨੀਅਰ ਬਣ ਜਾਏਗਾ ਤਾਂ ਜ਼ਿਆਦਾ ਪੈਸੇ ਕਮਾਏਗਾ, ਜੇ ਕਿਤੇ ਹੋਰ ਰਹਿ ਗਿਆ ਤਾਂ ਪਤਾ ਨਹੀਂ ਸਟਰਗਲ ਕਰਦਾ ਰਹੇਗਾ, ਹੈ ਨਾ? ਹਾਲਾਂਕਿ ਇਹ ਸੱਚ ਨਹੀਂ ਹੈ। ਅਤੇ ਉਹ ਫਿਰ ਕਰਦਿਆਂ ਕਰਦਿਆਂ ਜਦੋਂ ਮੈਂ ਕਾਲਜ 'ਚ ਗਿਆ ਅਤੇ ਕੁਦਰਤੀ ਇਸ ਤਰ੍ਹਾਂ ਦਾ ਕੋਈ ਮੌਕਾ ਬਣਿਆ ਕਿ ਕੋਈ ਕੰਪੀਟੀਸ਼ਨ ਸੀ ਨੌਰਜੋਨ ਦੇ ਜਿੰਨੇ ਵੀ ਮੈਡੀਕਲ ਕਾਲਜਿਸ ਸੀ ਪਟਿਆਲੇ, ਅਤੇ ਅਸੀਂ ਸਟੂਡੈਂਟਸ ਨੇ ਇਕੱਠੇ ਹੋ ਕੇ ਕਿਹਾ ਵੀ ਚਲੋ ਨਾਟਕ ਕਰਦੇ ਹਾਂ। ਅਤੇ ਅਸੀਂ ਔਲਖ ਸਾਹਿਬ ਦਾ ਨਾਟਕ ਹੈ ਅਰਬਨ ਅਰਬ ਧੁੰਦੂ ਕਰ, ਅਸੀਂ ਉਹ ਕੀਤਾ ਅਤੇ ਆਪੇ ਕੀਤਾ, ਡਾਇਰੈਕਟਰ ਸਾਡੇ ਕੋਲ ਕੋਈ ਹੈ ਨਹੀਂ ਸੀ, ਅਸੀਂ ਇਕੱਠੇ ਹੋ ਕੇ ਸਾਰੇ ਬਸ ਰੋਲ ਵੰਡ ਲਿਆ ਆਪਸ 'ਚ, ਕੋਈ ਕੁਛ ਬਣ ਗਿਆ ਕੋਈ ਕੁਛ ਬਣ ਗਿਆ। ਅਤੇ ਡਾਇਰੈਕਟਰ ਵੀ ਸਾਡੇ ਕੋਲ ਕੋਈ ਨਹੀਂ ਸੀਗਾ, ਜਿਹੜਾ ਵਿਹਲਾ ਹੁੰਦਾ ਸੀ ਵਿੱਚੋਂ ਸੀਨ 'ਚ ਜਿਹਦਾ ਪਾਰਟ ਨਹੀਂ ਹੁੰਦਾ ਸੀ ਉਹ ਸਾਹਮਣੇ ਬਹਿ ਜਾਂਦਾ ਹੁੰਦਾ ਸੀ, ਉਹ ਮਾੜੇ ਦੱਸਦਾ ਯਾਰ ਇੱਦਾਂ ਨਹੀਂ, ਇੱਦਾਂ ਕਰ ਲੈ, ਇੱਦਾਂ ਕਰ ਲੈ। ਅਤੇ ਅਸੀਂ ਉਹ ਨਾਟਕ ਕੀਤਾ ਕੀਤਾ ਅਤੇ ਉੱਥੇ ਬੈਸਟ ਐਕਟਰ ਦਾ ਅਵਾਰਡ ਮਿਲ ਗਿਆ ਮੈਨੂੰ। ਪਲੀਏ ਤਾਂ ਸਾਡਾ ਕੱਖ ਨਹੀਂ ਆਇਆ, ਕੋਈ ਡਾਇਰੈਕਸ਼ਨ ਹੀ ਨਹੀਂ ਸੀ ਨਾ, ਕੋਈ ਫਸਟ ਸੈਕਿੰਡ ਥਰਡ ਕੁਛ ਨਹੀਂ ਆਇਆ, ਪਰ ਮੈਨੂੰ ਅਵਾਰਡ ਮਿਲ ਗਿਆ। ਮੈਨੂੰ ਲੱਗਾ ਕਿ ਨਹੀਂ ਕੁਛ ਤਾਂ ਕਰਨਾ ਚਾਹੀਦਾ। ਦੈਨ ਆਈ ਕੇਮ ਬੈਕ ਟੂ ਚੰਡੀਗੜ੍ਹ ਜਦੋਂ ਮੈਂ ਇੱਥੇ ਹੀ ਪੜ੍ਹਦਾ ਸੀ, ਅਤੇ ਉਦੋਂ ਨਾ ਇਹ ਬਾਬਰੀ ਮਸਜਿਦ ਵਾਲਾ ਕਾਂਡ ਹੋਇਆ ਸੀ ਉਦੋਂ, ਅਤੇ ਉਹ ਬਹੁਤ ਮਾਹੌਲ ਗਰਮ ਸੀ। ਅਤੇ ਸਾਡੇ ਇੱਥੇ ਇੱਕ ਪ੍ਰਿਤਪਾਲ ਸੰਧੂ ਕਰਕੇ ਇੱਕ ਥੀਏਟਰ ਦੇ ਡਾਇਰੈਕਟਰ ਸੀਗੇ, ਉਹਨਾਂ ਨੇ ਅਖਬਾਰ ਦੇ ਵਿੱਚ ਨਾ ਇੱਕ ਐਡ ਕੱਢੀ ਕਿ ਜਿਹੜੇ ਐਕਟਰਸ ਐਕਟ ਕਰਨਾ ਚਾਹੁੰਦੇ ਆ ਮੈਂ ਉਸ ਮੁੱਦੇ ਨੂੰ ਲੈ ਕੇ ਇੱਕ ਨੁੱਕੜ ਨਾਟਕ ਤਿਆਰ ਕਰ ਰਿਹਾ, ਅਸਗਰ ਵਜਾਹਤ ਦਾ ਲਿਖਿਆ ਹੋਇਆ, ਸਭ ਸਸਤਾ ਗੋਸ਼ਟ। ਮੈਂ ਪੜ੍ਹਿਆ ਅਤੇ ਮੈਂ DAV ਕਾਲਜ ਚਲਾ ਗਿਆ, ਉਹਨਾਂ ਕੋਲ ਜਾ ਕੇ ਆਡੀਸ਼ਨ ਦਿੱਤੀ, ਉਹ ਕਹਿੰਦੇ ਯੂਅਰ ਗੁੱਡ, ਆਵਾਜ਼ ਠੀਕ ਹੈ, ਅੱਛੀ ਹੈ ਨੁੱਕੜ ਨਾਟਕ ਵਾਸਤੇ, ਆਪਾਂ ਕਰਦੇ ਹਾਂ। ਉਹਦੇ 'ਚ ਮੈਂ ਲੀਡਰ ਦਾ ਰੋਲ ਕੀਤਾ, ਉਹ ਫਿਰ 8-10 ਜਦੋਂ ਸ਼ੋਅ ਕੀਤੇ ਨਾ ਤਾਂ ਫਿਰ ਮੇਰਾ ਮਤਲਬ ਝਾਕਾ ਖੁੱਲ੍ਹ ਗਿਆ। ਝਾਕਾ ਖੁੱਲ੍ਹਣ ਦੇ ਨਾਲ ਇਹ ਘਟਨਾ ਇੱਕ ਇਹ ਵਾਪਰ ਗਈ ਕਿ ਪੰਜਾਬ ਦੇ ਹਾਲਾਤ ਵੀ ਗੜਬੜ ਸੀਗੇ, ਗੁਰਸ਼ਰਨ ਭਾਅ ਜੀ ਸਡਨਲੀ ਅੰਮ੍ਰਿਤਸਰ ਤੋਂ ਸ਼ਿਫਟ ਹੋ ਕੇ ਅਤੇ ਚੰਡੀਗੜ੍ਹ ਆ ਗਿਆ, ਇੱਥੇ ਰਹਿਣ ਲੱਗ ਪਏ। ਉਹ ਵੀ ਖਬਰ ਮੇਰੇ ਤੱਕ ਪਹੁੰਚ ਗਈ ਅਤੇ ਮੈਂ ਉਹਨਾਂ ਕੋਲ ਪਹੁੰਚ ਗਿਆ। ਉਹਨਾਂ ਕੋਲ ਪਹੁੰਚਿਆ ਅਤੇ ਜਾਂਦੇ ਉਹਨਾਂ ਨੇ ਮੈਨੂੰ ਮਤਲਬ ਗਲੇ ਲਾ ਲਿਆ, ਐਕਸੈਪਟ ਕਰ ਲਿਆ, ਤਾਂ ਫਿਰ ਉਸ ਤਰ੍ਹਾਂ ਮਤਲਬ ਸ਼ੁਰੂਆਤ ਇਹ ਹੋ ਗਈ। ਬਟ ਇਹ ਜ਼ਰੂਰ ਸੀ ਕਿ ਉਸ ਤੋਂ ਪਹਿਲਾਂ ਵੀ ਜਦੋਂ ਮੈਂ ਸਕੂਲ 'ਚ ਪੜ੍ਹਦਾ ਸੀ ਨਾ, ਅਤੇ ਸਕੂਲਾਂ ਵਿੱਚ ਆਮ ਇੱਕ ਰੁਝਾਨ ਹੁੰਦਾ ਵੀ ਜਿਹੜਾ ਬੱਚਾ ਹੁਸ਼ਿਆਰ ਹੈ ਨਾ ਉਹਨੂੰ ਕਹਿੰਦੇ ਵੀ ਚੱਲ ਕੋਈ ਕਿਤੇ ਕਵਿਤਾ ਬੋਲਣੀ, ਚੱਲ ਯਾਰ ਤੂੰ ਬੋਲ ਦੇ, ਕਿਤੇ ਕੋਈ ਭਾਸ਼ਣ ਪ੍ਰਤੀਯੋਗਿਤਾ ਚੱਲ ਤੂੰ ਕਰ ਦੇ, ਜਾਂ ਕਿਤੇ ਬਾਲ ਸਭਾ ਦੇ ਵਿੱਚ ਖੜ੍ਹੇ ਹੋ ਕੇ ਕੋਈ ਗੱਲ ਕਰਨੀ ਹੈ ਤਾਂ ਤੂੰ ਕਰ ਦੇ। ਤਾਂ ਉਹ ਇੱਦਾਂ ਦੀ ਡਿਊਟੀਜ਼ ਮੈਨੂੰ ਦੇ ਦਿੰਦੇ ਹੁੰਦੇ ਸੀ, ਅਤੇ ਉਹ ਸਾਇੰਸ ਫੇਅਰ ਹੁੰਦਾ ਸੀ ਸਾਡਾ ਹੁਸ਼ਿਆਰਪੁਰ, ਅਤੇ ਉੱਥੇ ਮੈਨੂੰ ਲੈ ਗਏ ਅਤੇ ਉੱਥੇ ਮੈਂ ਭਾਸ਼ਣ 'ਚ ਵੀ ਅੱਵਲ ਆ ਗਿਆ, ਕਵਿਤਾ ਬੋਲੀ ਉਹ ਵੀ ਫਸਟ ਪ੍ਰਾਈਜ਼ ਆ ਗਿਆ। ਇੱਕ ਕੋਈ ਐਕਸਟੈਂਪੋਰ ਕੰਪੀਟੀਸ਼ਨ ਸੀ ਜਿਹੜਾ ਕਿ ਉਦੋਂ ਸਾਨੂੰ ਕੱਖ ਨਹੀਂ ਸੀ ਪਤਾ ਵੀ ਐਕਸਟੈਂਪੋਰ ਕੀ ਹੁੰਦਾ, ਵੀ ਉਹ ਤੁਹਾਨੂੰ ਮੌਕੇ ਦੇ ਉੱਤੇ ਕੋਈ ਪਰਚੀ ਨਿਕਲੇਗੀ ਜੋ ਉੱਤੇ ਲਿਖਿਆ ਹੋਏਗਾ ਸਬਜੈਕਟ, ਇੱਕ ਮਿੰਟ ਤੁਸੀਂ ਉਹਦੇ 'ਤੇ ਜੋ ਵੀ ਬੋਲ ਸਕਦੇ ਹੋ ਬੋਲਣਾ,
ਪਰ ਰੰਗਮੰਚ ਕੀ ਹੁੰਦਾ, ਥੀਏਟਰ ਕੀ ਹੈ, ਇਹ ਕਲਾ ਹੈ ਕੀ ਹੈ, ਇਹਦਾ ਕੀ ਪ੍ਰੋਸੈਸ ਕੀ ਹੈ, ਕੁਛ ਨਹੀਂ ਸੀ ਪਤਾ। ਇਹਦੇ ਅਚਨ ਚੇਤ ਜਿੱਦਾਂ ਮਤਲਬ ਪਿੰਡਾਂ ਵਾਲੇ ਲੋਕ ਹੁੰਦੇ ਹੀ ਨਾ, ਜਿੱਦਾਂ ਮਤਲਬ ਖੇਤਾਂ 'ਚ ਵਿੱਚ ਪੱਟੇ ਜਿੱਦਾਂ ਤੁਰ ਗਏ ਇੱਦਾਂ ਆਇਆ ਸੀ। ਸਾਰੇ ਗੁਣ ਲੈ ਕੇ ਤੁਸੀਂ ਪੈਦਾ ਹੋਏ ਹੋ ਨਾ, ਪਹਿਲੇ ਦਿਨ ਹੀ ਕਲਾਸ ਦੇ ਮੋਨੀਟਰ ਬਣ ਗਏ। ਹਾਂ, ਉਹ ਮਤਲਬ ਮੈਂ ਸਮਝਦਾ ਕਿ ਉਹ ਸਾਰਾ ਨਾ ਜਿੰਨਾ ਵੀ ਕ੍ਰੈਡਿਟ ਆ ਉਹ ਮੇਰੀ ਮਾਂ ਨੂੰ ਜਾਂਦਾ। ਹਾਂਜੀ, ਕਿ ਮੇਰੀ ਮਾਂ ਇੰਨੀ ਕੁ ਸਿਆਣੀ ਸੀ, ਇੰਨੀ ਕੁ ਸੁਹਿਰਦ ਔਰਤ ਸੀ ਕਿ ਸਾਰਾ ਪਿੰਡ ਉਹਨਾਂ ਦੀ ਬਹੁਤ ਇੱਜ਼ਤ ਕਰਦਾ ਸੀ। ਜੇ ਕਿਸੇ ਦੇ ਘਰ 'ਚ ਵੀ ਕੋਈ ਕੋਈ ਸਿਆਣੀ ਕਿਸੇ ਨਾਲ ਸਲਾਹ ਲੈਣੀ ਹੁੰਦੀ ਸੀ ਤਾਂ ਮੇਰੀ ਮਾਂ ਕੋਲ ਆਉਂਦੇ ਸੀ, ਹੈ ਨਾ। ਵੀ ਉਹਨੂੰ ਕਹਿੰਦੇ ਸੀ ਤੂੰ ਹੈ ਨਾ ਦੱਸ ਵੀ ਸਾਨੂੰ ਕਿੱਦਾਂ ਕਰਨਾ ਚਾਹੀਦਾ, ਚਾਹੇ ਉਹ ਦੁਨਿਆਵੀ ਮਸਲੇ ਹੋਣ, ਚਾਹੇ ਧੀ ਪੁੱਤ ਦੇ ਮਸਲੇ ਹੋਣ, ਕੁਛ ਵੀ ਹੋਣ। ਅਤੇ ਉਹ ਸੰਵੇਦਨਸ਼ੀਲਤਾ ਮੇਰੀ ਮਾਂ 'ਚ ਬਹੁਤ ਸੀ। ਝੱਟ ਉਹਨਾਂ ਦੀਆਂ ਅੱਖਾਂ ਭਰ ਜਾਂਦੀਆਂ ਸੀ ਜੇ ਕਿਤੇ ਉਹਨਾਂ ਨੂੰ ਕੁਛ ਉੱਦਾਂ ਦੀ ਗਲਤ ਗੱਲ ਦਿਸਦੀ ਸੀ, ਜਾਂ ਬੱਚਿਆਂ ਨੂੰ ਜਦੋਂ ਪਿਆਰ ਵੀ ਕਰਦੇ ਸੀ ਘੁੱਟ ਕੇ, ਜਦੋਂ ਮਤਲਬ ਇੱਕ ਨਾਲ ਆਉਂਦੇ ਸੀ। ਅਸੀਂ ਤਿੰਨ ਭੈਣਾਂ ਹੈ, ਤਿੰਨ ਭਰਾ, 6 ਜਣੇ ਅਸੀਂ ਹੈਗੇ, ਸਾਰਿਆਂ ਨੂੰ ਵੱਡੇ ਤੋਂ ਲੈ ਕੇ ਛੋਟੇ ਤੱਕ। ਈਵਨ ਵੱਡੀਆਂ ਭੈਣਾਂ ਸਾਡੀਆਂ ਜਦੋਂ ਵਿਆਹ ਤੋਂ ਬਾਅਦ ਘਰ ਆਉਣਾ ਵੀ ਉਹਨਾਂ ਨੇ, ਜਦੋਂ ਉਹਨਾਂ ਨੂੰ ਜਾਣ ਲੱਗਣਾ ਤਾਂ ਸਾਡੀ ਮਾਂ ਨੇ ਬਹੁਤ ਭਾਵੁਕ ਹੋ ਜਾਣਾ, ਨਹੀਂ ਹੋਰ ਰੁਕ ਜਾਓ, ਥੋੜ੍ਹਾ ਹੋਰ ਰੁਕ ਜਾਓ, ਜਿਵੇਂ ਮਾਵਾਂ ਕਰਦੀਆਂ ਹੁੰਦੀਆਂ। ਉਹ ਜਿਹੜੀ ਸੰਵੇਦਨਸ਼ੀਲਤਾ ਸੀ ਨਾ ਮਾਂ ਤੋਂ ਜਿਹੜੀ ਮਿਲੀ, ਉਹ ਕਿਤੇ ਮਤਲਬ ਅੰਦਰ ਸੀ ਮੇਰੇ ਕਿਤੇ, ਹੈ ਨਾ। ਅਤੇ ਮੈਂ ਕਿਉਂਕਿ ਸਭ ਤੋਂ ਆਖਰੀ ਬੱਚਾ ਸੀ, ਅਤੇ ਉਹ ਮਾਂ ਕੋਲ ਜਿੰਨਾ ਵੀ ਸਾਰੇ ਬਚਿਆ ਹੋਇਆ ਸੀ ਬਾਕੀ ਸਾਰਾ, ਉਹ ਸਾਰੇ ਉਹਨੇ ਮੈਨੂੰ ਦੇ ਦਿੱਤਾ ਵੀ ਇਸ ਤੋਂ ਬਾਅਦ ਤਾਂ ਹੁਣ ਹੋਰ ਬੱਚਾ ਤਾਂ ਕਰਨਾ ਨਹੀਂ ਕੋਈ ਵੀ, ਹੈ ਨਾ। ਜਿੰਨਾ ਵੀ ਅੰਦਰ ਗੁਣ ਬਚੇ ਹੋਏ ਨੇ ਉਹ ਸਾਰੇ ਬਾਕੀ ਦੇ ਪਹਿਲਾਂ ਬਚਾ ਬਚਾ ਕੇ ਰੱਖੇ ਹੋਣਗੇ ਵੱਡੀਆਂ ਭੈਣਾਂ ਭਰਾਵਾਂ ਮਿਲੇ ਵੀ ਹਾਲੇ ਹੋਰ ਇੱਕ ਸਾਹਿਬ ਵੀ ਜੰਮਣਾ ਇੱਕ, ਅਤੇ ਉਹ ਜਦੋਂ ਕੰਮ ਖਤਮ ਹੋ ਗਿਆ ਤਾਂ ਉਹ ਸਾਰੇ ਦੇ ਦਿੱਤੇ ਮੈਨੂੰ। ਅਤੇ ਇਸ ਕਰਕੇ ਕਲਾ ਖੇਤਰ 'ਚ ਸਾਡੇ ਪਰਿਵਾਰ 'ਚ ਹੋਰ ਤਾਂ ਕੋਈ ਨਹੀਂ ਆਇਆ, ਹੈ ਨਾ, ਮੈਂ ਆਇਆ। ਪਰ ਮੈਂ ਹੁਸ਼ਿਆਰ ਕਿੱਦਾਂ ਇੰਨਾ ਬਣ ਗਿਆ ਇਹ ਮੈਨੂੰ ਨਹੀਂ ਪਤਾ। ਮੇਰੇ ਦਾਦਾ ਜੀ ਮਤਲਬ ਮੈਨੂੰ ਸਕੂਲ ਲੈ ਕੇ ਗਏ, ਅਤੇ ਚਾਚੂ ਕਹਿੰਦੇ ਹੁੰਦੇ ਸੀ ਅਸੀਂ ਉਹਨਾਂ ਨੂੰ। ਉੱਦਾਂ ਸਕੂਲ ਸਾਡੇ ਇੱਦਾਂ ਸੀ ਕਿ ਸਾਡਾ ਘਰ ਹੈ, ਨਾਲ ਇੱਕ ਖੇਤ ਹੈ, ਇੱਕ ਗਰਾਊਂਡ ਹੈ, ਅਤੇ ਨਾਲ ਹੀ ਸਾਹਮਣੇ ਸਕੂਲ ਸੀਗਾ, ਬਿਲਕੁਲ ਹੀ ਇੱਦਾਂ ਇੱਕ ਮਿੰਟ ਹੀ ਲੱਗਦਾ ਸੀ। ਉਹ ਮੈਨੂੰ ਫੜਿਆ ਫੱਟੀ ਵਸਤਾ ਲੈ ਕੇ ਸਕੂਲ ਚਲ ਗਏ ਮਾਸਟਰ ਦੇ ਕੋਲ, ਕਹਿੰਦੇ ਵੀ ਇਹਦੀ ਐਡਮਿਸ਼ਨ ਕਰਾਉਣੀ ਹੈ। ਤਾਂ ਉਦੋਂ ਇਹ ਗੱਲ ਕਾਫੀ ਪੁਰਾਣੀ ਹੈ, ਤਾਂ ਉਦੋਂ ਉਹਨਾਂ ਕੱਚੀ ਪਹਿਲੀ ਪੱਕੀ ਪਹਿਲੀ ਹੁੰਦੀ ਸੀ, ਅੱਜ ਕੱਲ੍ਹ ਦੇ ਬੱਚਿਆਂ ਨੂੰ ਤਾਂ ਨਹੀਂ ਪਤਾ ਹੋਏਗਾ, ਹੁਣ ਤਾਂ LKG KG UKG ਹੁੰਦਾ ਨਾ, ਉਦੋਂ ਇਹ ਹੁੰਦਾ ਸੀ। ਅਤੇ ਉਹ ਕਹਿੰਦੇ ਵੀ ਚਲੋ ਕੱਚੀ ਪਹਿਲੀ ਜਿਹਨੂੰ ਬਿਠਾ ਦਿੰਦੇ ਹਾਂ। ਤਾਂ ਮਾਸਟਰ ਜੀ ਮੈਨੂੰ ਕਹਿੰਦੇ ਵੀ ਕੁਛ ਆਉਂਦਾ ਇਹਨੂੰ, ਮੈਂ ਕਿਹਾ ਜੀ ਹਾਂ ਊੜਾ ਆਉਂਦਾ, ਕਹਿੰਦੇ ਕਿੰਨਾ ਕੁ ਆਉਂਦਾ, ਮੈਂ ਕਿਹਾ ਮੈਂ ਸੁਣਾ ਦਿੰਦਾ। ਉਹ ਮੈਂ ਸੁਣਾਇਆ ਤਾਂ ਮੈਂ ਐਂਡ ਉਹ ਸੱਸੇ ਪੈਰ ਬਿੰਦੀ ਲੱਲੇ ਪੈਰ ਬਿੰਦੀ ਤੱਕ ਪਹੁੰਚ ਗਿਆ ਪੂਰੇ ਦੇ ਪੂਰਾ ਹੀ। ਕਹਿੰਦੇ ਬਹੁਤ ਵਧੀਆ, ਹੋਰ ਕੀ ਆਉਂਦਾ, ਮੈਂ ਉਹਨੂੰ ਗਿਣਤੀ ਆਉਂਦੀ, ਕਹਿੰਦੇ ਕਿੰਨੀ ਗਾਉਂਦੀ ਹੈ, ਮੈਂ ਕਿਹਾ ਮੈਂ ਸੁਣਾਉਣਾ। ਉਹ ਵੀ ਮੈਂ 100 ਤੱਕ ਪਹੁੰਚ ਗਿਆ। ਉਹ ਕਹਿੰਦੇ ਫਿਰ ਤੂੰ ਕੱਚੀ ਪਹਿਲੀ 'ਚ ਕੀ ਕਰਨਾ, ਕੱਚੀ ਪਹਿਲੀ ਵਾਲਾ ਕੰਮ ਤਾਂ ਤੇਰਾ ਖਤਮ ਹੈ ਪਹਿਲਾਂ ਹੀ, ਤੂੰ ਸਿੱਧਾ ਪੱਕੀ ਪਹਿਲੀ 'ਚ ਆ। ਅਤੇ ਮੈਂ ਮਤਲਬ ਉੱਥੇ ਹੀ ਪ੍ਰਮੋਸ਼ਨ ਹੋ ਗਈ ਮੇਰੀ, ਅਤੇ ਦਾਦਾ ਜੀ ਮੈਨੂੰ ਛੱਡ ਕੇ ਆ ਗਏ। ਉਸ ਤੋਂ ਬਾਅਦ ਮੈਂ ਥੋੜ੍ਹੀ ਦੇਰ ਤਾਂ ਪੜ੍ਹਿਆ ਪੜ੍ਹਿਆ ਜਾਂ ਕੁਛ ਵੀ ਆ, ਪਤਾ ਨਹੀਂ ਉਹਨਾਂ ਨੂੰ ਮੇਰੇ 'ਚ ਕੀ ਲੱਗਾ, ਅੱਧੀ ਛੁੱਟੀ ਤੋਂ ਪਹਿਲਾਂ ਉਹਨਾਂ ਨੇ ਮੈਨੂੰ ਮੋਨੀਟਰ ਬਣਾ ਤਾ ਕਲਾਸ ਦਾ। ਅਤੇ ਜਦੋਂ ਮੈਂ ਅੱਧੀ ਛੁੱਟੀ ਰੋਟੀ ਖਾਣ ਘਰ ਆਇਆ ਤਾਂ ਮੈਂ ਬੀਬੀ ਨੂੰ ਦੋ ਖਬਰਾਂ ਦਿੱਤੀਆਂ, ਮਤਲਬ ਇੱਕ ਤਾਂ ਮੈਂ ਪੱਕੀ ਪਹਿਲੀ 'ਚ ਹੋ ਗਿਆ, ਇੱਕ ਮੈਂ ਮੋਨੀਟਰ ਬਣ ਗਿਆ। ਅਤੇ ਜਦੋਂ ਮੈਂ ਛੁੱਟੀ ਵੇਲੇ ਘਰ ਵਾਪਸ ਆਇਆ, ਮੈਂ ਗੱਲ ਕਈ ਵਾਰੀ ਕਰਦਾ ਹੁੰਦਾ ਕਿ ਉਦੋਂ ਤੱਕ ਮਤਲਬ ਕਿ ਅੱਧੀ ਛੁੱਟੀ ਔਰ ਛੁੱਟੀ ਦੇ ਵਿੱਚ ਇਹ ਵੀ ਘਟਨਾ ਵਾਪਰ ਗਈ ਸੀ ਕਿ ਮਾਸਟਰ ਨੇ ਮੈਨੂੰ ਡੰਡਾ ਫੜਾ ਦਿੱਤਾ ਸੀ ਕਿ ਜੇ ਕੋਈ ਸ਼ਰਾਰਤ ਕਰੇ ਨਾ ਉਹਦੇ ਤੂੰ ਲਾ ਦੇਣੇ, ਤੂੰ ਮੋਨੀਟਰ ਹੈ। ਅਤੇ ਮੈਂ ਬੜੀ ਹੁੱਬ ਕੇ ਬੀਬੀ ਨੂੰ ਆਪਣੀ ਦੱਸੀ ਵੀ ਇੱਦਾਂ, ਉਹ ਕਹਿੰਦੀ ਤੂੰ ਕੁੱਟ ਖਾਏਗਾ ਕਿਸੇ ਤੋਂ, ਡੰਡਾ ਕਿਸੇ ਦੇ ਮਾਰੀ ਨਾ। ਹਾਂ, ਸੋ ਇਹ ਮੈਨੂੰ ਲੱਗਦਾ ਨਾਟਕੀ ਘਟਨਾਵਾਂ ਸੀਗੀਆਂ ਸਾਰੀਆਂ ਮੇਰੀ ਜ਼ਿੰਦਗੀ ਦੀਆਂ ਜਿਹੜੀਆਂ ਹੁਣ ਮੇਰੇ ਕੰਮ ਆ ਰਹੀਆਂ। ਸਰ, ਤੁਸੀਂ ਹੁਸ਼ਿਆਰ ਵੀ ਬਹੁਤ ਸੀ, ਹੈ ਨਾ। ਉਸ ਤੋਂ ਬਾਅਦ ਮਾਂ ਦੀ ਭਾਵੁਕਤਾ ਦੀ ਵੀ ਗੱਲ ਕਰਦੇ ਹੋ ਕਿ ਉਹਨਾਂ ਵਾਲੀ ਜਿਹੜੀ ਭਾਵੁਕਤਾ ਸੀ ਉਹ ਤੁਹਾਡੇ ਅੰਦਰ ਹੁਣ ਤੱਕ ਹੈ, ਪਰ ਤੁਹਾਨੂੰ ਜਾਣਨ ਵਾਲੇ ਇਹ ਵੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਸਿੰਘ ਬਹੁਤ ਬੇਵਾਕ ਨੇ, ਕਿਉਂਕਿ ਬਚਪਨ ਦੀਆਂ ਕੁਛ ਕੁ ਜਿਹੜੀਆਂ ਕੁਰਖਤ ਸੱਚਾਈਆਂ ਨੇ ਉਹਨਾਂ ਨੂੰ ਤੁਸੀਂ ਭੁੱਲ ਨਹੀਂ ਪਾਏ, ਹੈ ਨਾ। ਮੈਂ ਚਾਹੂੰਗੀ ਕਿ ਉਹਨਾਂ ਦਾ ਜ਼ਿਕਰ ਤੁਸੀਂ ਜ਼ਰੂਰ ਕਰੋ ਕਿ ਇਹ ਬੇਵਾਕੀ ਆ ਜਾਂ ਜਿਹੜੀ ਹਮੇਸ਼ਾ ਅੱਬਲ ਦਰਜੇ ਵਿੱਚ ਰਹਿਣ ਵਾਲੀ ਜਿਹੜੀ ਇੱਛਾ, ਇਹ ਬਚਪਨ ਤੋਂ ਕੀ ਇਹੋ ਜਿਹਾ ਘਟਿਆ ਕਿ ਤੁਸੀਂ ਇਸੇ ਕਤਾਰ ਦੇ ਵਿੱਚ ਤੁਰਦੇ ਆ ਰਹੇ ਹੋ? ਪਤਾ ਨਹੀਂ, ਕੁਛ ਚੀਜ਼ਾਂ ਨਾ ਤੁਹਾਡੇ ਅੰਦਰ ਕਿਤੇ ਅਚੇਤ ਹੀ ਤੁਹਾਡੇ ਅੰਦਰ ਵੱਸ ਜਾਂਦੀਆਂ, ਤੁਸੀਂ ਕਦੇ ਉਹਨਾਂ ਬਾਰੇ ਕਈ ਵਾਰੀ ਸੋਚਦੇ ਵੀ ਨਹੀਂ। ਮੇਰੇ ਜਿਹੜੇ ਫਾਦਰ ਸਾਹਿਬ ਸੀਗੇ ਉਹ ਉਹਨਾਂ ਦਾ ਮੇਰੀ ਜ਼ਿੰਦਗੀ 'ਚ ਕੋਈ ਭੂਮਿਕਾ ਨਹੀਂ ਹੈ, ਇਕੱਲੇ ਮੇਰੇ ਨਹੀਂ, ਸਾਡੇ ਸਾਰੇ ਭੈਣਾਂ ਭਰਾਵਾਂ ਦੀ ਜ਼ਿੰਦਗੀ 'ਚ ਸਾਡੇ ਫਾਦਰ ਦੀ ਕੋਈ ਭੂਮਿਕਾ ਨਹੀਂ ਹੈ। ਸਿਰਫ ਇੰਨੀ ਭੂਮਿਕਾ ਹੈ ਵੀ ਉਹਨੇ ਸਾਨੂੰ ਪੈਦਾ ਕੀਤਾ, ਹੈ ਨਾ, ਵੀ ਉਹਦੇ ਸਪਰਮਸ ਹਾਂ ਅਸੀਂ, ਬਸ ਇਸ ਤੋਂ ਵੱਧ ਕੁਛ ਨਹੀਂ ਆ। ਜੋ ਕੁਛ ਵੀ ਆ ਮਾਂ ਹੈ, ਅਤੇ ਉਹ ਮਤਲਬ ਕੰਮ ਤੋਂ ਜੀ ਚੁਰਾਉਣ ਵਾਲੇ ਸੀਗੇ, ਖੇਤੀ ਕਰਨ ਨੂੰ ਜੀ ਨਹੀਂ ਸੀ ਕਰਦਾ ਉਹਨਾਂ ਦਾ, ਜਾਂ ਉਹਨਾਂ ਦੇ ਅੰਦਰ ਕਿਤੇ ਕਿਤੋਂ ਉਹੋ ਜਿਹੀ ਨਿਕੰਮੀ ਬਿਰਤੀ ਪੈ ਗਈ ਹੋਗੀ ਵੀ ਮੈਂ ਘਰ ਪਰਿਵਾਰ ਨਹੀਂ ਸੰਭਾਲਣਾ, ਗ੍ਰਸਤੀ ਨਹੀਂ ਸੰਭਾਲਣੀ। ਅਤੇ ਉਹ ਜਿਵੇਂ ਨਾ ਨਿਹੰਗ ਹੁੰਦਾ ਇੱਕ ਭਾਈਚਾਰਾ, ਅਤੇ ਉਹ ਨਿਹੰਗ ਬਣ ਗਏ, ਨਿਹੰਗ ਬਣ ਗਏ। ਚਲੋ ਉੱਥੇ ਤੱਕ ਵੀ ਕਿਸੇ ਨੂੰ ਫੈਮਿਲੀ ਨੂੰ ਓਬਜੈਕਸ਼ਨ ਨਹੀਂ ਸੀ ਕਿ ਤੁਸੀਂ ਪਹਿਰਾਵਾ ਬਦਲ ਲਿਆ, ਤੁਸੀਂ ਕੰਮ ਵੀ ਕਰੋ, ਗੁਰੂ ਸਾਹਿਬ ਨੇ ਤਾਂ ਕਿਹਾ ਸੀ ਕੋਈ ਗ੍ਰਸਤ ਆਸ਼ਰਮ ਵੀ ਰੱਖੋ ਅਤੇ ਮਿਹਨਤ ਵੀ ਕਰੋ। ਪਰ ਉਹਨੇ ਮਿਹਨਤ ਤੋਂ ਬਿਲਕੁਲ ਪੱਲਾ ਝਾੜ ਲਿਆ। ਅਤੇ ਉਹ ਮੈਂ ਉਦੋਂ ਛੋਟਾ ਜਿਹਾ ਹੁੰਦਾ ਸੀ, ਬਹੁਤੀ ਸਮਝ ਤਾਂ ਨਹੀਂ ਸੀ ਹੁੰਦੀ, ਪਰ ਮੈਂ ਇਹ ਦੇਖਦਾ ਹੁੰਦਾ ਸੀ ਕਿ ਮਾਂ ਸਾਨੂੰ ਕਿਸ
ਅਤੇ ਮੈਂ ਤੁਸੀਂ ਬੇਬਾਕੀ ਦੀ ਗੱਲ ਕੀਤੀ, ਮੈਂ ਆਪਣੇ ਬਚਪਨ 'ਚ ਕੁਛ ਵਾਪਰਿਆ ਤਾਂ ਮੈਂ ਕਦੇ ਕਿਸੇ ਤੋਂ ਛੁਪਾਉਣਾ ਨਹੀਂ ਚਾਹੁੰਦਾ ਹੁੰਦਾ। ਮੈਨੂੰ ਇੱਕ ਘਟਨਾ ਬਹੁਤ ਹੌਂਟ ਕਰਦੀ ਅੱਜ ਵੀ, ਕਿ ਮੈਨੂੰ ਯਾਦ ਹੈ ਮੈਂ ਉਦੋਂ ਛੋਟਾ ਜਿਹਾ ਸੀ, ਮੈਂ ਅਤੇ ਕਣਕ ਵੱਢੀ ਸੀ ਉਦੋਂ, ਅਤੇ ਕਣਕ ਵੱਢ ਕੇ ਹੁੰਦਾ ਕਿ ਖੇਤੀ ਵਾਲੇ ਜੱਟਾਂ ਦੇ ਹੁੰਦਾ ਕਿ ਸਾਲ 'ਚ ਦੋ ਵਾਰੀ ਘਰ 'ਚ ਪੈਸੇ ਆਉਂਦੇ ਹੁੰਦੇ ਕੁਛ, ਹੈ ਨਾ, ਜਦੋਂ ਫਸਲ ਵੇਚੀ ਜਾਂਦੀ ਹੈ। ਅਤੇ ਕਣਕ ਉਹ ਵੇਚੀ ਅਤੇ ਪਤਾ ਨਹੀਂ ਐਸੇ ਕੀ ਹਾਲਾਤ ਬਣੇ ਕਿ ਆੜ੍ਹਤੀ ਕੋਲੋਂ ਜਿਹੜਾ ਜਦੋਂ ਪੈਸੇ ਘਰ ਆਏ, ਘਰ ਝੋਲੇ ਝੋਲੇ 'ਚ ਪਾ ਕੇ ਕੁਛ ਰੱਖੇ ਹੋਏ ਸੀ ਵੀ ਜਿਸ ਤੋਂ ਬਾਅਦ 'ਚ ਸਾਰਾ ਖਰਚਾ ਖੁਰਚਾ ਕਰਨਾ ਜਾਂ ਕੁਛ ਵੀ ਕਰਨਾ ਸੀ, ਫਾਦਰ ਸਾਹਿਬ ਆਏ ਘਰ, ਸਵੇਰੇ ਉੱਠੇ, ਉਹਨਾਂ ਨੇ ਉਹ ਝੋਲਾ ਉਹ ਚੁੱਕਿਆ, ਚੁੱਕੇ ਉਹ ਮਤਲਬ ਤੁਰ ਪਏ, ਮਤਲਬ ਤੁਰ ਪਏ ਇਨ ਦਾ ਸੈਂਸ ਕਿ ਵੀ ਇਹ ਗੁਰਦੁਆਰੇ ਚੜ੍ਹਾ ਦੇਣੇ ਸਾਰੇ ਪੈਸੇ ਇਹਨੂੰ। ਅਤੇ ਮਤਲਬ ਸਾਡਾ ਘਰ ਜਿਹੜਾ ਹੈਗਾ ਇਹਦਾ ਇਹਦਾ ਖੇਤ ਨਾਲ ਹੀ ਪੈਂਦੇ, ਸਾਡੇ ਘਰ ਦੇ ਖੇਤ ਪਿੰਡ ਦੇ ਨਾ ਕੋਨੇ 'ਤੇ ਆ ਘਰ। ਮੈਂ ਮਤਲਬ ਵਿਹੜੇ 'ਚ ਖੜਾਂ, ਛੋਟਾ ਜਿਹਾ ਬੱਚਾ, ਸਾਹਮਣੇ ਤਾਂ ਖੇਤ ਨੇ ਖਾਲੀ, ਕਣਕ ਵੱਢਣ ਤੋਂ ਬਾਅਦ ਜਿੱਦਾਂ ਹੁੰਦੇ ਆ ਨਾ ਉਬੜ ਖਾਬੜ ਖੇਤ, ਘੜੂੰਗੇ ਵੀ ਹੁੰਦੇ ਵਿੱਚ, ਅਤੇ ਇੱਦਾਂ ਫਾਦਰ ਝੋਲਾ ਫੜ ਕੇ ਨੱਸਿਆ ਜਾ ਰਿਹਾ, ਮਗਰ ਡਾਂਗ ਫੜ ਕੇ ਮੇਰਾ ਦਾਦਾ ਨੱਸਿਆ ਹੋਇਆ ਪਿੱਛੇ ਪਿੱਛੇ, ਉਹਨੂੰ ਵਰਜਦਾ ਵੀ ਤੂੰ ਰੁਕ ਜਾ, ਅਤੇ ਵਿਹੜੇ ਦੇ ਵਿੱਚ ਖੜੀ ਮੇਰੀ ਮਾਂ ਮਤਲਬ ਹੱਥਾਂ ਮਾਰ ਰਹੀ ਹੈ ਕਿ ਤੂੰ ਆਹ ਤੂੰ ਕੀ ਕਰ ਰਿਹਾ, ਇਹ ਨਿਆਣਿਆਂ ਦੇ ਤੂੰ ਮੂੰਹ 'ਚੋਂ ਕੱਢ ਕੇ ਤੂੰ ਗੁਰਦੁਆਰੇ ਚੜ੍ਹਾ ਦੇਗਾ ਤਾਂ ਬਾਬਾ ਖੁਸ਼ ਹੋ ਜਾਏਗਾ ਇਸ ਗੱਲ ਨਾਲ। ਇਹ ਚੀਜ਼ ਕੋਈ ਧਰਮ ਵੀ ਨਹੀਂ, ਇਹ ਕੋਈ ਕੁਛ ਨਹੀਂ ਸਿਖਾਉਂਦਾ ਵੀ ਇਹ ਤਾਂ ਬਹੁਤ ਨਿਕੰਮੀ ਗੱਲ ਹੈ। ਤਾਂ ਉਹ ਮੇਰੇ ਉਹ ਮੰਜ਼ਰ ਜਿਹੜਾ ਹੈ ਨਾ ਉਹ ਦ੍ਰਿਸ਼ ਹੈ ਜਿਹੜਾ ਮੇਰੇ ਮਤਲਬ ਅੱਜ ਤੱਕ ਵੀ ਮੇਰੇ ਮਨ 'ਚ ਕਿਤੇ ਵਸਿਆ ਹੋਇਆ ਕਿ ਇਸ ਤਰ੍ਹਾਂ ਮੇਰੇ ਫਾਦਰ ਦੌੜੀ ਜਾ ਰਹੇ ਦੌੜੇ ਜਾ ਰਹੇ, ਨਹੀਂ ਹੱਥ ਆਏ ਦਾਦੇ ਦੇ ਔਰ ਦਾਦਾ ਮਗਰ ਦੌੜੀ ਜਾ ਰਹੇ ਸਟੇਜ ਤੱਕ ਗਏ ਔਰ ਥੱਕ ਕੇ ਵਾਪਸ ਆ ਗਏ, ਔਰ ਮੈਂ ਮਾਂ ਦੀਆਂ ਲੱਤਾਂ ਨੂੰ ਮਤਲਬ ਚੁੰਬੜਿਆ, ਮੈਨੂੰ ਸਮਝ ਕੁਛ ਨਹੀਂ ਆ ਰਿਹਾ ਕੀ ਹੋ ਰਿਹਾ, ਪਰ ਮਾਂ ਰੋ ਰਹੀ, ਮੈਨੂੰ ਡਰ ਲੱਗ ਰਿਹਾ। ਉਹ ਉਸ ਦਿਨ ਬੜੀ ਮੁਸ਼ਕਲ ਨਾਲ ਰਾਤ ਨੂੰ ਮਤਲਬ ਕਿ ਸਾਰੇ ਪਰਿਵਾਰ ਨੇ ਰੋਟੀ ਖਾਧੀ, ਅਤੇ ਬੀਬੀ ਨੇ ਫਿਰ ਵੀ ਕਿਹਾ ਚਲੋ ਕੋਈ ਗੱਲ ਨਹੀਂ ਆਪਾਂ ਮਰ ਥੋੜ੍ਹੀ ਜਾਣਾ ਹੈ ਨਾ, ਕੁਛ ਕਰਾਂਗੇ। ਉਹ ਸੱਚੀ ਮੁੱਚੀ ਬੀਬੀ ਨੇ ਸਾਨੂੰ ਮਰਨ ਨਹੀਂ ਦਿੱਤਾ, ਮਤਲਬ ਉਸ ਚੀਜ਼ 'ਚੋਂ ਬਾਹਰ ਕੱਢਿਆ। ਪਰ ਉਸ ਘਟਨਾ ਤੋਂ ਬਾਅਦ ਜਦੋਂ ਕਿਤੇ ਫਾਦਰ ਸਾਹਿਬ ਫਿਰ ਵੀ ਘਰ ਆਉਂਦੇ ਸੀ ਨਾ, ਅਤੇ ਇੱਕ ਇਨੋਸੈਂਟ ਮਾਇੰਡ ਅੰਦਰ ਹੁੰਦਾ ਨਾ, ਤੁਹਾਨੂੰ ਕਿਤੇ ਨਜ਼ਰ ਤੁਹਾਡੀ ਹੁੰਦੀ ਵੀ ਸਮਥਿੰਗ ਰੋਂਗ ਹੈ ਕੁਛ, ਹੈ ਨਾ, ਆਉਂਦੇ ਸੀ ਅਤੇ ਮੈਨੂੰ ਬਹੁਤ ਅਜੀਬ ਲੱਗਦਾ ਹੁੰਦਾ ਸੀ, ਮੈਨੂੰ ਹੌਲੀ ਹੌਲੀ ਤਾਂ ਇੱਦਾਂ ਲੱਗਣ ਲੱਗ ਪਿਆ ਸੀ ਜਿੱਦਾਂ ਕੋਈ ਓਪਰਾ ਬੰਦਾ ਘਰ ਦੇ ਵਿੱਚ ਰਾਤ ਕੱਟਣ ਆਇਆ, ਕਿਉਂ ਆਇਆ, ਹੈ ਨਾ, ਇਹ ਮੇਰੀ ਬੀਬੀ ਕੋਲ ਕਿਉਂ ਆ ਰਿਹਾ, ਇਹ ਰਾਤ ਕਿਉਂ ਕੱਟ ਰਿਹਾ ਇੱਥੇ ਜਾ ਕੇ ਇੱਦਾਂ। ਸੋ ਉਹ ਚੀਜ਼ਾਂ ਜਿਹੜੀਆਂ ਨਾ ਅੰਦਰ ਕਿਤੇ ਤਕਲੀਫ 'ਚ ਰਹੀਆਂ, ਪਰ ਮੈਂ ਆਪਣੀ ਵਿਅਕਤਿਤਵ ਬਾਅਦ 'ਚ ਇੱਦਾਂ ਦਾ ਬਣਾਇਆ ਜਾਂ ਬਣ ਗਿਆ ਕਿ ਮੈਂ ਖੁੱਲ੍ਹ ਕੇ ਜਾਂ ਬਹੁਤ ਉੱਭਰ ਕੇ ਆਪਣੇ ਬਾਪ ਨੂੰ ਨਫ਼ਰਤ ਨਹੀਂ ਕਰ ਪਾਇਆ ਕਦੇ, ਆਈ ਡੋਂਟ ਨੋ ਵਾਈ, ਨਫ਼ਰਤ ਨਹੀਂ ਕਰ ਪਾਇਆ ਕਿਤੇ। ਜਾਂ ਤਾਂ ਆਰਟ ਨੇ ਕੁਛ ਇੰਨਾ ਕੁਛ ਖੋਲ੍ਹ ਦਿੱਤਾ ਸਾਡੇ ਸਾਹਮਣੇ, ਲੱਗਾ ਵੀ ਕੈਰੈਕਟਰ ਹੈ ਉਹ ਵੀ ਇੱਕ, ਹੈ ਨਾ, ਸ਼ਾਇਦ ਉਹਦੀ ਇੰਨੀ ਕੋਈ ਸਮਝ ਸੀ, ਸ਼ਾਇਦ ਉਹਨੇ ਗਲਤ ਐਂਗਲ ਫੜਿਆ ਸੀ ਜ਼ਿੰਦਗੀ ਦਾ, ਪਤਾ ਨਹੀਂ ਕੀ ਸੀ ਕੀ ਨਹੀਂ ਸੀ, ਹੈ ਨਾ। ਅਤੇ ਬਾਕੀ ਸਾਰੇ ਇਹੀ ਕਹਿੰਦੇ ਹੁੰਦੇ ਸੀ, ਸਾਨੂੰ ਪਿੰਡ ਵਾਲੇ ਵੀ ਇਹ ਸਮਝਾਉਂਦੇ ਹੁੰਦੇ ਸੀ ਕਿ ਕੋਈ ਗੱਲ ਨਹੀਂ, ਤੁਹਾਡਾ ਫਾਦਰ ਸਮਾਜ ਦਾ ਤਾਂ ਕੋਈ ਨੁਕਸਾਨ ਨਹੀਂ ਕਰ ਰਿਹਾ, ਤੁਹਾਨੂੰ ਕੁਛ ਕਹਿ ਤਾਂ ਨਹੀਂ ਰਿਹਾ ਕਿਸੇ, ਪਰ ਸਾਨੂੰ ਤਾਂ ਤਕਲੀਫ ਹੁੰਦੀ ਸੀ। ਬਿਲਕੁਲ। ਸੋ ਉਹ ਮੇਰਾ ਖਿਆਲ ਹੈ ਮੇਰੇ ਅੰਦਰ ਕਿਤੇ ਹੈਗੀ ਹੈ। ਅਤੇ ਜੇ ਮੈਂ ਅੱਜ ਭਾਵੁਕ ਹਾਂ ਬਹੁਤ ਜ਼ਿਆਦਾ, ਮੈਂ ਆਰਟ ਪ੍ਰਤੀ ਵੀ ਭਾਵੁਕ ਹਾਂ, ਮੈਂ ਗੱਲ ਕਰਦਾ ਵੀ ਹੋ ਜਾਂਦਾ, ਤਾਂ ਮੈਨੂੰ ਲੱਗਦਾ ਉਹਦੇ 'ਚ ਕਾਰਨ ਉਹ ਇੱਕ ਉਹ ਕਾਰਨ ਹੈ ਜਿਹੜਾ ਨੈਗੇਟਿਵ ਹੈ, ਇੱਕ ਕਾਰਨ ਮੇਰੀ ਮਾਂ ਹੈ ਜਿਹਨੇ ਇੰਨੀਆਂ ਮੁਸ਼ਕਲਾਂ ਨਾਲ ਸਾਨੂੰ ਪਾਲਿਆ। ਅੱਜ ਅਸੀਂ 6 ਹੋਏ ਭੈਣ ਭਰਾ ਆਪਣੇ ਆਪਣੇ ਪੈਰਾਂ 'ਤੇ ਖੜ੍ਹੇ ਹਾਂ, ਮੇਰੀਆਂ 3 ਭੈਣਾਂ ਬਾਹਰ ਨੇ ਕੈਨੇਡਾ ਅਮਰੀਕਾ 'ਚ ਸੈਟਲਡ ਨੇ, ਆਪਣੇ ਪਰਿਵਾਰਾਂ 'ਚ ਬੈਠੀਆਂ ਨੇ, ਮੇਰਾ ਬ੍ਰਦਰ ਜਿਹੜਾ ਹੈਗਾ ਆਸਟ੍ਰੇਲੀਆ 'ਚ ਸੈਟਲਡ ਹੈ, ਮੇਰਾ ਵੱਡਾ ਭਰਾ ਹੈਗਾ ਉਹ ਵੀ ਕੈਨੇਡਾ ਵੀ ਜਾਂਦਾ ਸਾਲ 6 ਮਹੀਨੇ, ਪਿੰਡ ਵੀ ਰਹਿੰਦਾ, ਅੱਛਾ ਘਰ ਸਾਰਾ ਕੁਛ, ਮਤਲਬ ਸਾਡਾ ਵੀ ਠੀਕ ਹੈ, ਬੱਚੇ ਨੇ ਸਾਰਾ ਕੁਛ। ਅਤੇ ਅਸੀਂ ਸਮਝਦੇ ਵੀ ਅਸੀਂ ਮਿਲ ਕੇ ਆਪਣੀ ਮਾਂ ਦੀ ਅਗਵਾਈ ਵਿੱਚ ਅਸੀਂ ਜ਼ਿੰਦਗੀ ਨੂੰ ਸਲਾਮ ਕੀਤਾ, ਅਸੀਂ ਉਸ ਗਲਤ ਬਾਪ ਨੂੰ ਹਰਾਇਆ ਅਸੀਂ ਮਿਹਨਤ ਕਰਕੇ। ਬਿਲਕੁਲ ਸਰ, ਇੱਕ ਪਾਸੇ ਤੁਸੀਂ ਉਸ ਪਿਤਾ ਦਾ ਜ਼ਿਕਰ ਕਰ ਰਹੇ ਹੋ ਨਾ ਜਿਹੜੇ ਬਚਪਨ 'ਚ ਆਪਣੇ ਬੱਚਿਆਂ ਦੀ ਜ਼ਿੰਮੇਵਾਰੀ ਤੋਂ ਵੀ ਭੱਜੇ, ਇੱਕ ਤਰ੍ਹਾਂ ਮੈਂ ਕਹਿ ਸਕਦੀ ਕਿ ਸਮਾਜ ਤੋਂ ਵੀ ਭੱਜੇ ਹੋਏ ਵਿਅਕਤੀ ਸੀ, ਹੈ ਨਾ। ਦੂਜੇ ਪਾਸੇ ਜਦੋਂ ਤੁਹਾਡੀ ਆਪਣੀਆਂ ਧੀਆਂ ਨਾਲ ਜਿਹੜਾ ਇੱਕ ਰਾਬਤਾ ਹੈ ਨਾ, ਜਦੋਂ ਉਹ ਦੇਖੀਦਾ ਜਾਂ ਪੜ੍ਹੀਦਾ ਹੁੰਦਾ ਤਾਂ ਇਹ ਲੱਗਦਾ ਹੁੰਦਾ ਕਿ ਤੁਸੀਂ ਉਹਨਾਂ ਦੇ ਪਿਤਾ ਦੀਆਂ ਜ਼ਿੰਮੇਵਾਰੀਆਂ ਤਾਂ ਬਖੂਬੀ ਨਿਭਾ ਰਹੇ ਹੋ, ਪਰ ਉਸ ਤੋਂ ਵੀ ਵੱਧ ਕੇ ਇੱਕ ਦੋਸਤ ਵਾਲਾ ਨਜ਼ਰੀਆ ਜਿਹੜਾ ਤੁਹਾਡਾ ਉਹਨਾਂ ਨਾਲ ਹੈ ਨਾ। ਉਸੇ ਚੀਜ਼ ਨੂੰ ਲੈ ਕੇ ਜਦੋਂ ਤੁਸੀਂ ਇੱਕ ਬੇਹੱਦ ਸੰਜੀਦਾ ਵਿਸ਼ੇ ਦੇ ਉੱਤੇ ਇੱਕ ਤੁਹਾਡਾ ਪਲੇਅ ਆ ਰਿਹਾ ਜਿਹੜਾ ਤੁਸੀਂ ਕਰਕੇ ਹਟੇ ਹੋ ਰੀਸੈਂਟ, ਵਿਜ਼ਾਈਨਾ ਟੋਕ, ਹੈ ਨਾ, ਆਪਣੀ ਧੀ ਨੂੰ ਲੈ ਕੇ ਆਉਣਾ ਉਸ ਪਲੇਅ ਦੇ ਵਿੱਚ, ਪਹਿਲੀ ਗੱਲ ਤਾਂ ਇੱਕ ਬਹੁਤ ਇਹੋ ਜਿਹਾ ਵਿਸ਼ਾ ਜਿਹੜਾ ਲੱਗਦਾ ਸੀ ਕਿ ਸੋਸਾਇਟੀ ਦੇ ਵਿੱਚ ਐਕਸੈਪਟੇਬਲ ਨਹੀਂ ਹੋਏਗਾ, ਉਹ ਕਰਨ ਲੱਗੇ ਕਿਤੇ ਮਨ ਡਰਿਆ, ਜਾਂ ਉਸ ਵਿਸ਼ੇ ਨਾਲ ਕੀ ਸਮਾਜ ਨੂੰ ਤੁਸੀਂ ਕਹਿਣਾ ਚਾਹੁੰਦੇ ਸੀ, ਕੀ ਦੱਸਣਾ ਚਾਹੁੰਦੇ ਸੀ? ਡਰਿਆ ਤਾਂ ਬਿਲਕੁਲ ਵੀ ਨਹੀਂ, ਕਿਉਂਕਿ ਜੇ ਮਤਲਬ ਹੈ ਨਾ, ਜੇ ਤੁਸੀਂ ਡਰ ਗਏ, ਪਹਿਲੀ ਗੱਲ ਤਾਂ ਡਰ ਕੇ ਤੁਸੀਂ ਕਲਮ ਹੀ ਨਹੀਂ ਚੁੱਕ ਸਕਦੇ, ਤੁਸੀਂ ਲਿਖ ਹੀ ਨਹੀਂ ਸਕਦੇ, ਤੁਸੀਂ ਸੋਚ ਨਹੀਂ ਸਕਦੇ ਉਸ ਤਰ੍ਹਾਂ, ਹੈ ਨਾ। ਮੇਰਾ ਇਸ ਹਮੇਸ਼ਾ ਇਹ ਰਿਹਾ ਕਿ ਜੇ ਕੁਛ ਸਬਜੈਕਟ ਤੁਹਾਡੇ ਮਾਇੰਡ 'ਚ ਆ ਰਿਹਾ, ਉਹਦੇ ਬਾਰੇ ਤੁਸੀਂ ਕੁਛ ਲਿਖਣਾ ਚਾਹੁੰਦੇ ਹੋ, ਬੋਲਣਾ ਚਾਹੁੰਦੇ ਹੋ, ਕਹਿਣਾ ਚਾਹੁੰਦੇ ਹੋ, ਤਾਂ ਉਸ ਦਿਨ ਹੀ ਕਿਹਾ ਜਾਵੇ ਜਿਸ ਦਿਨ ਪੂਰਾ ਤੁਸੀਂ ਡਰ ਚੁੱਕਿਆ ਗਿਆ ਤੁਹਾਡਾ, ਉਦੋਂ ਤੱਕ ਨਾ ਚੁੱਕੋ ਕਲਮ, ਹੈ ਨਾ।
ਜੇ ਮੈਂ ਕਿਸੇ ਯੁੱਧ ਬਾਰੇ ਗੱਲ ਕਰਨੀ ਹੈ, ਕੋਈ ਕਸ਼ਮੀਰ ਮਸਲੇ ਬਾਰੇ ਗੱਲ ਕਰਨੀ ਹੈ, ਕੋਈ ਕਿਸਾਨ ਦੀ ਖੁਦਕੁਸ਼ੀ ਬਾਰੇ ਗੱਲ ਕਰਨੀ ਹੈ, ਤਾਂ ਮੈਂ ਕਲਮ ਉਦੋਂ ਚੁੱਕੂੰਗਾ ਜਦੋਂ ਮੈਨੂੰ ਲੱਗੂਗਾ ਅੱਜ ਮੈਂ ਪੂਰੀ ਤਰ੍ਹਾਂ ਖੁੱਲ੍ਹ ਕੇ ਡਰ ਅੰਦਰੋਂ ਤਿਆਗ ਦਿੱਤਾ, ਹੁਣ ਮੈਂ ਬੇਬਾਕ ਹੋ ਕੇ ਗੱਲ ਕਰ ਸਕਦਾ। ਕਿਉਂਕਿ ਜੇ ਮੈਂ ਨਾਟਕ ਲਿਖ ਰਿਹਾ ਤਾਂ ਮੈਂ ਆਪਣੇ ਲਈ ਨਹੀਂ ਲਿਖ ਰਿਹਾ, ਜੇ ਮੈਂ ਆਪਣੀ ਬੇਟੀ ਨੂੰ ਉਹਦੇ ਵਿੱਚ ਐਕਟ ਕਰਵਾ ਰਿਹਾ ਤਾਂ ਇਹ ਮਸਲਾ ਇੱਕ ਬਾਪ ਧੀ ਤੱਕ ਸੀਮਤ ਨਹੀਂ ਹੈ। ਨਾਟਕ ਨੇ ਸਮਾਜ ਦੇ ਅੱਗੇ ਜਾਣਾ, ਆਮ ਦਰਸ਼ਕ ਦੇ ਅੱਗੇ ਜਾਣਾ, ਮੈਂ ਲਿਖ ਦੇਣਾ, ਉਹਨੇ ਐਕਟ ਕਰ ਦੇਣਾ, ਪਰ ਨਾਟਕ ਤਾਂ ਬਾਅਦ 'ਚ ਉਹਨਾਂ ਦਾ ਬਣਨਾ ਜਿਨ੍ਹਾਂ ਨੇ ਆ ਕੇ ਦੇਖਣਾ, ਉਹਨਾਂ ਨੇ ਰਿਸੀਵ ਕਰਨਾ। ਸੋ ਉਹਨਾਂ ਦੀਆਂ ਜਿੰਨੀਆਂ ਪ੍ਰੋਬਲਮਸ ਨੇ, ਜਿੰਨੀਆਂ ਡਾਇਮੈਂਸ਼ਨਸ ਨੇ, ਜਿੱਦਾਂ ਜਿੱਦਾਂ ਵੀ ਸਮਾਜ ਦਾ ਅਲੱਗ ਅਲੱਗ ਵਰਗ ਉਹਦੇ ਬਾਰੇ ਸੋਚ ਸਕਦਾ, ਤਾਂ ਫਿਰ ਮੇਰੀ ਕੀ ਸੋਚ ਹੈ, ਮੈਂ ਕਿਹੜੇ ਪਾਸੇ ਨੂੰ ਉਂਗਲ ਫੜ ਕੇ ਦਰਸ਼ਕ ਦੀ ਤੋਰਨਾ ਚਾਹੁੰਦਾ, ਉਹਨੂੰ ਕਿਹੜੀ ਚੀਜ਼ ਦੇ ਉੱਤੇ ਉਹਨੂੰ ਮਜਬੂਰ ਕਰਨਾ ਚਾਹੁੰਦਾ ਕਿ ਆਹ ਤਾਂ ਤੂੰ ਸੋਚ ਹੀ ਸੋਚ, ਜਾਂ ਮੇਰਾ ਦਰਸ਼ਕ ਇੱਕ ਘੰਟੇ ਦੇ ਨਾਟਕ ਦੇਖਣ ਤੋਂ ਬਾਅਦ ਕਿਹੜੀ ਚੀਜ਼ ਹੈ ਜਿਹੜੀ ਉਹਦੇ ਮਨ 'ਤੇ ਇੰਪ੍ਰਿੰਟ ਹੋ ਕੇ ਉਹ ਘਰ ਲੈ ਕੇ ਜਾਵੇ, ਆਪਣੇ ਭੈਣ ਭਰਾ ਨਾਲ ਡਿਸਕਸ ਕਰੇ। ਅਤੇ ਉਸ ਨੂੰ ਜਦੋਂ ਮੈਂ ਲਿਖਣ ਲੱਗਾ ਤਾਂ ਕਿੰਨੀਆਂ ਸਾਰੀਆਂ ਗੱਲਾਂ ਮੇਰੇ ਮਾਇੰਡ 'ਚ ਸੀ, ਸਾਡੇ ਮੁਲਕ 'ਚ ਕਿੰਨੇ ਸਾਰੇ ਬਲਾਤਕਾਰ ਹੋ ਰਹੇ ਨੇ, ਕਿੰਨੀਆਂ ਸਾਰੀਆਂ ਜ਼ਬਰਦਸਤੀਆਂ ਹੋ ਰਹੀਆਂ ਨੇ, ਧੀਆਂ ਭੈਣਾਂ ਨਾਲ ਰੇਪ ਵੀ ਹੁੰਦੇ ਨੇ, ਰੇਪ ਤੋਂ ਬਾਅਦ ਉਹਨਾਂ ਨੂੰ ਜਲਾ ਦਿੱਤਾ ਜਾਂਦਾ ਜਾਂ ਉਹਨਾਂ ਨੂੰ ਮਾਰ ਦਿੱਤਾ ਜਾਂਦਾ, ਜਾਂ ਉਹਨਾਂ ਨਾਲ ਬਹੁਤ ਸਖਤੀ, ਮਤਲਬ ਆਇਰਨ ਰੋਡ ਸਮਥਿੰਗ ਲਾਈਕ ਤੇਜ਼ਾਬ ਜਾਂ ਪੈਟਰੋਲ ਜਾਂ ਕੁਛ, ਮਤਲਬ ਇਹ ਹੋਰੀਬਲ ਹੈ ਸਾਰਾ ਕੁਛ, ਹੈ ਨਾ, ਜੋ ਵੀ ਕੁਛ ਹੋ ਰਿਹਾ। ਦੋਸਤੀਆਂ ਕਰਨੀਆਂ ਮੁੰਡਿਆਂ ਕੁੜੀਆਂ ਦੀ ਅਲੱਗ ਹੈ, ਦੋਸਤੀਆਂ ਵਿੱਚ ਇੱਕ ਦੂਜੇ ਨਾਲ ਲੜ ਪੈਣਾ ਅਲੱਗ ਹੈ, ਕੋਈ ਮੁੰਡਾ ਕੁੜੀ ਦਾ ਪਿੱਛਾ ਕਰਦਾ ਇੱਕ ਡਿਫਰੈਂਟ ਗੱਲ ਹੈ, ਕੋਈ ਕੁੜੀ ਕਿਸੇ ਮੁੰਡੇ ਦਾ ਪਿੱਛਾ ਕਰਦੀ ਹੈ ਡਿਫਰੈਂਟ ਗੱਲ ਹੈ, ਇਹ ਸਾਰੀਆਂ ਇਹ ਸਮਾਜ ਦਾ ਅੰਗ ਨੇ, ਹੈ ਨਾ, ਸਾਡੇ ਅੰਦਰ ਗੁਣ ਔਗੁਣ ਨੇ। ਪਰ ਤੁਸੀਂ ਕਿਸੇ ਨੂੰ ਮਾਰ ਦੇਣਾ ਜਾਂ ਕਿਸੇ ਨਾਲ ਇਸ ਲੈਵਲ 'ਤੇ ਸਰੀਰਕ ਅਤੇ ਮਾਨਸਿਕ ਧੱਕਾ ਕਰਨਾ, ਮੈਨੂੰ ਲੱਗਦਾ ਸੀ ਬਹੁਤ ਗਲਤ ਹੈ, ਅਤੇ ਗਲਤ ਦੇ ਖਿਲਾਫ਼ ਅਸੀਂ ਬੋਲਦੇ ਹਾਂ। ਬਟ ਸਾਹਿਬ ਸਿੰਘ ਕਿਉਂਕਿ ਇੱਕ ਆਰਟਿਸਟ ਹੈ ਅਤੇ ਮੈਨੂੰ ਆਰਟਿਸਟਿਕ ਨਜ਼ਰੀਏ ਤੋਂ ਗੱਲ ਕਰਨੀ ਚਾਹੀਦੀ ਹੈ, ਅਤੇ ਮੈਂ ਉੱਥੇ ਤੱਕ ਸੀਮਤ ਨਹੀਂ ਰਹਿ ਸਕਦਾ ਕਿ ਆਹ ਗਲਤ ਹੈ ਅਤੇ ਗਲਤ ਹੈ, ਗਲਤ ਕਿਉਂ ਹੈ ਉਹਦੇ ਪ੍ਰੋਸੈਸ ਵਿੱਚ ਜਾਣ ਦੀ ਕੋਸ਼ਿਸ਼ ਸੀ। ਇਸ ਕਰਕੇ ਮੈਂ ਪਲੇ ਲਿਖਿਆ ਵਜਾਈਨਾ ਟੋਕਸ, ਕਿ ਸਦੀਆਂ ਤੋਂ ਉਹ ਐਸਾ ਕਿਹੜਾ ਪ੍ਰੋਸੈਸ ਚੱਲਿਆ ਹੋਊਗਾ, ਧਰਮ ਨੇ, ਸੱਤਾ ਨੇ, ਰਾਜਨੀਤੀ ਨੇ, ਸਮਾਜ ਨੇ, ਸਾਡੇ ਅਰਥ ਸ਼ਾਸਤਰ ਨੇ, ਸਾਰਿਆਂ ਨੇ ਮਿਲ ਕੇ ਐਸਾ ਕੀ ਪ੍ਰੋਸੈਸ ਬਣਾਇਆ ਹੋਊਗਾ ਕਿ ਕਿਸੇ ਮੁੰਡੇ ਨੂੰ, ਕਿਸੇ ਬੰਦੇ ਨੂੰ ਇਹ ਹੱਕ ਮਿਲ ਗਿਆ ਕਿ ਮੈਂ ਲੜਕੀ ਨਾਲ ਧੱਕਾ ਕਰ ਸਕਦਾ, ਮੈਂ ਰੇਪ ਕਰਕੇ ਮੈਂ ਬਚ ਕੇ ਨਿਕਲ ਸਕਦਾ, ਉਹ ਕਿਹੜਾ ਪ੍ਰੋਸੈਸ? ਫਿਰ ਉਹਨੂੰ ਮੈਂ ਹਿਸਟਰੀ 'ਚੋਂ, ਮਾਈਥੋਲੋਜੀ 'ਚੋਂ, ਸਾਡੇ ਮਿਥਾਸ 'ਚੋਂ, ਰਮਾਇਣ, ਮਹਾਭਾਰਤ, ਮਨੂ ਜਾਂ ਅਹਲਿਆ ਵਰਗੀਆਂ ਸਟੋਰੀਆਂ ਜਿਹੜੇ ਇਤਿਹਾਸ ਪਈਆਂ ਉਹਨਾਂ ਸਾਰਿਆਂ ਨੂੰ ਖੰਗਾਲਿਆ, ਖੰਗਾਲ ਕੇ ਉਹਨਾਂ ਦੇ ਵਿੱਚੋਂ ਉਹਨਾਂ ਦੀ ਰੀਇੰਟਰਪ੍ਰੀਟੇਸ਼ਨ ਕੀਤੀ, ਉਹਨਾਂ ਨੂੰ ਪੁਨਰ ਪ੍ਰਭਾਸ਼ਿਤ ਕੀਤਾ ਕਿ ਜੇ ਇੱਦਾਂ ਆ ਤਾਂ ਇੱਦਾਂ ਕਿਉਂ ਆ, ਜੇ ਰਾਮ ਸੀਤਾ ਦੀ ਅਗਨੀ ਪ੍ਰੀਖਿਆ ਲੈ ਰਿਹਾ ਤਾਂ ਇਹ ਕੀ ਲੌਜਿਕ ਹੋਇਆ, ਕਿਉਂ ਲੈ ਰਿਹਾ ਅਗਨੀ ਪ੍ਰੀਖਿਆ, ਸਮਾਜ ਬੋਲਿਆ ਕਿਉਂ ਨਹੀਂ ਰਿਐਕਟ ਕੀਤਾ ਕਿ ਅਗਨੀ ਪ੍ਰੀਖਿਆ ਕਿਸ ਗੱਲ ਦੀ ਅਗਨੀ ਪ੍ਰੀਖਿਆ ਦੇਵੇ? ਜੇ ਦ੍ਰੋਪਦੀ ਦੇ ਕਾਰਨ ਅਸੀਂ ਕਹਿੰਦੇ ਕਿ ਮਹਾਂਭਾਰਤ ਦ੍ਰੋਪਦੀ ਕਰਕੇ ਹੋਇਆ, ਤਾਂ ਮੈਂ ਕਹਿੰਦਾ ਇਹ ਬਕਵਾਸ ਗੱਲ ਹੈ ਕਿ ਇਸ ਦ੍ਰੋਪਦੀ ਦੇ ਇੱਕ ਲਫ਼ਜ਼ ਬੋਲਣ ਵਾਲੀ ਮਹਾਂਭਾਰਤ ਹੋ ਗਿਆ, ਬਾਕੀ ਸਾਰੇ ਕਿੱਦਾਂ ਬਰੀ ਹੋ ਗਏ? ਉਹਨਾਂ ਨੂੰ ਕਿਹਨੇ ਹੱਕ ਦਿੱਤਾ ਸੀ ਯੁਧਿਸ਼ਠਰ ਨੂੰ ਅਤੇ ਅਰਜੁਨ ਨੂੰ ਕਿਹਨੇ ਹੱਕ ਦਿੱਤਾ ਸੀ ਕਿ ਉੱਥੇ ਜੂਆ ਖੇਡਣ ਅਤੇ ਦ੍ਰੋਪਦੀ ਨੂੰ ਦਾਅ 'ਤੇ ਲਾ ਦੇਣ? ਦ੍ਰੋਪਦੀ ਇਜ਼ ਨੋਟ ਐਨ ਓਬਜੈਕਟ, ਵਸਤੂ ਨਹੀਂ ਹੈ ਵੀ ਤੁਸੀਂ ਉਹਨੂੰ ਉੱਥੇ ਦਾਅ 'ਤੇ ਲਾ ਦਿਓ, ਪੈਸਾ ਲਾਓ, ਘਰ ਲਾਓ, ਲਾ ਦਿਓ ਜੋ ਵੀ ਲਾਉਣਾ ਤੁਸੀਂ, ਉਹਨੂੰ ਕਿੱਦਾਂ ਲਾ ਦਿੱਤਾ ਤੁਸੀਂ, ਹੈ ਨਾ? ਫਿਰ ਕ੍ਰਿਸ਼ਨ ਦਾ ਕੀ ਰੋਲ ਹੈ? ਮੇਰੇ ਦਿਮਾਗ 'ਚ ਬਹੁਤ ਵੱਡਾ ਕੁਐਸਚਨ ਸੀ ਕਿ ਕ੍ਰਿਸ਼ਨ ਕਿਵੇਂ ਹੀਰੋ ਕਿਵੇਂ ਹੋ ਗਿਆ ਕ੍ਰਿਸ਼ਨ? ਅਕਸਰ ਇਹ ਵੀ ਕਹਿ ਦਿੱਤਾ ਜਾਂਦਾ, ਅਸੀਂ ਪੜ੍ਹਦੇ ਵੀ ਰਹਿੰਦੇ ਕਿ ਜੜ ਤੇ ਜੋਰੂ ਹੈ ਜਿਹੜੇ ਇਹ ਝਗੜੇ ਦਾ ਕਾਰਨ ਹੈ ਨਾ, ਔਰਤ ਨੂੰ ਇੱਕ ਵਸਤੂ ਦੇ ਤੌਰ ਤੇ ਪੇਸ਼ ਕਰ ਦਿੱਤਾ ਜਾਂਦਾ, ਉੱਥੇ ਤਾਂ ਸਾਰੀ ਪ੍ਰੋਬਲਮ ਖੜੀ ਨਾ, ਕਿ ਜਦੋਂ ਅਸੀਂ ਵਸਤੂ, ਮੇਰਾ ਇਹ ਸੀ ਵਜਾਈਨਾ ਟਾਕਸ ਦੇ ਵਿੱਚ ਕਿ ਮੈਂ ਇੱਕ ਮਾਈਂਡ ਤੇ ਇੰਪ੍ਰਿੰਟ ਕਰਾਂ ਕਿ ਵਸਤੂ ਨਹੀਂ ਹੈ ਯਾਰ, ਇਸ ਕਰਕੇ ਜੇ ਵਸਤੂ ਨਹੀਂ ਹੈ ਤਾਂ ਮਾਲਕੀ ਨਹੀਂ ਹੈ, ਜੇ ਵਸਤੂ ਤਾਂ ਹੀ ਮਾਲਕੀ ਰਹੂਗੀ ਨਾ, ਤਾਂ ਮਾਲਕੀ ਖਤਮ ਹੋਣੀ ਚਾਹੀਦੀ ਹੈ, ਕੋਈ ਮਾਲਕੀ ਨਹੀਂ ਹੈ, ਪਿਓ ਜਿਹੜਾ ਹੈਗਾ ਆ ਉਹ ਧੀ ਦਾ ਜਾਂ ਪੁੱਤ ਦਾ ਮਾਲਕ ਨਹੀਂ ਹੈ, ਉਹ ਇੱਕ ਇਸ ਕਰਕੇ ਉਹਦੇ ਕੋਲ ਇੱਕ ਅਥਾਰਟੀ ਹੈ ਕਿ ਉਹਦਾ ਜ਼ਿੰਦਗੀ ਦਾ ਤਜਰਬਾ ਜਿਹੜਾ ਹੈਗਾ ਉਹ ਬੱਚੇ ਨਾਲੋਂ ਵੱਧ ਹੈ, ਇਸ ਕਰਕੇ ਉਹਨੂੰ ਉਂਗਲ ਫੜ ਕੇ ਉਹ ਗਾਈਡ ਕਰ ਸਕਦਾ ਕਿ ਬੱਚੇ ਆਹ ਠੀਕ ਹੈ, ਆਹ ਗਲਤ ਹੈ, ਇੱਥੇ ਤੈਨੂੰ ਇੱਦਾਂ ਕਰਨਾ ਚਾਹੀਦਾ, ਬਟ ਉਹ ਅਲਟੀਮੇਟ ਡਿਸੀਜ਼ਨ ਨਹੀਂ ਦੇਣਾ ਚਾਹੀਦਾ ਉਹਨੂੰ ਅਤੇ ਨਾ ਹੀ ਦੇ ਸਕਦਾ ਉਹ। ਇਵੇਂ ਬ੍ਰਦਰ ਸਿਸਟਰ ਦਾ ਰਾਖਾ ਹੈਗਾ ਠੀਕ ਹੈ, ਪਰ ਇੰਨਾ ਕਿਉਂ ਰਾਖਾ ਬਣਿਆ ਹੋਇਆ ਬ੍ਰਦਰ ਸਿਸਟਰ, ਕਿਉਂ ਸਿਸਟਰ ਦੀ ਜ਼ਿੰਦਗੀ ਖਤਮ ਹੋ ਜਾਵੇ, ਸਿਸਟਰ ਸਹਿਮੀ ਰਹੇ ਹਰ ਵੇਲੇ ਕਿ ਮੇਰਾ ਭਰਾ ਇੱਦਾਂ ਕਹਿ ਰਿਹਾ, ਹਾਏ ਮੇਰਾ ਭਰਾ ਨੇ ਜੋ ਪਤਾ ਲੱਗਿਆ ਇੱਧਰ ਨੂੰ ਜਾਣਾ ਮੈਂ ਉੱਧਰ ਨੂੰ ਜਾਣਾ, ਕਿਉਂ? ਉਹਦੀ ਆਪਣੀ ਵੀ ਇੱਕ ਜ਼ਿੰਦਗੀ ਹੈਗੀ ਹੈ ਨਾ। ਮੈਂ ਇਹ ਕਹਿਣਾ ਚਾਹੁੰਦਾ ਸੀ ਵਜਾਈਨਾ ਟੋਕਸ ਦੇ ਵਿੱਚ ਕਿ ਵਜਾਈਨਾ ਇੱਕ ਔਰਤ ਦਾ ਮਹੱਤਵਪੂਰਨ ਔਰਗਨ ਹੈ, ਜਿਵੇਂ ਉਹਦੇ ਹੋਰ ਔਰਗਨ ਨੇ, ਅੰਗ ਨੇ, ਇਵੇਂ ਜਿਵੇਂ ਸਾਡੇ ਮੇਲਸ ਦੇ ਅੰਗ ਨੇ, ਇਸੇ ਤਰ੍ਹਾਂ ਇੱਕ ਸਰੀਰ ਦੇ ਅੰਗ ਦੇ ਤੌਰ 'ਤੇ ਉਹਨੂੰ ਅੰਕਿਆ ਜਾਵੇ, ਨਾ ਕਿ ਉਹਨੂੰ ਸਿਰਫ ਤੁਸੀਂ ਇਸ ਸੈਕਸ ਤੱਕ ਸੀਮਤ ਕਰ ਦਿਓ। ਸੈਕਸ ਤੱਕ ਸੀਮਤ ਨਹੀਂ ਹੈ ਵਜਾਈਨਾ, ਹੈ ਨਾ, ਜੇ ਸੈਕਸ ਤੱਕ ਸੀਮਤ ਹੁੰਦਾ ਫਿਰ ਤਾਂ ਉਹਦੀ ਇੱਕੋ ਡਿਊਟੀ ਰਹਿ ਗਈ ਨਾ ਕਿ ਸੈਕਸ ਕਰਨਾ ਐਂਡ ਬੱਚਾ ਪੈਦਾ ਕਰਨਾ, ਪਰ ਨਹੀਂ, ਅਦਰਵਾਈਜ਼ ਵੀ ਤਾਂ ਉਹ ਸਰੀਰ ਦਾ ਇੱਕ ਅੰਗ ਹੈ ਨਾ, ਅਤੇ ਮੇਰੇ ਸਰੀਰ ਦੇ ਹਰ ਅੰਗ 'ਤੇ ਪੈਰ ਤੋਂ ਲੈ ਕੇ ਸਿਰ ਤੱਕ ਮੇਰਾ ਅਧਿਕਾਰ ਹੈ ਨਾ, ਤੁਸੀਂ ਮੈਨੂੰ ਨਹੀਂ ਨਾ ਚੈਲੰਜ ਕਰ ਸਕਦੇ ਕਿ ਸਾਹਿਬ ਤੂੰ ਇੱਥੇ ਹੱਥ ਹਿਲਾ ਜਾਂ ਨਾ ਹਿਲਾ, ਮੇਰੀ ਮਰਜ਼ੀ ਹੈ ਨਾ। ਇਸੇ ਤਰ੍ਹਾਂ ਤੁਹਾਨੂੰ ਵੀ ਪੂਰਾ ਹੱਕ ਹੈ, ਮੈਂ ਤੁਹਾਨੂੰ ਕਿੱਦਾਂ ਕਹਿ ਸਕਦਾ ਕਿ ਨਹੀਂ
ਮੇਰਾ ਔਰਗਨ ਹੈ, ਮੇਰਾ ਹੱਕ ਹੋਣਾ ਚਾਹੀਦਾ, ਮੇਰੇ ਚਾਰਮਸ ਨੇ, ਮੇਰੇ ਚੈਲੇਂਜਸ ਨੇ, ਉਹਨਾਂ ਨੂੰ ਮੈਂ ਦੇਖਾਂ। ਇਸੇ ਕਰਕੇ ਮੈਂ ਉਹਦਾ ਨਾਮ ਵਜਾਈਨਾ ਟੋਕਸ ਰੱਖਿਆ ਕਿ ਗੱਲ ਨੂੰ ਉਸ ਪੁਆਇੰਟ ਤੋਂ ਪਕੜਿਆ ਜਾਵੇ ਜਿਹੜਾ ਪੁਆਇੰਟ ਅਸੀਂ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਹੇ ਅਤੇ ਸਾਨੂੰ ਸਮਝਣਾ ਪਏਗਾ। ਕਈ ਲੋਕ ਇਹਨੂੰ ਟੈਬੂਜ਼ ਦੇ ਤੌਰ 'ਤੇ ਲੈਂਦੇ ਨੇ ਕਿ ਪਤਾ ਨਹੀਂ ਕੋਈ ਸੈਂਸੇਸ਼ਨ ਕਰਨੀ ਹੈ, ਕੋਈ ਕੰਟਰੋਵਰਸੀ ਖੜੀ ਕਰਨੀ ਹੈ, ਜਾਂ ਇਹ ਗੰਦੀ ਗੱਲ ਹੈ। ਕਈ ਇਹ ਵੀ ਕਰਿਆ ਵੀ ਜਦੋਂ ਮੂੰਹ ਹੈਗਾ ਬੋਲਣ ਲਈ ਤਾਂ ਵਜਾਈਨਾ ਕਿਉਂ ਟੋਕ ਕਰੇਗੀ, ਯੋਨੀ ਕਿਉਂ ਬੋਲੇਗੀ। ਇਹ ਸਿੰਬਲਸ ਹੁੰਦੇ ਲਿਟਰੇਚਰ ਦੇ ਵਿੱਚ, ਆਰਟ ਦੇ ਵਿੱਚ ਕੁਝ ਸਿੰਬਲ ਹੁੰਦੇ, ਕੁਝ ਗੱਲਾਂ ਸੀ ਸਿੰਬੋਲਿਕ ਕਰਨੀਆਂ ਹੁੰਦੀਆਂ। ਉਹ ਸਿੰਬੋਲਿਕ ਗੱਲ ਸੀ ਕਿ ਵਜਾਈਨਾ ਅੱਜ ਤੁਹਾਡੇ ਸਾਹਮਣੇ ਆਈ ਹੈ, ਤੁਹਾਡੇ ਨਾਲ ਕੋਈ ਗੱਲ ਕਰਨਾ ਚਾਹੁੰਦੀ। ਗੱਲ ਕਿਉਂ ਕਰਨਾ ਚਾਹੁੰਦੀ ਹੈ? ਕਿ ਤੁਸੀਂ ਉਹਦੀ ਰਿਸਪੈਕਟ ਨਹੀਂ ਕਰ ਰਹੇ, ਤੁਸੀਂ ਉਹਦੀ ਰਿਗਾਰਡ ਨਹੀਂ ਉਹਨੂੰ ਦੇ ਰਹੇ। ਉਹ ਰਿਗਾਰਡ ਚਾਹੁੰਦੀ ਹੈ ਅਤੇ ਰਿਗਾਰਡ ਉਹ ਕੋਈ ਭੀਖ ਨਹੀਂ ਮੰਗ ਰਹੀ, ਉਹਦਾ ਹੱਕ ਹੈ ਰਿਗਾਰਡ। ਸੋ ਇਹ ਮੈਂ ਕਹਿੰਦਾ ਵੀ ਸਾਡਾ ਜੇ ਅਸੀਂ ਰਾਈਟਰ ਹਾਂ ਜਾਂ ਅਸੀਂ ਆਰਟਿਸਟ ਹਾਂ, ਸਾਡਾ ਹੱਕ ਬਣਦਾ, ਸਾਡਾ ਫਰਜ਼ ਬਣਦਾ ਕਿ ਅਸੀਂ ਉਹ ਮੁੱਦੇ ਛੋਹੀਏ ਜਿਹੜੇ ਮੁੱਦੇ ਅੱਜ ਤੱਕ ਅਸੀਂ ਦਰੀਆਂ ਦੇ ਥੱਲੇ ਬੰਦ ਕਰੀ ਰੱਖੇ। ਇਸ ਕਰਕੇ ਕਿ ਨਾ ਇਹ ਮੁੱਦੇ ਬਾਰੇ ਗੱਲ ਨਹੀਂ ਕਰਨੀ, ਜੇ ਗੱਲ ਕਰਾਂਗੇ ਕੋਈ ਨਾਰਾਜ਼ ਹੋ ਗਿਆ। ਮੈਂ ਕਹਿੰਦਾ ਹੋ ਜੇ ਨਾਰਾਜ਼, ਹੈ ਨਾ, ਜੇ ਅਸੀਂ ਵੀ ਨਾਰਾਜ਼ਗੀਆਂ ਤੋਂ ਡਰਨ ਲੱਗ ਪਏ ਫਿਰ ਸਾਡੇ ਅਤੇ ਆਮ ਸਧਾਰਨ ਬੰਦੇ 'ਚ ਫਰਕ ਕੀ ਰਹਿ ਜਾਏਗਾ? ਕਲਾ ਦਾ ਕੰਮ ਹੀ ਹੈ ਕਿ ਲੋਕਾਂ ਨੂੰ ਜਗਾਉਣਾ, ਲੋਕਾਂ ਨੂੰ ਜਗਾਉਣਾ ਵੀ ਲੋਕ ਉਹ ਜਿਹੜੇ ਉਹ ਕੌੜੇ ਸੱਚ ਨੇ ਉਹਨਾਂ ਨੂੰ ਬੇਪਰਦ ਕਰਨਾ ਸਾਡਾ ਫਰਜ਼ ਹੈ। ਲੋਕ ਸਾਡੇ ਤੋਂ ਆਸ ਰੱਖਦੇ ਨੇ ਕਿ ਉਹ ਨਵੀਂ ਗੱਲ ਕਰਨਗੇ ਜਾਂ ਕੋਈ ਇਹੋ ਜਿਹੀ ਗੱਲ ਕਰਨਗੇ ਜਿਹੜੀ ਅਸੀਂ ਨਹੀਂ ਕੀਤੀ, ਜਾਂ ਜਿਹੜੀ ਗੱਲ ਅਸੀਂ ਅਕਸਰ ਕਰਦੇ ਹਾਂ ਉਹਨੂੰ ਇਹ ਸ਼ਿੱਦਤ ਨਾਲ ਕਰਨਗੇ ਕਿ ਦਰਸ਼ਕ ਨੂੰ ਸਮਝ ਆ ਜਾ ਗਈ ਅਸੀਂ ਯਾਰ ਗੱਲ ਦਾ ਐਂਗਲ ਤਾਂ ਆਹ ਹੈ। ਅਸੀਂ ਕਈ ਵਾਰੀ ਅਸੀਂ ਗੱਲ ਦਾ ਕੋਣ ਬਦਲਣਾ ਹੁੰਦਾ, ਗੱਲ ਲੋਕਾਂ ਨੂੰ ਪਤਾ ਹੁੰਦੀ ਪਹਿਲਾਂ ਹੀ, ਇਹ ਤਾਂ ਕੋਈ ਗੱਲ ਨਹੀਂ ਅਸੀਂ ਕੋਈ ਜੱਗੋਂ ਬਾਰੀ ਗੱਲ ਤਾਂ ਨਹੀਂ ਨਾ ਕਰ ਸਕਦੇ, ਗੱਲਾਂ ਤਾਂ ਸਮਾਜ 'ਚੋਂ ਹੀ ਕਰਨੀਆਂ ਨਾ ਅਸੀਂ। ਬਸ ਇਹ ਹੁੰਦਾ ਕਿ ਕਈ ਵਾਰੀ ਗੱਲ ਉਹ ਸ਼ਿੱਦਤ ਨਾਲ ਨਹੀਂ ਹੋਈ ਹੁੰਦੀ, ਅਸੀਂ ਉਸ ਇੰਟੈਂਸਿਟੀ ਨਾਲ ਕਰ ਦੇਣੀ ਹੁੰਦੀ ਕਿ ਦਰਸ਼ਨ ਨੂੰ ਲੱਗਦਾ ਸੱਚੀ ਯਾਰ ਮਤਲਬ ਵਜਾਈਨਾ ਟੋਕਸ ਨਾਟਕ ਹੋਇਆ। ਕਿੰਨੇ ਫੋਨ ਆਏ, ਕਿੰਨੇ ਮੈਨੂੰ ਕਿੰਨੇ ਫਾਦਰਸ ਦੇ ਫੋਨ ਆਏ ਜਿਨ੍ਹਾਂ ਨੇ ਕਿਹਾ ਸਾਹਿਬ ਸਿੰਘ ਤੂੰ ਸਾਨੂੰ ਰਿਲੈਕਸ ਕਰਤਾ ਯਾਰ, ਅਸੀਂ ਐਵੇਂ ਟੈਨਸ਼ਨ ਸੀ ਵੀ ਸਾਡੀ ਧੀ ਹੈ ਪਤਾ ਨਹੀਂ ਕੀ ਹੋ ਜਾਣਾ, ਜੇ ਉੱਧਰੋਂ ਚਲ ਗਈ ਕੀ ਹੋ ਜਾਣਾ, ਜੇ ਇੱਦਾਂ ਹੋ ਗਿਆ। ਕਹਿੰਦਾ ਅਸੀਂ ਰਿਲੈਕਸ ਹੋ ਗਏ, ਸਾਨੂੰ ਇਹ ਕਹਿੰਦੇ ਨਹੀਂ ਯਾਰ ਧੀ ਹੈ, ਇੰਡੀਵਿਜੁਅਲ ਹੈ, ਇਨਸਾਨ ਹੈ, ਉਹ ਆਪੇ ਟੈਕਲ ਕਰ ਲਏਗੀ। ਮੈਂ ਹਮੇਸ਼ਾ ਇਹ ਕਹਿੰਦਾ ਅਸੀਂ ਇਨਸਾਨ ਹੈ, ਗਲਤੀਆਂ ਦੇ ਪੁਤਲੇ ਹਾਂ, ਸਾਹਿਬ ਸਿੰਘ ਨਾ ਪਰਫੈਕਟ ਹੈ ਨਾ ਕੋਈ ਹੋਰ ਪਰਫੈਕਟ ਹੈ, ਅਸੀਂ ਸਾਰੇ ਗਲਤੀਆਂ ਕਰਦੇ ਜ਼ਿੰਦਗੀ 'ਚ ਔਰ ਕਰਦੇ ਰਹਾਂਗੇ ਗਲਤੀਆਂ ਕਿਉਂਕਿ ਅਸੀਂ ਇਨਸਾਨ ਹੈ, ਟੂ ਐਰ ਇਜ਼ ਹਿਊਮਨ। ਪਰ ਜਿਹੜਾ ਗਲਤੀ ਕਰ ਰਿਹਾ ਉਹ ਆਪੇ ਡਿੱਗੇਗਾ, ਆਪੇ ਗਲਤੀ ਕਰੇਗਾ, ਸਜ਼ਾ ਵੀ ਭੁਗਤ ਲਏਗਾ, ਸਿੱਖ ਵੀ ਲਏਗਾ, ਅੱਗੇ ਵੱਧ ਜਾਏਗਾ। ਅਤੇ ਸੇਮ ਸਾਡੀਆਂ ਧੀਆਂ ਭੈਣਾਂ, ਸਾਡੀਆਂ ਮਾਵਾਂ, ਸਾਡੀਆਂ ਬੇਟੀਆਂ ਉਹ ਵੀ ਇੱਦਾਂ ਹੀ ਨੇ, ਉਹਨਾਂ ਨੂੰ ਜ਼ਿੰਦਗੀ 'ਚ ਅੱਗੇ ਵਧਣ ਦੇ ਹੀ ਹੈ, ਉਹ ਡਿੱਗਣਗੀਆਂ ਤਾਂ ਆਪੇ ਉੱਠ ਖੜਨਗੀਆਂ। ਪਰ ਤੁਹਾਡੀ, ਮੈਂ ਇਸ ਗੱਲ ਨਾਲ ਬੇਸ਼ੱਕ ਸਹਿਮਤ ਹਾਂ ਕਿ ਜਿਹੜੀਆਂ ਔਰਤ ਹੈ ਉਹਦੇ ਆਪਣੇ ਸਰੀਰ ਦੇ ਉੱਤੇ, ਉਹਦੇ ਕਿਸੇ ਵੀ ਸਰੀਰਕ ਅੰਗ ਦੇ ਉੱਤੇ ਸਮਾਜ ਦਾ ਜਿਹੜਾ ਕੋਈ ਦਾਅਵੇਦਾਰੀ ਨਹੀਂ ਹੋ ਸਕਦੀ, ਹੈ ਨਾ। ਪਰ ਜਦੋਂ ਅਸੀਂ ਇੱਕ ਰਿਸ਼ਤੇ 'ਚ ਰਹਿੰਦੇ ਹਾਂ, ਜਿਵੇਂ ਉਦਾਹਰਣ ਦੇਵਾਂ ਕਿ ਜਦੋਂ ਇੱਕ ਪਤੀ ਅਤੇ ਪਤਨੀ ਹੁੰਦੇ ਆ ਤਾਂ ਇੱਕ ਜ਼ਾਹਿਰ ਜਿਹੀ ਗੱਲ ਹੈ ਕਿ ਮਾਨਸਿਕ ਤੌਰ 'ਤੇ ਵੀ ਅਸੀਂ ਇੱਕ ਦੂਜੇ ਦੇ ਸਰੀਰ ਦੇ ਉੱਤੇ ਹੱਕ ਜਿਤਾਉਂਦੇ ਹਾਂ, ਹੈ ਨਾ। ਉਹ ਜਿਹੜੀ ਚੀਜ਼ ਹੈ ਸਾਡੀ ਮਾਨਸਿਕਤਾ ਨਾਲ ਜੁੜੀ ਹੁੰਦੀ ਹੈ। ਜੇ ਕੋਈ ਪਿਤਾ ਆਪਣੀ ਧੀ 'ਤੇ ਹੱਕ ਜਿਤਾ ਰਿਹਾ, ਜੇ ਕੋਈ ਭਰਾ ਆਪਣੀ ਭੈਣ 'ਤੇ ਹੱਕ ਜਿਤਾ ਰਿਹਾ, ਤਾਂ ਅਸੀਂ ਉਦਾਹਰਣ ਇਹ ਵੀ ਦਿੰਦੇ ਹਾਂ ਕਿ ਇਹ ਇੱਕ ਸਮਾਜਿਕ ਢਾਂਚਾ, ਅਸੀਂ ਇਹਨੂੰ ਖਰਾਬ ਨਹੀਂ ਕਰ ਸਕਦੇ। ਤਾਂ ਉਸ ਸਮਾਜਿਕ ਢਾਂਚੇ 'ਚੋਂ ਇੰਨੀ ਛੇਤੀ ਕੋਈ ਨਿਕਲ ਆਵੇ, ਇਹ ਉਮੀਦ ਅਸੀਂ ਇੱਕ ਨਾਟਕ ਦੇ ਜ਼ਰੀਏ ਕਿਵੇਂ ਕਰ ਸਕਦੇ ਹਾਂ? ਇਹ ਕਰਨੀ ਨਹੀਂ ਚਾਹੀਦੀ ਉਮੀਦ, ਇਸ ਤਰ੍ਹਾਂ ਦੀ ਉਮੀਦ ਤਾਂ ਕਰਨੀ ਨਹੀਂ ਚਾਹੀਦੀ ਕਿ ਇੱਕ ਨਾਟਕ ਹੋਏਗਾ ਤਾਂ ਇਨਕਲਾਬ ਆ ਜਾਏਗਾ, ਹੈ ਨਾ, ਇੱਕ ਕਵਿਤਾ ਲਿਖੀ ਜਾਏਗੀ ਤਾਂ ਤਬਦੀਲੀ ਆ ਜਾਏਗੀ। ਬਟ ਇਹ ਵੀ ਕੋਈ ਜ਼ਰੂਰੀ ਨਹੀਂ ਕਿ ਅਸੀਂ ਇਸ ਗੱਲ ਦੇ ਉੱਤੇ ਹੀ ਪਿੱਛੇ ਨੂੰ ਬੈਠੇ ਰਹੀਏ ਕਿ ਕਿੰਨਾ ਕੁ ਫਰਕ ਪੈ ਜਾਣਾ, ਜੇ ਮੈਂ ਆਹ ਗੱਲ ਕਰ ਵੀ ਲਈ ਤਾਂ ਕਿੰਨਾ ਕੁ ਫਰਕ ਪੈ ਜਾਣਾ। ਕਿਤੋਂ ਤਾਂ ਗੱਲ ਸ਼ੁਰੂ ਕਰਨੀ ਪਏਗੀ ਨਾ। ਅਤੇ ਜਿਹੜੀ ਗੱਲ ਸਮਾਜਿਕ ਢਾਂਚੇ ਦੀ ਆ ਰੁਪਿੰਦਰ, ਜੇ ਸਾਨੂੰ ਐਂ ਲੱਗਦਾ ਹੈ ਕਿ ਕੁੜੀਆਂ ਨੂੰ ਮਾੜੀ ਜਿਹੀ ਆਜ਼ਾਦੀ ਦੇਣ ਤੋਂ ਬਾਅਦ ਪਿਓ ਧੀ ਜਾਂ ਪਤੀ ਪਤਨੀ ਦੇ ਰਿਸ਼ਤੇ ਵਿੱਚ ਕੁਛ ਨਵੀਂ ਡਾਇਮੈਂਸ਼ਨ ਛੋਹਣ ਨਾਲ, ਕੋਈ ਨਵੀਂ ਮਾਲਕੀ ਤੋਂ ਬਾਹਰ ਜਾਣ ਨਾਲ, ਹੱਕ ਨੂੰ ਛੱਡ ਕੇ ਦੋਸਤੀ ਕਰਨ ਦੀ ਗੱਲ ਕਰਨ ਨਾਲ ਸਾਡਾ ਸਮਾਜਿਕ ਢਾਂਚਾ ਕਿਤੇ ਖਰਾਬ ਨਾ ਹੋ ਜਾਵੇ ਜਾਂ ਸਾਡਾ ਸਮਾਜਿਕ ਢਾਂਚਾ ਕਿਤੇ ਢਹਿਰੀ ਨਾ ਹੋ ਜਾਵੇ, ਮੈਂ ਕਹਿੰਦਾ ਇਹਦਾ ਮਤਲਬ ਇਹ ਬਣਦਾ ਕਿ ਸਾਡਾ ਸਮਾਜਿਕ ਢਾਂਚਾ ਬਹੁਤ ਕਮਜ਼ੋਰ ਹੈ। ਅਸੀਂ ਬਹੁਤ ਕਮਜ਼ੋਰ, ਅਸੀਂ ਢਾਂਚਾ ਘਾਫੂਸ ਦੇ ਉੱਤੇ ਖੜਾ ਕੀਤਾ ਹੋਇਆ ਸਦੀਆਂ ਤੋਂ, ਸਾਡੇ ਧਾਰਮਿਕ ਅਜਾਰੇਦਾਰਾਂ ਨੇ, ਸਾਡੇ ਠੇਕੇਦਾਰਾਂ ਨੇ, ਸਾਡੇ ਸਮਾਜ ਦੇ ਜਿਹੜੇ ਠੇਕੇਦਾਰ ਉਹਨਾਂ ਨੇ ਖੜਾ ਕੀਤਾ। ਅਤੇ ਮੈਂ ਇਹ ਕਹਿੰਦਾ ਕਿ ਜੇ ਉਹ ਇੰਨਾ ਕਮਜ਼ੋਰ ਹੈ ਨਾ ਤਾਂ ਉਹਨੂੰ ਫਿਰ ਢਹਿ ਜਾਣਾ ਚਾਹੀਦਾ, ਉਹ ਢਹਿ ਜਾਵੇ ਫਿਰ ਇੱਕ ਦਿਨ। ਅਗਰ ਉਹ ਲੋਕਾਂ ਨੂੰ ਲੱਗਦਾ ਨਾ ਅਨਾਰਕੀ ਫੈਲ ਜਾਏਗੀ ਇਸ ਤਰ੍ਹਾਂ, ਤਾਂ ਅਤੇ ਸਮਾਜ ਦੇ ਵਿੱਚ ਅਫਰਾ ਤਫਰੀ ਫੈਲ ਜਾਏਗੀ। ਮੈਂ ਕਹਿੰਦਾ ਇੱਕ ਵਾਰੀ ਫੈਲਣ ਦੋ ਨਾ ਫਿਰ ਅਫਰਾ ਤਫਰੀ ਨਾ, ਡਰ ਕਿਸ ਗੱਲ ਦਾ ਹੈ? ਅਫਰਾ ਤਫਰੀ ਫੈਲੇਗੀ, ਸਭ ਕੁਝ ਤਹਿਸ ਨਹਿਸ ਹੋਏਗਾ, ਫਿਰ ਇੱਕ ਨਵਾਂ ਢਾਂਚਾ ਆਪੇ ਹੀ, ਲੋਕ ਜਿਹੜੀ ਯੰਗ ਜਨਰੇਸ਼ਨ ਆ ਉਹ ਆਪਣਾ ਨਵਾਂ ਢਾਂਚਾ ਖੜਾ ਕਰ ਲੇਗੀ, ਕਰ ਰਹੀ ਹੈ ਨਾ। ਜਿਹੜੀ ਸਾਡੇ ਤੋਂ ਅਗਲੀ ਜਨਰੇਸ਼ਨ ਆ ਉਹ ਨਵਾਂ ਢਾਂਚਾ ਰੁਪਿੰਦਰ ਖੜਾ ਕਰ ਰਹੀ ਹੈ। ਰਿਸ਼ਤਿਆਂ ਪ੍ਰਤੀ ਸਾਡੀ ਸਮਝ ਅਤੇ ਉਹਨਾਂ ਦੀ ਸਮਝ 'ਚ ਫਰਕ ਹੈ। ਉਹ ਰਿਸ਼ਤਿਆਂ ਨੂੰ ਕਿਸੇ ਹੋਰ ਤਰੀਕੇ ਨਾਲ ਸਮਝਦੇ ਨੇ, ਉਹ ਆਪਣੀਆਂ ਡਿਊਟੀਜ਼ ਨੂੰ ਵੀ ਕਿਸੇ ਹੋਰ ਤਰੀਕੇ ਨਾਲ ਸਮਝਦੇ ਨੇ, ਆਪਣੀ ਫਿਜ਼ੀਕੈਲਿਟੀ ਨੂੰ ਵੀ, ਜਿਹੜੀ ਸਰੀਰਕਤਾ ਹੈ ਉਹਨਾਂ ਦੀ, ਉਹ ਸਾਡੀ ਤਰ੍ਹਾਂ ਨਹੀਂ ਉਹਨੂੰ ਲੈਂਦੇ, ਉਹ ਕਿਸੇ ਹੋਰ ਤਰੀਕੇ ਨਾਲ ਲੈਂਦੇ ਨੇ। ਦੋਸਤੀਆਂ ਨੂੰ ਵੀ ਕਿਸੇ ਹੋਰ ਤਰੀਕੇ ਨਾਲ
ਇਸ ਕਰਕੇ ਇੱਕ ਨਵਾਂ ਢਾਂਚਾ ਤਾਂ ਇਵੋਲਵ ਹੋ ਰਿਹਾ। ਅਸੀਂ ਮੰਨੀਏ ਜਾਂ ਨਾ ਮੰਨੀਏ, ਅਸੀਂ ਮੱਥਾ ਫੜ ਕੇ ਬੈਠੇ ਰਹੀਏ ਕਿ ਅਗਲੀ ਜਨਰੇਸ਼ਨ ਖਰਾਬ ਹੋ ਗਈ, ਅਗਲੀ ਜਨਰੇਸ਼ਨ ਐਂ ਕਰ ਰਹੀ ਹੈ, ਖਰਾਬ ਕੋਈ ਨਹੀਂ ਹੋਈ। ਸਾਡੇ ਤੋਂ ਪਿਛਲੀ ਜਨਰੇਸ਼ਨ ਸਾਨੂੰ ਕਹਿੰਦੀ ਹੋਏਗੀ ਵੀ ਇਹ ਖਰਾਬ ਹੋ ਗਿਆ, ਇਹ ਅਸੀਂ ਤਾਂ ਇੱਦਾਂ ਦੀ ਗੱਲਾਂ ਨਹੀਂ ਸੀ ਕਰਦੇ, ਇਹ ਕਿੱਦਾਂ ਦੀ ਗੱਲਾਂ ਕਰਨ ਲੱਗ ਪਏ, ਅਸੀਂ ਤਾਂ ਸਿਰ ਝੁਕਾ ਕੇ ਜਿੱਦਾਂ ਨੂੰ ਪੇਰੈਂਟਸ ਕਹਿੰਦੇ ਸੀ ਤੁਰ ਪੈਂਦੇ ਸੀ, ਇਹ ਤਾਂ ਆਪਣੀਆਂ ਮਰਜ਼ੀਆਂ ਕਰਦੇ, ਇਹ ਤਾਂ ਹਰ ਜਨਰੇਸ਼ਨ ਨੇ ਕਹਿੰਦੇ ਜਾਣਾ। ਪਰ ਦੋ ਚੀਜ਼ਾਂ ਦੇ ਵਿੱਚ ਇੱਕ ਬੈਲੈਂਸ ਹੁੰਦਾ ਛੋਟਾ ਜਿਹਾ। ਮੈਂ ਪਹਿਲਾਂ ਵੀ ਕਹਿ ਕੇ ਆਇਆ ਕਿ ਪਤੀ ਪਤਨੀ ਦਾ ਜਿਹੜਾ ਰਿਸ਼ਤਾ ਹੁੰਦਾ ਜਾਂ ਦੋਸਤਾਂ ਦਾ ਦੋਸਤੀ ਦਾ ਰਿਸ਼ਤਾ ਹੁੰਦਾ ਮਰਦ ਔਰਤ ਦਾ ਵਿੱਚ, ਮੈਂ ਸਮਰਪਣ ਦੇ ਖਿਲਾਫ ਨਹੀਂ ਹਾਂ। ਮੈਂ ਕਹਿ ਰਿਹਾ ਕਿ ਜਦੋਂ ਦੋ ਇਨਸਾਨਾਂ ਦਾ ਇੱਕ ਰਿਸ਼ਤਾ ਬਣੇਗਾ, ਬੜਾ ਕਲੋਜ਼ ਇੰਟੀਮੇਟ ਰਿਸ਼ਤਾ ਬਣੇਗਾ, ਤਾਂ ਉਹਦੇ ਵਿੱਚ ਸਮਰਪਣ ਤਾਂ ਰਹੇਗਾ ਨਾ। ਦੋਨੋਂ ਜਣੇ ਇੱਕ ਦੂਜੇ ਨੂੰ ਕਮਿਟ ਹੋਣਗੇ ਹੋਣਗੇ, ਇੰਡਲਜ ਹੋਣਗੇ, ਇੱਕ ਦੂਸਰੇ ਦੇ ਕਰੀਬ ਆਉਣਗੇ, ਇੱਕ ਦੂਸਰੇ ਨੂੰ ਸਰੀਰ ਵੀ ਸੌਂਪਣਗੇ, ਇੱਕ ਦੂਸਰੇ ਨੂੰ ਮਨ ਵੀ ਸੌਂਪਣਗੇ, ਸਭ ਕੁਝ ਕਰਨਗੇ। ਬਟ ਇੱਕ ਹੁੰਦਾ ਨਾ ਕਿ ਇੰਡੀਵਿਜੁਅਲ ਜਿਹੜੀ ਆਈਡੈਂਟੀ ਹੈ, ਜੇ ਉਹ ਬਰਕਰਾਰ ਨਹੀਂ ਰਹਿੰਦੀ ਤਾਂ ਕਿੰਨੀ ਦੇਰ ਤੱਕ ਉਹ ਸਮਰਪਣ ਰਹੇਗਾ ਨਾ। ਇੱਕ ਦਿਨ ਸਮਰਪਣ ਦੇ ਵਿੱਚ ਇੱਕ ਇਹੋ ਜਿਹਾ ਪੁਆਇੰਟ ਆ ਜਾਏਗਾ ਜਿੱਦਣ ਸਟੈਗਨੇਸ਼ਨ ਮਹਿਸੂਸ ਹੋਣੀ ਸ਼ੁਰੂ ਹੋ ਜਾਏਗੀ ਦੋਨਾਂ ਨੂੰ, ਫਿਰ ਰਿਸ਼ਤਾ ਉਹ ਟੁੱਟੇਗਾ, ਫਿਰ ਉਸ ਰਿਸ਼ਤੇ 'ਚ ਤਰੇੜ ਆਏਗੀ, ਉਹਦਾ ਜਿਹੜਾ ਚਾਮ ਹੈ ਉਹ ਸਾਰਾ ਮਾਰਿਆ ਜਾਏਗਾ। ਖਲੀਲ ਜਬਰਾਨ ਆਪਣੀ ਕਵਿਤਾ 'ਚ ਕਹਿੰਦਾ ਨਾ, ਇਸ ਕਰਕੇ ਕਹਿੰਦਾ ਨਾ ਕਿ ਤੁਸੀਂ ਰਹੋ, ਇਕੱਠੇ ਰਹੋ, ਇੱਕ ਜਗ੍ਹਾ ਰਹੋ, ਪਰ ਆਪਣੀ ਜਿਹੜੀ ਇੰਡੀਵਿਜੁਅਲਿਟੀ ਹੈ ਨਾ ਉਹਨੂੰ ਖਤਮ ਨਾ ਕਰੋ, ਹੈ ਨਾ। ਇਕੱਠੇ ਬੈਠ ਕੇ ਚਾਹ ਪੀਓ, ਲੇਕਿਨ ਪੀਓ ਆਪਣੇ ਆਪਣੇ ਕੱਪ 'ਚੋਂ, ਠੀਕ ਹੈ ਨਾ। ਤੁਸੀਂ ਉਸ ਤਰ੍ਹਾਂ ਰਹੋ ਕਿ ਤੁਹਾਡੀ ਆਪਣੀ ਸਪੇਸ ਹੈ ਜਿਹੜੀ ਉਹ ਵੀ ਬਰਕਰਾਰ ਰਹੇ। ਇਹ ਨਾ ਹੋਵੇ ਕਿਤੇ ਤੁਸੀਂ ਇਸ ਰਿਸ਼ਤੇ 'ਚ ਇੰਨਾ ਕੁ ਸਮਰਪਣ ਕਰ ਦਵੋ ਤੁਹਾਡੀ ਆਪਣੀ ਸਪੇਸ ਹੀ ਖਤਮ ਹੋ ਜਾਵੇ। ਉਹ ਤੁਹਾਨੂੰ ਕੁਛ ਦੇਰ ਲਈ ਤਾਂ ਬਹੁਤ ਅੱਛੀ ਲੱਗੇਗੀ, ਤੁਹਾਡੇ ਪਾਰਟਨਰ ਨੂੰ ਵੀ ਬੜੀ ਅੱਛੀ ਲੱਗੇਗੀ ਕਿ ਕਿਆ ਬਾਤ ਹੈ, ਹੈ ਨਾ। ਤਾਂ ਸਮਰਪਣ ਹੈ ਪੂਰੀ ਤਰ੍ਹਾਂ ਟੋਟਲੀ, ਹੈ ਨਾ। ਪਰ ਕੁਛ ਦੇਰ ਬਾਅਦ ਤੁਹਾਨੂੰ ਤਕਲੀਫ ਦੇਣੀ ਸ਼ੁਰੂ ਹੋ ਜਾਏਗੀ ਦੋਨਾਂ ਨੂੰ ਹੀ, ਠੀਕ ਹੈ ਨਾ। ਸੋ ਸਪੇਸ ਚਾਹੀਦੀ ਹੈ। ਤੁਹਾਡੀ ਕਹਿਣ ਦਾ ਭਾਵ ਹੈ ਕਿ ਹਰ ਇੱਕ ਦੀ ਹੋਂਦ ਆ ਜਿਹੜੀ ਆਪਣੀ ਹੋਣੀ ਚਾਹੀਦੀ ਹੈ, ਰਿਸ਼ਤੇ ਨਿਭਾਉਣ ਜਾਂ ਸਮਾਜਿਕ ਕਦਰਾਂ ਕੀਮਤਾਂ 'ਤੇ ਚੱਲਣਾ ਉਹ ਇੱਕ ਅਲੱਗ ਪਹਿਲਾਂ। ਸਰ, ਤੁਸੀਂ ਇੱਕ ਪਾਸੇ ਤਾਂ ਰਿਸ਼ਤਿਆਂ ਦੀ ਅਰਾਜਕਤਾ ਦੀ ਆਪਾਂ ਗੱਲ ਕਰ ਰਹੇ ਹਾਂ, ਹੈ ਨਾ, ਰਿਸ਼ਤਿਆਂ ਬਾਰੇ ਗੱਲ ਕਰ ਰਹੇ ਹਾਂ। ਦੂਜੇ ਪਾਸੇ ਮੁਲਕ ਦੀ ਜੇ ਮੈਂ ਗੱਲ ਕਰਾਂ, ਇੰਨੀ ਕੁ ਅਰਾਜਕਤਾ ਫੈਲ ਗਈ ਹੈ ਕਿ ਵਿਦਿਆਰਥੀਆਂ 'ਤੇ ਹਮਲੇ ਹੋ ਰਹੇ ਨੇ। ਉਸ ਤੋਂ ਬਾਅਦ ਤੁਹਾਡੇ ਖੇਤਰ ਨਾਲ, ਕਲਾ ਦੇ ਖੇਤਰ ਨਾਲ ਜੁੜੇ ਹੋਏ ਲੋਕ ਜਦ ਉਹਨਾਂ ਵਿਦਿਆਰਥੀਆਂ ਦੀ ਸਪੋਰਟ 'ਤੇ ਜਾਂਦੇ ਆ ਤਾਂ ਉਹਨਾਂ ਦੇ ਉੱਤੇ ਕੇਸ ਤੱਕ ਹੋ ਰਹੇ ਨੇ, ਹੈ ਨਾ। ਇਹ ਸਾਰੀਆਂ ਚੀਜ਼ਾਂ ਨੂੰ ਇੱਕ ਕਲਾਕਾਰ ਦੇ ਤੌਰ 'ਤੇ ਤੁਸੀਂ ਕਿਵੇਂ ਦੇਖਦੇ ਹੋ ਕਿ ਕਲਾਕਾਰਾਂ ਨਾਲ ਜਿਹੜਾ ਸਰਕਾਰਾਂ ਦਾ ਜਾਂ ਸਿਆਸਤ ਦਾ ਇਹ ਰਵੱਈਆ, ਉਹਨਾਂ ਨੂੰ ਸਰਵ ਸਾਂਝੇ ਨਾ ਮੰਨ ਕੇ ਇਸ ਤਰ੍ਹਾਂ ਦਾ ਜਿਹੜਾ ਇੱਕ ਤਲਖ ਰਵੱਈਆ ਕਲਾਕਾਰਾਂ ਪ੍ਰਤੀ ਅਪਣਾਇਆ ਜਾ ਰਿਹਾ, ਉਹ ਚਾਹੇ ਫੈਸ ਸੈਯਦ ਹੋਣਾ ਦੀ ਕਵਿਤਾ ਦੇ ਸੰਬੰਧ 'ਚ ਵੀ ਤੁਹਾਨੂੰ ਪਤਾ ਉਸ ਚੀਜ਼ ਦੀ ਜਾਣਕਾਰੀ, ਹੈ ਨਾ। ਇਸ ਚੀਜ਼ ਨੂੰ ਤੁਸੀਂ ਕਲਾਕਾਰ ਹੋਣ ਦੇ ਨਾਤੇ ਕਿਵੇਂ ਸੋਚਦੇ ਹੋ? ਕਲਾਕਾਰ ਆ ਜਿਹੜਾ, ਕਲਾ ਦੀ ਕਸਵੱਟੀ ਬੜੀ ਸਿੱਧੀ ਅਤੇ ਸਪਸ਼ਟ ਹੈ, ਸਤਿਅਮ ਸ਼ਿਵਮ ਐਂਡ ਸੁੰਦਰਮ, ਠੀਕ ਹੈ। ਕਿ ਕਲਾ ਸੱਚ ਹੋਣੀ ਚਾਹੀਦੀ, ਕੋਈ ਸੱਚ ਉਹਦੇ ਵਿੱਚ ਉਜਾਗਰ ਹੋਣਾ ਚਾਹੀਦਾ, ਜੋ ਵੀ ਸੱਚ ਹੈਗਾ ਉਹ ਚਾਹੇ ਕੌੜਾ ਜਾਂ ਮਿੱਠਾ ਹੈ। ਫਿਰ ਉਹ ਸੱਚ ਜਿਹੜਾ ਸ਼ਿਵਮ ਕਲਿਆਣਕਾਰੀ ਹੋਣਾ ਚਾਹੀਦਾ, ਸਮਾਜ ਵਾਸਤੇ ਕਲਿਆਣਕਾਰੀ ਹੋਣੀ ਚਾਹੀਦਾ, ਸਮਾਜ ਨੂੰ ਦਾ ਨੁਕਸਾਨ ਕਰਨ ਵਾਲਾ ਨਹੀਂ ਹੋਣਾ ਚਾਹੀਦਾ। ਫਿਰ ਉਹ ਸੁੰਦਰਮ ਹੈ ਕਿ ਉਹ ਆਰਟ ਹੋਣਾ ਚਾਹੀਦਾ, ਉਹਦੀ ਅਸਥੈਟਿਕ ਜਿਹੜੀ ਵੈਲਿਊ ਹੈ ਉਹ ਬਰਕਰਾਰ ਰਹਿਣੀ ਚਾਹੀਦੀ, ਉਹ ਉਸ ਤਰ੍ਹਾਂ ਆਰਟ ਰੂਪ 'ਚ, ਸੁੰਦਰ ਰੂਪ 'ਚ, ਖੂਬਸੂਰਤ ਰੂਪ ਦੇ ਵਿੱਚ ਪੇਸ਼ ਹੋਣਾ ਚਾਹੀਦਾ। ਅਤੇ ਇਹ ਚੀਜ਼ ਜਿਹੜਾ ਸੱਤਾ 'ਤੇ ਬੈਠਾ ਨਾ ਜਾਂ ਧਰਮ ਦੇ ਕਿਸੇ ਵੱਡੇ ਸਿੰਘਾਸਨ ਦੇ ਉੱਤੇ ਬੈਠਾ, ਉਹਨਾਂ ਦੋਨਾਂ ਨੂੰ ਇਸ ਚੀਜ਼ ਤੋਂ ਹਮੇਸ਼ਾ ਯੁੱਗਾਂ ਯੁੱਗਾਂ ਤੋਂ ਤਕਲੀਫ ਰਹੀ ਹੈ ਅਤੇ ਉਹ ਰਹੇਗੀ, ਕਿਉਂਕਿ ਉਹ ਜਿਹੜਾ ਸੱਤਾ ਅਤੇ ਧਰਮ ਦਾ ਗਠਜੋੜ ਹੈ ਉਹ ਹਮੇਸ਼ਾ ਇਹੀ ਚਾਹੁੰਦਾ ਕਿ ਲੋਕ ਸੁੱਤੇ ਰਹਿਣ, ਲੋਕ ਆਪਣੀਆਂ ਲੋੜਾਂ ਬਾਰੇ, ਆਪਣੀਆਂ ਸਮੱਸਿਆਵਾਂ ਬਾਰੇ ਸੋਚਣ ਨਾ, ਲੋਕ ਇਹ ਨਾ ਸੋਚਣ ਕਿ ਕੀ ਗਲਤ ਹੋ ਰਿਹਾ, ਲੋਕ ਇਹ ਨਾ ਸੋਚਣ ਕਿ ਜੇ ਅਸੀਂ ਇਸ ਦੇਸ਼ ਦੇ ਨਾਗਰਿਕ ਹੈ, ਜੇ ਅਸੀਂ ਕਿਸੇ ਨੂੰ ਚੁਣਦੇ ਹਾਂ ਅਤੇ ਚੁਣਨ ਤੋਂ ਬਾਅਦ ਸਾਨੂੰ ਹੱਕ ਕੀ ਹੈਗਾ ਜਾਂ ਸਾਨੂੰ ਕਰਨਾ ਕੀ ਚਾਹੀਦਾ, ਸਮਾਜਿਕ ਢਾਂਚੇ 'ਚ ਕਿਹੜੀ ਕਿਹੜੀਆਂ ਖਰਾਬੀਆਂ ਨੇ ਉਹਨਾਂ ਬਾਰੇ ਸੋਚਣ ਨਾ। ਜੇ ਸਾਡਾ ਵਿਦਿਆਰਥੀ ਹੈ, ਵਿਦਿਆਰਥੀ ਪੜ੍ਹਨ ਜਾਂਦਾ, ਵਿਦਿਆਰਥੀ ਇੱਕ ਸਕੂਲ ਦੀ ਐਜੂਕੇਸ਼ਨ ਲੈਂਦਾ, ਫਿਰ ਹਾਇਰ ਸਕੂਲ ਦੀ ਐਜੂਕੇਸ਼ਨ ਲੈਂਦਾ, ਫਿਰ ਉਹ ਕਾਲਜ 'ਚ ਜਾਂਦਾ, ਫਿਰ ਉਹ ਵਿਸ਼ਵ ਵਿਦਿਆਲਿਆ 'ਚ ਜਾਂਦਾ, ਇਹਦਾ ਮਤਲਬ ਕਿ ਉਹ ਗਰੋ ਕਰ ਰਿਹਾ, ਉਹਨੂੰ ਪੜ੍ਹਾਈ 'ਚ ਗਰੋ ਕਰ ਰਿਹਾ, ਉਹਦੀ ਸਮਝ ਵੀ ਗਰੋ ਹੋ ਰਹੀ ਹੈ। ਅਤੇ ਅਸੀਂ ਯੂਨੀਵਰਸਿਟੀ ਦੇ ਸਟੂਡੈਂਟ ਤੋਂ ਵੀ ਇਹ ਤਵੱਕੋ ਕਰਦੇ ਹਾਂ ਕਿ ਤੂੰ ਵਿਕਾਸ ਨਾ ਕਰ, ਤੇਰਾ ਮਾਨਸਿਕ ਵਿਕਾਸ ਨਹੀਂ ਹੋਣਾ ਚਾਹੀਦਾ, ਤੂੰ ਇੰਨਾ ਕਿਉਂ ਸੋਚਣ ਲੱਗ ਪਿਆ, ਤੂੰ ਨਾ ਤੂੰ ਸਟੂਡੈਂਟ ਹੈ, ਤੂੰ ਡਾਕਟਰ ਬਣ, ਇੰਜੀਨੀਅਰ ਬਣ, ਤੂੰ MBA ਕਰ, ਜੋ ਮਰਜ਼ੀ ਕਰ, ਪਰ ਤੂੰ ਸੋਚ ਨਾ, ਇੰਨਾ ਨਾ ਸੋਚ, ਇਹ ਤੇਰਾ ਕੰਮ ਨਹੀਂ ਹੈ, ਇਹ ਸਾਡਾ ਕੰਮ ਹੈ, ਅਸੀਂ ਕੁਰਸੀਆਂ 'ਤੇ ਬੈਠੇ, ਅਸੀਂ ਆਪੇ ਸੋਚ ਲਾਂਗੇ। ਇਹ ਬੁਲਸ਼ਿਟ ਸਟੇਟਮੈਂਟ ਹੈ, ਇਹ ਬਹੁਤ ਗਲਤ ਹੈ। ਪਰ ਵਿਦਿਆਰਥੀ ਇਸ ਕਰਕੇ ਉੱਠ ਰਿਹਾ ਕਿਉਂਕਿ ਉਹਦੇ ਅੰਦਰ ਸਮਝ ਹੈ, ਅਤੇ ਜਦੋਂ ਉੱਠ ਰਿਹਾ, ਜਦੋਂ ਦੇਸ਼ ਦੇ ਵਿੱਚ ਐਡੀ ਅਰਾਜਕਤਾ ਫੈਲੀ ਹੋਈ ਹੈ, ਸਾਫ਼ ਸਮਝ ਆ ਰਿਹਾ ਤੁਹਾਨੂੰ ਇੱਕ ਆਰਟਿਸਟ ਦੇ ਤੌਰ 'ਤੇ, ਸਾਫ਼ ਸਮਝ ਆ ਰਿਹਾ ਕਿ ਕੀਤਾ ਕੀ ਜਾ ਰਿਹਾ। ਕੀਤਾ ਇਹ ਜਾ ਰਿਹਾ ਕਿ ਉਹ ਸਮਾਜਿਕ ਢਾਂਚਾ ਜਿਹੜਾ ਹਿੰਦੁਸਤਾਨ ਜਿਹਦੇ 'ਤੇ ਮਾਣ ਕਰਦਾ ਸੀ ਕਿ ਹਿੰਦੂ ਹਾਂ, ਸਿੱਖ ਹਾਂ, ਮੁਸਲਿਮ ਹਾਂ, ਈਸਾਈ ਹਾਂ, ਅਸੀਂ ਸਾਰੇ ਇੱਕ ਹਾਂ, ਸਾਡੀਆਂ ਸਮੱਸਿਆਵਾਂ ਇੱਕ ਨੇ, ਸਾਡੀਆਂ ਪ੍ਰਾਪਤੀਆਂ ਇੱਕ ਨੇ, ਅਸੀਂ ਇਕੱਠੇ ਖੇਡ ਸਕਦੇ ਹਾਂ,
ਇਕੱਠੇ ਖਾ ਸਕਦੇ ਹਾਂ, ਇਕੱਠੇ ਪੀ ਸਕਦੇ ਹਾਂ, ਇਕੱਠੇ ਅਸੀਂ ਪੜ੍ਹ ਸਕਦੇ ਹਾਂ ਇੱਕੋ ਸਕੂਲ ਦੇ ਵਿੱਚ, ਇਕੱਠੇ ਅਸੀਂ ਇੱਕੋ ਕਾਲਜ 'ਚ ਐਜੂਕੇਸ਼ਨ ਲੈ ਸਕਦੇ ਹਾਂ, ਇਕੱਠੇ ਇੱਕੋ ਆਫਿਸ ਦੇ ਵਿੱਚ ਕੰਮ ਕਰ ਸਕਦੇ ਹਾਂ, ਇਕੱਠੇ ਬਿਨਾਂ ਜਾਤ ਪਾਤ ਪਛਾਣਿਆ ਅਸੀਂ ਕੋਈ ਨਾਟਕ ਕਰ ਸਕਦੇ ਹਾਂ, ਕੋਈ ਫਿਲਮ ਕਰ ਸਕਦੇ ਹਾਂ, ਸਾਡੀਆਂ ਫਿਲਮਾਂ ਬਣਦੀਆਂ ਉਹਦੇ 'ਚ ਮੁਸਲਿਮ ਵੀ ਹੁੰਦਾ, ਹਿੰਦੂ ਵੀ ਹੁੰਦਾ, ਸਿੱਖ ਹੁੰਦਾ। ਇਹ ਇੱਕ ਬੜਾ ਖੂਬਸੂਰਤ ਗੱਲ ਹੈ ਸਾਰੀ, ਉਸ ਖੂਬਸੂਰਤ ਢਾਂਚੇ ਨੂੰ ਤਹਿਸ ਨਹਿਸ ਕਰਨ ਦੀ ਕੋਸ਼ਿਸ਼ ਹੋ ਰਹੀ ਹੈ, ਜਾਣ ਬੁੱਝ ਕੇ ਇੱਕ ਕਮਿਊਨਿਟੀ ਨੂੰ ਵਿੱਚੋਂ ਟਾਰਗੇਟ ਕੀਤਾ ਜਾ ਰਿਹਾ, ਜਾਣ ਬੁੱਝ ਕੇ। ਅਤੇ ਉਸ ਵੇਲੇ ਜੇ ਆਰਟਿਸਟ ਚੁੱਪ ਹੈ, ਜੇ ਰਾਈਟਰ ਚੁੱਪ ਹੈ, ਰਾਈਟਰ ਕਹਿੰਦਾ ਨਹੀਂ ਮੈਂ, ਮੇਰਾ ਬੋਲਣਾ ਫਰਜ਼ ਨਹੀਂ ਬਣਦਾ, ਇਹ ਕਿਸੇ ਹੋਰ ਲੋਕਾਂ ਦਾ ਫਰਜ਼ ਹੈ, ਫਿਰ ਮੈਂ ਸਮਝਦਾ ਕਿ ਅਸੀਂ ਆਪਣੇ ਆਰਟ ਪ੍ਰਤੀ, ਆਪਣੀ ਕਲਾ ਪ੍ਰਤੀ, ਆਪਣੇ ਸਾਹਿਤਕ ਜਿਹੜਾ ਸਾਡਾ ਡਿਊਟੀ ਹੈ, ਅਸੀਂ ਉਹਦੇ ਪ੍ਰਤੀ ਜਾਂ ਤਾਂ ਅਵੇਸਲੇ ਹਾਂ, ਜਾਂ ਅਸੀਂ ਬੇਈਮਾਨ ਹਾਂ, ਜਾਂ ਅਸੀਂ ਡਰਪੋਕ ਹੈ। ਅਤੇ ਜਿਹੜੇ ਬੋਲ ਰਹੇ ਨੇ, ਜਿਹਨਾਂ ਨੂੰ ਜੇਲ੍ਹਾਂ ਹੋ ਰਹੀਆਂ ਜਾਂ ਜਿਹਨਾਂ ਤੋਂ ਉੱਤੇ ਕੇਸ ਹੋ ਰਹੇ ਨੇ, ਉਹ ਨਿਡਰ ਵੀ ਨੇ, ਉਹ ਕਾਇਰ ਵੀ ਨਹੀਂ ਗੇ, ਠੀਕ ਹੈ, ਅਤੇ ਉਹ ਸਮਝਦਾਰ ਵੀ ਨੇ, ਉਹ ਆਪਣਾ ਫਰਜ਼ ਸਮਝਦੇ ਨੇ, ਔਰ ਸਮਝਣਾ ਚਾਹੀਦਾ। ਜੇ ਅੱਜ ਨਾ ਸਮਝਿਆ ਤਾਂ ਕਦੋਂ ਸਮਝੇਗਾ? ਫਿਰ ਆਰਟਿਸਟ ਦਾ ਲੋਕਾਂ ਨੇ ਕਰਨਾ ਕੀ ਹੈ? ਸਾਹਿਤਕਾਰ ਨੂੰ ਲੋਕ ਕੀ ਕਰਨ? ਫਿਰ ਉਹਦੀ ਕੀ ਡਿਊਟੀ ਕੀ ਹੈ? ਫਿਰ ਉਹ ਕੀ ਉਹ ਚੰਗੇ ਸਮੇਂ ਦੇ ਵਿੱਚ ਫੁੱਲਾਂ ਦੀ ਕਵਿਤਾ ਲਿਖਦਾ ਰਹੇ, ਜਾਂ ਉਹ ਖੂਬਸੂਰਤ ਕਾਮੇਡੀ ਨਾਟਕ ਲਿਖਦਾ ਰਹੇ, ਜਾਂ ਕਾਮੇਡੀ ਫਿਲਮਾਂ ਬਣਾਉਂਦਾ ਰਹੇ? ਇਹੀ ਉਹਦੀ ਡਿਊਟੀ ਰਹਿ ਗਈ। ਮੈਂ ਕਹਿੰਦਾ ਠੀਕ ਹੈ ਵੀ ਸਾਰਾ ਹਿੱਸਾ ਹੈ, ਹੱਸਣ ਖੇਡਣ ਮਨ ਕਾ ਚਾਓ ਉਹ ਵੀ ਹੈਗਾ, ਪਰ ਜਦੋਂ ਮੈਨੂੰ ਮੇਰੇ ਘਰ ਦੇ ਬਾਹਰ ਤਾਂ ਅੱਗ ਲੱਗੀ ਹੋਈ ਹੈ, ਤਾਂ ਮੈਂ ਘਰ ਦੇ ਵਿੱਚ ਜਸ਼ਨ ਕਿੱਦਾਂ ਕਰ ਸਕਦਾ? ਆਪਾਂ ਪਿੰਡਾਂ 'ਚ, ਮੈਂ ਪਿੰਡਾਂ ਦਾ ਰਹਿਣ ਵਾਲਾ ਬੰਦਾ ਹੈ, ਮੈਨੂੰ ਪਤਾ ਸਾਡੇ ਪਿੰਡਾਂ 'ਚ ਕੀ ਸੱਭਿਆਚਾਰ ਹੈ। ਪਿੰਡਾਂ 'ਚ ਇਹ ਹੁੰਦਾ ਸੀ, ਜੇ ਕੋਈ 10 ਘਰ ਦੂਰ ਵੀ ਮੌਤ ਹੋ ਜਾਂਦੀ ਸੀ, ਟੀਵੀ ਦੀ ਆਵਾਜ਼ ਬੰਦ ਹੋ ਜਾਂਦੀ ਸੀ, ਰੇਡੀਓ ਬੰਦ ਹੋ ਜਾਂਦਾ ਸੀ, ਚੁੱਲ੍ਹਾ ਨਹੀਂ ਸੀ ਬਲਦਾ, ਉਹਦੇ ਨਾਲ ਦੁੱਖ ਪ੍ਰਗਟ ਕਰਦੇ, ਦੁੱਖ ਵੀ ਬਾਹਰ ਹੋਣੇ ਸੀ, ਅੰਦਰੋਂ ਦੁੱਖ ਹੁੰਦਾ ਸੀ ਵੀ ਮੌਤ ਹੋ ਗਈ, ਉਸ ਘਰ ਦੇ ਵਿੱਚ ਕੁਝ ਐਕਸੀਡੈਂਟ ਹੋ ਗਿਆ, ਆਵਾਜ਼ ਨਹੀਂ ਉੱਚੀ ਕਰਨੀ, ਕਿਸੇ ਦਾ ਘਰ ਵਿਆਹ ਵੀ ਹੁੰਦਾ ਸੀ ਤਾਂ ਲਾਊਡ ਸਪੀਕਰ ਬੰਦ ਕਰ ਦਿੰਦੇ ਸੀ। ਇਹ ਸਾਡਾ ਕਲਚਰ ਹੈ, ਇਹ ਸਾਡਾ ਸੱਭਿਆਚਾਰ ਹੈ ਕਿ ਦੂਸਰੇ ਦੇ ਦੁੱਖ ਦੇ ਵਿੱਚ ਸ਼ਰੀਕ ਹੋਣਾ। ਅੱਜ ਜੇ ਮੈਂ ਚੰਡੀਗੜ੍ਹ ਬੈਠਾਂ ਜਾਂ ਮੈਂ ਪੰਜਾਬ ਦੇ ਕਿਸੇ ਕੋਨੇ 'ਚ ਬੈਠਾਂ, ਜੇ ਮੈਨੂੰ ਲੱਗਦਾ ਵੀ ਦਿੱਲੀ ਵਿੱਚ ਅੱਗ ਲੱਗੀ ਹੋਈ ਹੈ ਜਾਂ ਹੋਰ ਕਿਸੇ ਜਗ੍ਹਾ ਅੱਗ ਲੱਗੀ ਹੋਈ, ਮੈਂ ਸੇਫ ਬੈਠਾਂ, ਫਿਰ ਇਹ ਗਲਤ ਗੱਲ ਹੈ ਨਾ ਕਿ ਉਹ ਲੱਗੀ ਜੇ ਤੇਰੇ ਕਾਲਜੇ ਅਜੇ ਛੁਰੀ ਨਹੀਂ ਹੈ, ਇਹ ਨਾ ਸਮਝ ਕੇ ਸ਼ਹਿਰ ਦੀ ਹਾਲਤ ਬੁਰੀ ਨਹੀਂ ਹੈ, ਉਹ ਅੱਗ ਨੇ ਤੇਰੇ ਤੱਕ ਵੀ ਪਹੁੰਚਣਾ ਹੈ। ਅਤੇ ਇਹ ਜ਼ਰੂਰੀ ਹੈ ਕਿ ਅੱਗ ਜਿਸ ਦਿਨ ਪਹੁੰਚ ਜਾਏਗੀ ਮੈਂ ਉਸ ਦਿਨ ਹੀ ਰੌਲਾ ਪਾਉਣਾ ਸ਼ੁਰੂ ਕਰਾਂ? ਕਲਾਕਾਰ ਨੂੰ ਇੱਕ ਸਟੈਪ ਫਰਦਰ ਹੋਣਾ ਚਾਹੀਦਾ, ਜਿਹੜਾ ਇੱਕ ਆਮ ਬੰਦਾ ਜਿੱਥੇ ਤੱਕ ਸੋਚਦਾ, ਕਲਾਕਾਰ ਸਾਹਿਤਕਾਰ ਨੂੰ ਇੱਕ ਸਟੈਪ ਫਰਦਰ ਹੋਣਾ ਚਾਹੀਦਾ, ਉਹ ਫੋਰਸ ਹੀ ਕਰੇ, ਉਹਦੀ ਦ੍ਰਿਸ਼ਟੀ ਇਸ ਤਰ੍ਹਾਂ ਦੀ ਹੋਣੀ ਚਾਹੀਦੀ, ਉਹਨੂੰ ਪਹਿਲਾਂ ਸਮਝ ਆਉਣੀ ਚਾਹੀਦੀ ਹੈ ਕਿ ਇਹ ਜੋ ਕੁਛ ਹੋ ਰਿਹਾ ਇਹਦੇ ਵਿੱਚੋਂ ਨਿਕਲਣਾ ਕੀ ਹੈ, ਠੀਕ ਹੈ ਨਾ। ਅੱਜ ਜੇ ਇੰਨਾ ਕੁਛ ਹੋ ਰਿਹਾ, ਜੇ RSS ਜਾਂ ਜਿਹੜੇ BJP ਹੈ ਜਾਂ ਪੋਲੀਟੀਕਲ ਪਾਰਟੀਜ਼ ਨੇ, ਜੇ ਉਹ ਇਸ ਤਰ੍ਹਾਂ ਦਾ ਕੁਛ ਕਰ ਰਹੀਆਂ, ਇਹਦੇ ਵਿੱਚੋਂ ਨਿਕਲਣਾ ਕੀ ਹੈ, ਇਹ ਕਿਉਂ ਹੋ ਰਿਹਾ, ਅਤੇ ਇਹਨੇ ਡਾਇਰੈਕਸ਼ਨ ਕਿਹੜੀ ਫੜਨੀ ਹੈ, ਸਮਾਜ ਦਾ ਕਿੰਨਾ ਕੁ ਨੁਕਸਾਨ ਕਰਨਾ, ਅਤੇ ਜੇ ਉਹਦੇ ਖਿਲਾਫ਼ ਵਿਦਿਆਰਥੀ ਉੱਠ ਖੜਿਆ, ਲੋਕ ਖੁੱਟ ਗਏ, ਇਹਦੇ ਵਿੱਚੋਂ ਕੀ ਨਿਕਲਣਾ, ਨਿਕਲ ਕੇ ਖੂਬਸੂਰਤ ਕੀ ਸਰਜਿਆ ਜਾਣਾ? ਇਹ ਲੇਖਕ ਦਾ ਫਰਜ਼ ਹੈ, ਇਹ ਕਲਾਕਾਰ ਦਾ ਫਰਜ਼ ਹੈ ਕਿ ਉਹ ਇਹ ਪ੍ਰਗਟ ਕਰੇ ਲੋਕਾਂ ਦੇ ਸਾਹਮਣੇ। ਕਲਾਕਾਰ ਦੇ ਬਹੁਤ ਸਾਰੇ ਫਰਜ਼ ਤੁਸੀਂ ਗਿਣਾ ਰਹੇ ਹੋ, ਪਰ ਜੇ ਇੱਕ ਹੋਰ ਧਿਰ ਵੀ ਦੇਖੀਏ ਆਪਾਂ, ਤਾਂ ਉਹਦੇ ਵਿੱਚ ਬਹੁਤ ਸਾਰੇ ਕਲਾਕਾਰ ਇਹੋ ਜਿਹੇ ਵੀ ਆਉਂਦੇ ਆ ਜਿਹੜੇ ਸਨਮਾਨ ਲੈਣ ਲਈ ਸੰਗੀਆਂ ਦੇ ਹੱਕ ਵਿੱਚ ਵੀ ਬੋਲਦੇ ਆ। ਉਸ ਤੋਂ ਬਾਅਦ ਇੱਕ ਮੈਂ ਵੱਡੇ ਕਲਾਕਾਰ ਦਾ ਜ਼ਿਕਰ ਕਰਨਾ ਚਾਹੂੰਗੀ, ਜਿਨ੍ਹਾਂ ਨੇ ਰਾਮ ਮੰਦਿਰ ਬਣਾਉਣ ਲਈ ਆਪਣੀ ਫਿਲਮ ਦੀ ਜਿਹੜੀ ਪਹਿਲੇ ਦਿਨ ਦੀ ਕਮਾਈ ਸਾਰੀ ਡੋਨੇਟ ਕੀਤੀ, ਹੈ ਨਾ। ਉਹੋ ਜਿਹੇ ਕਲਾਕਾਰ ਫਿਰ ਕਿਤੇ ਆਮ ਲੋਕਾਂ ਨੂੰ ਨਿਰਾਸ਼ ਨਹੀਂ ਕਰ ਦਿੰਦੇ, ਤੁਹਾਡੇ ਵਰਗੇ ਉਹਨਾਂ ਲੋਕਾਂ ਨੂੰ ਨਿਰਾਸ਼ ਨਹੀਂ ਕਰ ਦਿੰਦੇ ਜਿਹੜੇ ਸਰਕਾਰਾਂ ਦੇ ਵਿਰੁੱਧ ਬੋਲਦੇ ਆ। ਉਸ ਤੋਂ ਬਾਅਦ ਉਹਨਾਂ ਦੇ ਅੰਜਾਮ ਵੀ ਭੁਗਤੇ ਜਾਂਦੇ ਨੇ। ਮੈਂ ਗੱਲ ਕਰੂੰਗੀ ਬਲਤੇਜ ਪੰਨੂ ਹੋਣਾਂ ਦੀ, ਪਾਲੀ ਭੁਪਿੰਦਰ ਹੋਣਾਂ ਨੇ, ਜਿਹੜੇ ਭੁਗਤ ਚੁੱਕੇ ਨੇ ਆਲਰੇਡੀ। ਫਿਰ ਇਹੋ ਜਿਹੇ ਲੋਕਾਂ ਵਿਰੁੱਧ ਇੰਡਸਟਰੀ 'ਚੋਂ ਜਾਂ ਕਲਾ ਵਾਲੇ ਲੋਕ ਹੀ ਜਿਹੜੇ ਕਲਾ ਨਾਲ ਜੁੜੇ ਹੋਏ ਨੇ, ਉਹ ਆਵਾਜ਼ ਕਿਉਂ ਨਹੀਂ ਉਠਾਉਂਦੇ? ਦੇਖੋ, ਜਿੱਦਾਂ ਸਮਾਜ ਦਾ ਤੁਸੀਂ ਕੋਈ ਵੀ ਵਰਗ ਚੁੱਕ ਲਓ ਨਾ, ਕੋਈ ਵੀ ਵਰਗ ਚੁੱਕ ਲਓ, ਉਹ ਸਾਰਾ ਇੱਕੋ ਜਿਹਾ ਨਹੀਂ ਹੋ ਸਕਦਾ, ਨਾ ਹੀ ਕਦੇ ਹੋਣਾ ਹੁੰਦਾ, ਹੈ ਨਾ। ਇਸ ਤਰ੍ਹਾਂ ਕਲਾਕਾਰਾਂ ਲੇਖਕਾਂ ਵਿੱਚ ਵੀ ਇੱਕ ਵਰਗ ਇਹ ਹੈ ਜਿਹੜਾ ਫਰਜ਼ ਸਮਝਦਾ ਆਪਣਾ, ਜਿਹਨੂੰ ਲੱਗਦਾ ਬਲੰਟ ਹੋ ਕੇ ਮੈਨੂੰ ਬੋਲਣਾ ਚਾਹੀਦਾ। ਇੱਕ ਇਹ ਸੋਚਦਾ ਵੀ ਨਹੀਂ, ਜੇ ਮੈਂ ਬੋਲਾਂਗਾ ਮੇਰਾ ਨੁਕਸਾਨ ਹੋਜੂਗਾ, ਮੇਰੀ ਫਿਲਮ ਦਾ ਰਿਲੀਜ਼ ਹੋਣੀ ਉਹਦਾ ਨੁਕਸਾਨ ਹੋਜੂਗਾ, ਜਾਂ ਮੈਨੂੰ ਫਲਾਣਾ ਅਵਾਰਡ ਨਹੀਂ ਮਿਲੂਗਾ ਜਾਂ ਫਲਾਣਾ ਸਨਮਾਨ ਨਹੀਂ ਮਿਲੂਗਾ। ਜੇ ਤਾਂ ਤੁਸੀਂ ਇੱਕ ਨਿੱਜੀ ਸੋਚ ਤੱਕ ਸੀਮਤ ਹੋ, ਫਿਰ ਤਾਂ ਬਈ ਹਰ ਇੱਕ ਨੂੰ ਹੱਕ ਹੈ, ਜੇ ਕੋਈ ਮੰਦਰ ਬਣਨ ਦੇ ਹੱਕ 'ਚ ਹੈਗਾ, ਮੈਂ ਸਾਹਿਬ ਸਿੰਘ ਕੌਣ ਹੁੰਦਾ ਮੈਂ ਕਹਿਣ ਵਾਲਾ ਕਿ ਨਹੀਂ ਯਾਰ ਤੇਰੀ ਸੋਚ ਗਲਤ ਹੈ? ਉਹਦੀ ਆਪਣੀ ਸੋਚ ਹੈ। ਜੇ ਕੋਈ ਮੰਦਰ ਬਣਾਉਣਾ ਚਾਹੁੰਦਾ, ਜੇ ਲੱਗਦਾ ਮੰਦਰ ਠੀਕ ਹੈ ਬਣਨਾ ਚਾਹੀਦਾ, ਮੈਂ ਕਹਿੰਦਾ ਠੀਕ ਹੈ, ਓਕੇ, ਤੈਨੂੰ ਠੀਕ ਲੱਗਦਾ, ਮੈਨੂੰ ਇਹ ਲੱਗਦਾ ਕਿ ਹਜ਼ਾਰਾਂ ਲਾਸ਼ਾਂ ਦੇ ਉੱਤੇ ਖੜ ਕੇ ਅਗਰ ਮੰਦਰ ਬਣਨਾ ਤਾਂ ਮੈਂ ਉਹਦੇ ਖਿਲਾਫ਼ ਹੈ, ਹੈ ਨਾ, ਚਾਹੇ ਉਹ ਮੰਦਰ, ਮਸਜਿਦ, ਗੁਰਦੁਆਰਾ ਕੁਛ ਵੀ ਹੋਵੇ, ਜਿਹੜਾ ਲਾਸ਼ਾਂ ਦੇ ਉੱਤੇ ਬਣਨਾ। ਪਰ ਤੁਹਾਡੀ ਆਪਣੀ ਆਪਣੀ ਇੱਕ ਸੋਚ ਹੈ, ਲੇਕਿਨ ਜਿੱਥੇ ਤੁਸੀਂ ਖਿਲਾਫ਼ ਬੋਲਣਾ, ਜੇ ਤੁਸੀਂ ਉਹ ਮੌਕਾ ਖੁੰਝ ਦਿੰਦੇ ਹੋ, ਤਾਂ ਇਤਿਹਾਸ ਨੇ ਤੁਹਾਨੂੰ ਮਾਫ਼ ਨਹੀਂ ਕਰਨਾ। ਜਿਹੜੇ ਅੱਜ ਨਹੀਂ ਬੋਲ ਰਹੇ, ਜਾਂ ਜਿਹੜੇ ਹੱਕ 'ਚ ਬੋਲ ਰਹੇ ਨੇ ਦੂਜਿਆਂ ਦੇ, ਸੰਘ ਦੇ ਹੱਕ 'ਚ ਬੋਲ ਰਹੇ ਨੇ ਕਿ ਨਹੀਂ ਉਹ ਠੀਕ ਕਰ ਰਹੇ ਨੇ, ਜਾਂ ਅਕਸ਼ੇ ਕੁਮਾਰ ਵਰਗੇ ਇੱਕ ਦਿਨ ਲਾਈਕ ਕਰ ਦਿੰਦੇ ਨੇ ਜਾਮੀਆਂ ਮਿਲੀ ਵਾਲੀ ਸਾਰੀ ਗੱਲ ਨੂੰ, ਦੂਜੇ ਦਿਨ ਕਹਿੰਦੇ ਨੇ ਸੋਰੀ ਮੇਰੇ ਤੋਂ ਗਲਤੀ ਨਾਲ ਲਾਈਕ ਹੋ ਗਿਆ, ਇਤਿਹਾਸ ਮਾਫ਼ ਨਹੀਂ ਕਰੂਗਾ ਉਹਨੂੰ।
ਅਵਾਰਡਸ ਦਾ ਸੰਬੰਧ ਹੈ ਨਾ, ਅਵਾਰਡ ਕੋਈ ਖੈਰਾਤ ਨਹੀਂ ਹੁੰਦੀ। ਅਵਾਰਡ ਜਦੋਂ ਆਰਟਿਸਟ ਨੂੰ ਮਿਲਦਾ ਉਹਦੇ ਕੱਦ ਬੁੱਤ ਕਰਕੇ ਮਿਲਦਾ, ਜ਼ਿਆਦਾ ਹਾਲਤਾਂ 'ਚ 90% ਹਾਲਤਾਂ ਵਿੱਚ ਉਦੋਂ ਹੀ ਮਿਲਦਾ ਜਦੋਂ ਉਹਦਾ ਕੱਦ ਬੁੱਤ ਉਹਦੇ ਬਰਾਬਰ ਹੁੰਦਾ। ਠੀਕ ਹੈ, ਉਦੋਂ ਕਿੰਨਾ ਵੀ ਤਿੱਖਾ ਕਿਉਂ ਨਾ ਬੋਲਦਾ ਰਹੇ, ਉਹ ਸਿਸਟਮ ਦੇ ਖਿਲਾਫ ਜਿੰਨੀ ਮਰਜ਼ੀ ਆਵਾਜ਼ ਬੁਲੰਦ ਕਰਦਾ ਰਹੇ, ਜਿੱਦਣ ਉਹਦਾ ਮੂਮੈਂਟ ਆਉਣੀ ਹੈ। ਭਾਅ ਜੀ ਗੁਰਸ਼ਰਨ ਸਿੰਘ ਤੋਂ ਵੱਡੀ ਕੀ ਉਦਾਹਰਣ ਹੋ ਸਕਦੀ ਹੈ, ਉਸ ਤੋਂ ਵੱਡੀ ਤਾਂ ਕੋਈ ਉਦਾਹਰਣ ਨਹੀਂ ਹੋ ਸਕਦੀ। ਸਾਰੀ ਜ਼ਿੰਦਗੀ ਬੰਦਾ ਸਟੇਟ ਦੇ ਖਿਲਾਫ ਬੋਲਦਾ ਰਿਹਾ, ਅੱਤਵਾਦ ਦੇ ਖਿਲਾਫ ਬੋਲਦਾ ਰਿਹਾ, ਹਰ ਤਰ੍ਹਾਂ ਦੇ ਜ਼ੁਲਮ ਦੇ ਖਿਲਾਫ ਬੋਲਦਾ ਰਿਹਾ, ਸਿੱਧਾ ਮੂੰਹ 'ਤੇ ਬਲੰਟ ਵੀ ਕਹਿੰਦਾ ਰਿਹਾ ਹੈ ਨਾ ਵੀ ਅੱਜ ਦੇ ਹਾਕਮ ਵੀ ਜਿਹੜੇ ਨੇ ਉਸ ਤਰ੍ਹਾਂ ਨੇ ਜਿੱਦਾਂ ਔਰੰਗਜ਼ੇਬ ਹੁੰਦਾ ਸੀ। ਕਿਹੜਾ ਅਵਾਰਡ ਹੈ ਹਿੰਦੁਸਤਾਨ ਦਾ ਜਿਹੜਾ ਭਾਜੀ ਨੂੰ ਨਹੀਂ ਮਿਲਿਆ? ਕਾਲੀਦਾਸ ਅਵਾਰਡ ਵੀ ਮਿਲਿਆ, ਸੰਗੀਤ ਨਾਟਕ ਅਕੈਡਮੀ ਮਿਲਿਆ, ਭਾਸ਼ਾ ਵਿਭਾਗ ਦਾ ਵੀ ਅਵਾਰਡ ਮਿਲਿਆ, ਸਭ ਮਿਲੇ। ਮਤਲਬ ਕਲਾਕਾਰ ਨੂੰ ਇਹ ਨਹੀਂ ਸੋਚਣਾ ਚਾਹੀਦਾ ਵੀ ਮੈਂ ਤਿੱਖਾ ਬੋਲਾਂਗਾ ਤਾਂ ਪਤਾ ਨਹੀਂ ਕੀ ਹੋਣਾ, ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਅਤੇ ਦੂਜੀ ਗੱਲ ਇਹ ਹੈ, ਬਾਈ ਚਾਂਸ ਇੱਕ ਅੱਧਾ ਅਵਾਰਡ ਜੇ ਰਹਿ ਗਿਆ ਤੁਹਾਨੂੰ ਮਿਲਣ ਤੋਂ, ਅਵਾਰਡ ਤਾਂ ਉਹ ਹੈ ਜਦੋਂ ਤੁਸੀਂ ਲੋਕ ਤੁਹਾਨੂੰ ਅਵਾਰਡ ਦਿੰਦੇ ਨੇ, ਜਦੋਂ ਲੋਕ ਕਹਿੰਦੇ ਨੇ ਕਿ ਇਹ ਸਾਡਾ ਕਲਾਕਾਰ ਹੈ, ਇਹ ਸਾਡੀ ਗੱਲ ਕਰਦਾ, ਇਹ ਸਾਡੇ ਨਾਲ ਖੜਾ। ਅਤੇ ਜਦੋਂ ਫਿਰ ਤੁਸੀਂ ਉਹਨਾਂ ਲੋਕਾਂ 'ਚ ਜਾਂਦੇ ਹੋ ਨਾ, ਕਿਸੇ ਘਟਨਾ ਵਾਪਰਨ ਤੋਂ ਬਾਅਦ ਲੋਕਾਂ 'ਚ ਖੜ੍ਹਦੇ ਹੋ, ਫਿਰ ਤੁਸੀਂ ਮਾਣ ਨਾਲ ਜਾਂਦੇ ਹੋ ਔਰ ਲੋਕਾਂ ਦੀਆਂ ਨਜ਼ਰਾਂ ਨਾਲ ਨਜ਼ਰਾਂ ਮਿਲਾ ਸਕਦੇ ਹੋ, ਨਹੀਂ ਤੁਹਾਡੀਆਂ ਨਜ਼ਰਾਂ ਝੁਕੀਆਂ ਹੋਈਆਂ ਹੁੰਦੀਆਂ। ਅਤੇ ਸਭ ਤੋਂ ਖੂਬਸੂਰਤ ਜ਼ਿੰਦਗੀ ਦਾ ਅਹਿਸਾਸ ਇਹੀ ਹੁੰਦਾ ਕਿ ਤੁਹਾਡੀਆਂ ਨਜ਼ਰਾਂ ਝੁਕਣ ਨਾ, ਤੁਹਾਡੀਆਂ ਨਜ਼ਰਾਂ ਜਿਹੜੀਆਂ ਉੱਚੀਆਂ ਰਹਿਣ। ਇਸ ਤੋਂ ਵੱਡਾ ਕੋਈ ਅਵਾਰਡ ਨਹੀਂ ਹੁੰਦਾ। ਬਿਲਕੁਲ ਸਰ, ਹੁਣ ਥੋੜ੍ਹੀ ਜਿਹੀ ਮਤਲਬ ਮੈਂ ਨਰਮੀ ਵੱਲ ਵੀ ਵਰਤਦੀ ਹਾਂ। ਨਰਮੀ 'ਚ ਇੰਨੇ ਸਾਲਾਂ ਤੋਂ ਰੰਗਮੰਚ ਕਰ ਰਹੇ ਹੋ ਨਾ, ਪਰ ਇਹ ਵੀ ਕਿਹਾ ਜਾਂਦਾ ਕਿ ਰੰਗਮੰਚ ਨਾਲ ਕੋਈ ਘਰ ਨਹੀਂ ਚਲਾ ਸਕਦਾ, ਕਿਉਂਕਿ ਦੇਖਣ ਵਾਲੇ ਬਹੁਤ ਘੱਟ ਗਏ ਨੇ। ਉਸ ਤੋਂ ਵੀ ਬਾਅਦ ਜੇ ਮੈਂ ਗੱਲ ਕਰਾਂ ਤਾਂ ਰੰਗਮੰਚ ਦਾ ਜਿਹੜਾ ਧੁਰਾ ਨੇ, ਜਿਹੜੇ ਲੋਕ ਉਹਨੂੰ ਲੈ ਕੇ ਚੱਲ ਰਹੇ ਸੀ, ਉਹ ਵੀ ਹੁਣ ਟਾਵੇਂ ਟਾਵੇਂ ਦਿਖ ਰਹੇ ਨੇ ਹੈ ਨਾ। ਤੁਹਾਡੇ ਤੋਂ ਬਾਅਦ ਪਾਲੀ ਭੁਪਿੰਦਰ ਸਰ ਹੈਗੇ ਨੇ, ਸੋਮਪਾਲ ਹੀਰਾ ਹੈਗੇ ਨੇ, ਆਤਮਜੀਤ ਜੀ ਹੈਗੇ ਨੇ, ਪਰ ਹੋਰ ਬਹੁਤ ਜ਼ਿਆਦਾ ਚਿਹਰੇ ਜਿਹੜੇ ਆਪਾਂ ਉਂਗਲਾਂ 'ਤੇ ਗਿਣ ਲਈਏ ਉਹ ਨਹੀਂ ਹੈਗੇ। ਰੰਗਮੰਚ ਦਾ ਇੰਨਾ ਜਿਹੜਾ ਪੱਧਰ ਹੈ ਉਹ ਥੱਲੇ ਬੇਸ਼ੱਕ ਨਹੀਂ ਜਾ ਰਿਹਾ, ਪਰ ਲੋਕਾਂ ਦੇ ਵਿੱਚੋਂ ਕਿਉਂ ਮਨਫੀ ਹੋ ਰਿਹਾ? ਨਹੀਂ, ਮੈਂ ਕੋਈ 100% ਪਹਿਲਾਂ ਤਾਂ ਇਸ ਗੱਲ ਨਾਲ ਸਹਿਮਤ ਨਹੀਂ ਹੈ ਕਿ ਰੰਗਮੰਚ ਲੋਕਾਂ ਤੋਂ ਦੂਰ ਹੋ ਰਿਹਾ। ਸਮਾਂ ਤਾਂ ਰੰਗਮੰਚ ਤਾਂ ਲੋਕਾਂ ਦੇ ਵਿੱਚ ਦਿਨੋਂ ਦਿਨ ਪਿਆਰ ਵੱਧ ਹਾਸਲ ਕਰ ਰਿਹਾ, ਔਰ ਕਰ ਇਸੇ ਕਰਕੇ ਰਿਹਾ ਕਿ ਰੰਗਮੰਚ ਆਪਣਾ ਕਰੈਕਟਰ ਮੇਨਟੇਨ ਕਰਕੇ ਰੱਖ ਰਿਹਾ ਹੈ ਨਾ। ਲੋਕਾਂ ਨੂੰ ਆਸਾਂ ਰੰਗਮੰਚ ਤੋਂ ਨੇ, ਲੋਕਾਂ ਨੂੰ ਉਮੀਦਾਂ ਜੇ ਕਿਸੇ ਤੋਂ ਨੇ ਨਾ, ਗਾਇਕੀ ਤੋਂ ਉਹਨਾਂ ਨੂੰ ਉਮੀਦਾਂ ਨੇ, ਨਾ ਫਿਲਮਾਂ ਤੋਂ ਉਮੀਦਾਂ ਨੇ, ਇਸ ਤਰ੍ਹਾਂ ਦੀਆਂ। ਅਦਰਵਾਈਜ਼ ਐਂਟਰਟੇਨਮੈਂਟ ਲਈ ਭਾਵੇਂ ਉਹ ਚਲੇ ਜਾਣ, ਐਂਟਰਟੇਨਮੈਂਟ ਲਈ ਗਾਣੇ ਵੀ ਸੁਣ ਲੈਣ, ਲੇਕਿਨ ਉਹਨਾਂ ਨੂੰ ਲੱਗਦਾ ਹੁੰਦਾ ਸਾਡੀ ਗੱਲ, ਸਾਡੀਆਂ ਮੁਸ਼ਕਲਾਂ, ਸਾਡੀਆਂ ਪ੍ਰਾਪਤੀਆਂ ਰੰਗਮੰਚ ਨੇ ਛੋਣੀਆਂ। ਇਸ ਕਰਕੇ ਰੰਗਮੰਚ ਦੇ ਵੱਡੇ ਵੱਡੇ ਮੇਲੇ ਲੱਗਦੇ ਪੰਜਾਬ 'ਚ, ਗਦਰੀ ਬਾਬਿਆਂ ਦਾ ਮੇਲਾ ਲੱਗਦਾ ਸਾਰੀ ਰਾਤ ਦਾ, ਉੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਹੁੰਦੇ ਆ, ਉਹ ਸਾਰੀ ਰਾਤ ਬੈਠੇ ਰਹਿੰਦੇ ਆ, ਨਾਟਕ ਦੇਖਦੇ ਆ, ਤਰ੍ਹਾਂ ਤਰ੍ਹਾਂ ਦੇ ਨਾਟਕ ਦੇਖਦੇ ਆ। ਜੇ ਰੰਗਮੰਚ ਤੋਂ ਦੂਰ ਜਾਂਦੇ ਹੁਣ ਤਾਂ ਨਾ ਦੇਖਣ, ਬਰਨਾਲੇ ਮੇਲਾ ਹੁੰਦਾ ਐਡਾ ਵੱਡਾ, ਉੱਥੇ ਲੋਕ ਜਾਂਦੇ, ਲੁਧਿਆਣੇ ਮੇਲਾ ਹੁੰਦਾ ਉੱਥੇ ਜਾਂਦੇ ਨੇ। ਰੰਗਮੰਚ ਦੇ ਇੰਨੇ ਫੈਸਟੀਵਲ ਹੁੰਦੇ ਆ, ਪੰਜਾਬ ਸੰਗੀਤ ਨਾਟਕ ਅਕੈਡਮੀ ਕੇਵਲ ਧਾਲੀਵਾਲ ਜਿਹਦੇ ਪ੍ਰੈਜ਼ੀਡੈਂਟ ਨੇ, ਉਹ ਘੱਟੋ ਘੱਟ ਵੀ ਉਹਨਾਂ ਨੇ 15-20 ਸਾਲ ਦੇ ਵਿੱਚ ਥੀਏਟਰ ਫੈਸਟੀਵਲ ਕੀਤੇ ਅਲੱਗ ਅਲੱਗ ਜਗ੍ਹਾ 'ਤੇ। ਅਸੀਂ ਵੀ ਗਏ ਹਾਂ, ਹੋਰ ਟੀਮਾਂ ਵੀ ਗਈਆਂ, ਜਿੱਥੇ ਵੀ ਜਾਂਦੇ ਹਾਂ, ਬਠਿੰਡਾ ਗਏ ਹਾਂ, ਫਰੀਦਕੋਟ ਗਏ, ਹੋਰ ਜਗ੍ਹਾ 'ਤੇ ਗਏ, ਲੋਕ ਭਰਮਾਂ ਮਤਲਬ ਇਕੱਠ ਕਰਦੇ ਆ। ਰੰਗਮੰਚ ਤੋਂ ਕੋਈ ਦੂਰ ਨਹੀਂ ਗਿਆ, ਪਰ ਜਿਹੜੀ ਗੱਲ ਹੈ ਕਿ ਰੰਗਮੰਚ ਤੁਹਾਨੂੰ ਇੱਕਦਮ ਅਮੀਰ ਕਰ ਦੇਗਾ ਜਾਂ ਰੰਗਮੰਚ ਤੁਹਾਨੂੰ ਪੈਸਾ ਪੈਸਾ ਕਰ ਦੇਗਾ, ਉਹ ਨਹੀਂ ਹੈ। ਰੰਗਮੰਚ ਦਾ ਪ੍ਰੋਸੈਸ ਕੁਝ ਹੋਰ ਹੈ। ਰੰਗਮੰਚ ਇੱਕ ਬਹੁਤ ਜਿੱਦਾਂ ਹੁੰਦਾ ਨਾ ਕਿ ਸਲੋ ਪ੍ਰੋਸੈਸ ਹੈ, ਜਿੱਦਾਂ ਹੌਲੀ 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 ਹੌਲੀ। ਜੇ ਮੈਂ ਅੱਜ ਰੰਗਮੰਚ ਐਂਟਰ ਕੀਤਾ, ਮੈਂ ਅੱਜ ਹੀ ਕਹਿੰਦਾ ਕਿ ਬਹੁਤ ਸਾਰਾ ਪੈਸਾ ਮੈਨੂੰ ਮਿਲਣਾ ਸ਼ੁਰੂ ਹੋ ਜਾਵੇ, ਨਹੀਂ ਮਿਲੇਗਾ। ਪਰ ਹੌਲੀ ਹੌਲੀ ਤੁਹਾਡੀਆਂ ਲੋੜਾਂ ਪੂਰੀਆਂ ਹੋਣਗੀਆਂ, ਪਰ ਤੁਹਾਨੂੰ ਆਪਣੇ ਆਪ 'ਤੇ ਦ੍ਰਿੜ ਰਹਿਣਾ ਪਊਗਾ। ਮੈਂ ਜਦੋਂ ਪਹਿਲਾਂ ਨਾਟਕ ਕੀਤਾ 50 ਰੁਪਏ ਮਿਲਦੇ ਹੁੰਦੇ ਸੀ ਭਾਅ ਜੀ ਤੋਂ, ਹੈ ਨਾ, ਫਿਰ 50 ਤੋਂ 75 ਹੋਏ, ਫਿਰ 100, 150, ਫਿਰ 200, ਇੱਦਾਂ ਕੁਛ ਕਰਕੇ, ਹੈ ਨਾ। ਅਤੇ ਅੱਜ ਹਾਲਾਤ ਇਹੋ ਜਿਹੇ ਵੀ ਹੈਗੇ ਕਿ ਮੈਂ ਕਿਤੇ ਕਿਸੇ ਡਾਇਰੈਕਟਰ ਨਾਲ ਐਕਟ ਕਰਦਾ ਤਾਂ ਮੈਂ 5-10 ਹਜ਼ਾਰ ਰੁਪਇਆ ਵੀ ਇੱਕ ਸ਼ੋਅ ਦਾ ਲੈਂਦਾ, ਜਾਂ ਮੈਂ ਐਜ਼ ਡਾਇਰੈਕਟਰ ਕਿਤੇ ਮਤਲਬ ਵੱਧ ਫੀਸ ਵੀ ਲੈਂਦੇ, ਕਿਤੇ ਘੱਟ ਵੀ ਲੈਂਦੇ ਹਾਂ, ਉਹ ਇੰਪੋਰਟੈਂਟ ਨਹੀਂ ਹੈ, ਹੈ ਨਾ। ਅੱਜ ਮਤਲਬ ਘਰਾਂ 'ਚ ਵੀ ਬੈਠੇ ਹਾਂ, ਬੱਚੇ ਵੀ ਪੜ੍ਹ ਰਹੇ ਨੇ, ਬੱਚੇ ਅੱਛੀ ਐਜੂਕੇਸ਼ਨ ਵੀ ਲੈ ਰਹੇ ਨੇ, ਅਸੀਂ ਵੀ ਚੰਗਾ ਖਾਂਦੇ ਹਾਂ, ਚੰਗਾ ਕੱਪੜੇ ਪਾਉਂਦੇ ਹਾਂ, ਸਾਰਾ ਕੁਝ ਹੈਗਾ, ਰੰਗਮੰਚ 'ਚੋਂ ਹੀ ਹਾਸਲ ਕੀਤਾ ਨਾ, ਕਿਤੋਂ ਹੋਰ ਤੋਂ ਨਹੀਂ ਹਾਸਲ ਕੀਤਾ। ਬਟ ਤੁਹਾਨੂੰ ਥੋੜ੍ਹਾ ਜਿਹਾ ਸਬਰ ਰੱਖਣਾ ਪਊਗਾ, ਇਕੱਲਾ ਰੰਗਮੰਚ ਵਿੱਚ ਨਹੀਂ, ਹਰ ਇੱਕ ਆਰਟ ਦੇ ਵਿੱਚ। ਜੇ ਅੱਜ ਸਾਡਾ ਕੋਈ ਸਾਹਿਤਕਾਰ ਬਹੁਤ ਵੱਡਾ ਹੈ, ਉਹਦਾ ਜਿਹੜਾ ਕੱਦ ਬੁੱਤ ਹੈ ਬਹੁਤ ਉੱਚਾ ਹੋਇਆ ਹੋਇਆ, ਕਿ ਲੋਕ ਹਰ ਪਾਸੇ ਉਹਦੀ ਰਿਸਪੈਕਟ ਕਰ ਰਹੇ ਨੇ, ਜਾਂ ਹਰ ਤਰ੍ਹਾਂ ਦੇ ਅਵਾਰਡ ਉਹਨਾਂ ਦੀ ਝੋਲੀ ਵਿੱਚ ਪੈ ਰਹੇ ਨੇ, ਤਾਂ ਆਪਾਂ ਇਹ ਨਾ ਸਮਝੀਏ ਕਿ ਉੱਦਾਂ ਹੀ ਪੈ ਰਹੇ ਨੇ। ਆਪਾਂ ਉਹ ਦੇਖੀਏ ਕਿ ਜਦੋਂ ਇਸ ਬੰਦੇ ਨੇ ਸ਼ੁਰੂ ਕੀਤਾ ਹੋਊਗਾ, ਉਦੋਂ ਇਸ ਬੰਦੇ ਦੇ ਹਾਲਾਤ ਕੀ ਹੋਣਗੇ। ਜੇ ਅਸੀਂ ਇਹ ਕਹਿੰਦੇ ਹਾਂ ਕਿ ਸਾਡਾ ਨਾਵਲਕਾਰ ਹੈ ਗੁਰਦਿਆਲ ਸਿੰਘ, ਜਿਹਨਾਂ ਦੀ ਹੁਣ ਨਹੀਂ ਹੈ ਸਾਡੇ ਕੋਲ, ਹੈ ਨਾ, ਜੇ ਆਪਾਂ ਕਹਿੰਦੇ ਕਿ ਹਿੰਦੁਸਤਾਨ ਦਾ ਕੋਈ ਐਸਾ ਅਵਾਰਡ ਨਹੀਂ ਹੈ ਜਿਹੜਾ ਗੁਰਦਿਆਲ ਸਿੰਘ ਨੂੰ ਨਾ ਮਿਲਿਆ ਹੋਵੇ, ਤਾਂ ਆਪਾਂ ਉਹ ਵੀ ਦੇਖੀਏ, ਉਹਨਾਂ ਦੀਆਂ ਸਵੈਜੀਵਨੀਆਂ ਪੜ੍ਹੇ ਜਿਹੜੀ ਉਹਨਾਂ ਨੇ ਲਿਖੀਆਂ ਹੋਈਆਂ, ਹੈ ਨਾ, ਵੀ ਉਹ ਜਦੋਂ ਸ਼ੁਰੂ ਹੋਏ ਸੀ ਉਹਨਾਂ ਦਾ ਸੰਘਰਸ਼ ਕਿਸ ਤਰ੍ਹਾਂ ਦਾ ਸੀ। ਸਾਨੂੰ ਇਹ ਚੀਜ਼ਾਂ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹਨਾਂ ਤੱਕ ਲੈ ਕੇ ਜਾਣੀਆਂ ਚਾਹੀਦੀਆਂ, ਤਾਂ ਕਿ ਉਹਨਾਂ ਨੂੰ ਇਹ ਪਤਾ ਹੋਵੇ ਕਿ ਇਹ ਜਿਹੜਾ ਸੋਨਾ ਹੈ ਨਾ, ਇਹ ਸੋਨਾ
ਜਾਂ ਇਹ ਜਿਹੜੇ ਇਹ ਕਿਸ ਕੁਠਾਲੀ 'ਚੋਂ ਨਿਕਲੇ ਸੀ, ਇਹ ਕਿੱਦਾਂ ਸੰਘਰਸ਼ ਕਰਕੇ ਇੱਥੇ ਤੱਕ ਪਹੁੰਚੇ ਸੀ, ਫਿਰ ਬਣੇ ਸੀ? ਫਿਰ ਕੋਈ ਨਿਰਾਸ਼ ਹੋਣ ਵਾਲੀ ਗੱਲ, ਨਿਰਾਸ਼ ਤਾਂ ਬਿਲਕੁਲ ਹੋਣਾ ਨਹੀਂ ਚਾਹੀਦਾ। ਰੰਗਮੰਚ ਇੱਕ ਸਟਰਗਲ ਹੈ, ਜ਼ਿੰਦਗੀ ਇੱਕ ਸਟਰਗਲ ਹੈ, ਜ਼ਿੰਦਗੀ ਵੀ ਸੰਘਰਸ਼ ਮੰਗਦੀ ਹੈ, ਰੰਗਮੰਚ ਵੀ ਸੰਘਰਸ਼ ਮੰਗਦਾ, ਕਿਉਂਕਿ ਰੰਗਮੰਚ ਜ਼ਿੰਦਗੀ ਹੈ ਅਤੇ ਜ਼ਿੰਦਗੀ ਰੰਗਮੰਚ ਹੈ। ਹਾਂਜੀ ਸਰ, ਬਹੁਤ ਸਾਰੇ ਲੋਕਾਂ ਨੂੰ ਇਹ ਵੀ ਲੱਗਦਾ ਹੈ ਕਿ ਥੀਏਟਰ ਆ ਜਿਹੜਾ ਉਹ ਉਸ ਤੋਂ ਬਾਅਦ ਫਿਲਮਾਂ 'ਚ ਜਾਣ ਦਾ ਇੱਕ ਸੌਖਾ ਜ਼ਰੀਆ, ਹੈ ਨਾ? ਪਰ ਜਦੋਂ ਆਪਾਂ ਉਦੋਂ ਵਾਲੇ ਦੌਰ ਦੀ ਗੱਲ ਕਰਦੇ ਹਾਂ ਜਦੋਂ ਫਿਲਮਾਂ 'ਚ ਕਾਸਟਿੰਗ ਹੁੰਦੀ ਆ, ਤਾਂ ਥੀਏਟਰ ਵਾਲਿਆਂ ਨੂੰ ਨਕਾਰ ਦਿੱਤਾ ਜਾਂਦਾ ਜ਼ਿਆਦਾਤਰ, ਕਿਉਂਕਿ ਕਿਹਾ ਜਾਂਦਾ ਕਿ ਬਹੁਤ ਲਾਊਡ ਐਕਟਿੰਗ ਹੁੰਦੀ ਆ ਜਾਂ ਟਿਪੀਕਲ ਹੁੰਦੇ ਨੇ ਇਹ, ਹੈ ਨਾ? ਤਾਂ ਉਹ ਚੀਜ਼ ਨਿਰਾਸ਼ਾ ਪੈਦਾ ਕਰਦੀ ਆ ਉਹਨਾਂ ਦੇ ਮਨ 'ਚ। ਫਿਲਮਾਂ ਵਾਲਿਆਂ ਦਾ ਰਵੱਈਆ ਥੀਏਟਰ ਪ੍ਰਤੀ ਐਵੇਂ ਦਾ ਕਿਉਂ ਹੈ? ਨਹੀਂ ਰੁਪਿੰਦਰ, ਦੋ ਦੋ ਤੁਹਾਡੀਆਂ ਦੋ ਗੱਲਾਂ ਨੇ, ਹੈ ਨਾ? ਦੋਨਾਂ ਦਾ ਮੈਂ ਜਵਾਬ ਦੇਣਾ ਚਾਹੂੰਗਾ। ਪਹਿਲੀ ਗੱਲ ਤਾਂ ਵੀ ਜੇ ਕੋਈ ਰੰਗਮੰਚ ਨੂੰ ਫਿਲਮਾਂ ਵਾਸਤੇ ਇੱਕ ਸਟੈਪ ਸਮਝਦਾ ਕਿ ਰੰਗਮੰਚ ਕਰਕੇ ਫਿਲਮਾਂ 'ਚ, ਮੈਂ ਨਹੀਂ ਇਹਦੇ 'ਚ ਕੋਈ ਬੁਰਾਈ ਨਹੀਂ ਸਮਝਦਾ, ਹੈ ਨਾ? ਇੱਕ ਮਾਂ ਬੱਚੇ ਨੂੰ ਪੈਦਾ ਕਰਦੀ ਹੈ ਅਤੇ ਬੱਚੇ ਨੂੰ ਪੈਦਾ ਕਰਨ ਤੋਂ ਬਾਅਦ ਉਹ ਵੱਡਾ ਕਰਦੀ, ਪਾਲਦੀ, ਪੋਸਦੀ ਹੈ। ਉਹ ਹਮੇਸ਼ਾ ਇਹ ਨਹੀਂ ਮਤਲਬ ਸੋਚ ਕੇ ਰੱਖਦੀ ਕਿ ਨਹੀਂ ਇਹ ਮੇਰੀ ਬੁੱਕਲ 'ਚ ਹੀ ਰਹੇ ਹਮੇਸ਼ਾ। ਉਸ ਸਮੇਂ 'ਤੇ ਸੋਚਦੀ ਹੈ ਕਿ ਇਹ ਤਰੱਕੀਆਂ ਕਰੇ, ਇਹ ਵਧੇ ਫੁੱਲੇ, ਮੇਰੇ ਤੋਂ ਦੂਰ ਵੀ ਚੱਲ ਜਾਵੇ ਪਰ ਇਹ ਤਰੱਕੀ ਕਰੇ, ਜਿੱਥੇ ਵੀ ਕਰੇ ਇਹ ਵੱਡਾ ਵੱਡੀਆਂ ਉਡਾਰੀਆਂ ਭਰੇ। ਸੋ ਇਸ ਕਰਕੇ ਰੰਗਮੰਚ ਦਾ ਵੀ ਕੋਈ ਐਕਟਰ ਅਗਰ ਉੱਥੋਂ ਉਡਾਰੀ ਭਰ ਕੇ ਫਿਲਮਾਂ ਦੇ ਵਿੱਚ ਜਾਂਦਾ, ਰੰਗਮੰਚ ਨੂੰ ਇਸ 'ਤੇ ਮਾਣ ਮਹਿਸੂਸ ਹੋਣਾ ਚਾਹੀਦਾ, ਕਦੇ ਤਕਲੀਫ ਨਹੀਂ ਹੋਣੀ ਚਾਹੀਦੀ ਵੀ ਯਾਰ ਇਹਨੇ ਰੰਗਮੰਚ ਨੂੰ ਵਰਤਿਆ। ਕੋਈ ਗੱਲ ਨਹੀਂ, ਵਰਤਿਆ ਤਾਂ ਅੱਛੇ ਲਈ ਵਰਤਿਆ ਨਾ। ਅਤੇ ਦੂਜੀ ਗੱਲ, ਰੰਗਮੰਚ ਦਾ ਜਿਹੜਾ ਐਕਟਰ ਹੈ, ਪਹਿਲੀ ਗੱਲ ਤਾਂ ਇਹ ਨਹੀਂ ਹੈ ਕਿ ਫਿਲਮਾਂ ਦੇ ਵਿੱਚ ਉਹ ਕਾਮਯਾਬ ਨਹੀਂ ਹੁੰਦਾ। ਸਾਡੇ ਕੋਲ ਬਹੁਤ ਵੱਡੀਆਂ ਵੱਡੀਆਂ ਐਗਜ਼ਾਮਪਲਾਂ ਨੇ, ਨਵਾਜ਼ੁਦੀਨ ਸਦੀਕੀ ਵਰਗੇ ਐਕਟਰ, ਜਿਹੜੇ ਇਰਫਾਨ ਵਰਗੇ ਐਕਟਰ ਨੇ, ਜਿਹੜੇ ਕਮਾਲ ਦੇ ਐਕਟਰ ਨੇ, ਜਾਂ ਨਸੀਰੁਦੀਨ ਸ਼ਾਹ ਵਰਗੇ ਪਹਿਲਾਂ ਰਹੇ, ਓਮਪੁਰੀ ਵਰਗੇ ਰਹੇ ਨੇ, ਜਾਂ ਪੰਕਜ ਕਪੂਰ ਵਰਗੇ ਆਰਟਿਸਟ ਰਹੇ ਨੇ, ਉਹ ਥੀਏਟਰ ਤੋਂ ਗਏ ਨੇ। ਜਿਹੜਾ ਲਾਊਡਨੈਸ ਹੁੰਦੀ ਨਾ, ਜਿਹੜੀ ਹੁੰਦੀ ਵੀ ਇਹ ਐਕਟਰ ਲਾਊਡ ਹੈ, ਉਹ ਲਾਊਡਨੈਸ ਤੁਹਾਡੇ ਅੰਦਰ ਹੁੰਦੀ ਕਿਤੇ। ਜਿਹੜਾ ਐਕਟਰ ਲਾਊਡ ਹੁੰਦਾ ਉਹ ਥੀਏਟਰ 'ਚ ਵੀ ਲਾਊਡ ਹੀ ਹੁੰਦਾ ਅਤੇ ਫਿਲਮ 'ਚ ਵੀ ਲਾਊਡ ਹੀ ਹੁੰਦਾ। ਜਿਹੜਾ ਐਕਟਿੰਗ 'ਚ ਨਿਕੰਮਾ ਹੁੰਦਾ ਉਹ ਦੋਨੋਂ ਜਗ੍ਹਾ ਨਿਕੰਮਾ ਹੀ ਹੁੰਦਾ। ਜਿਹਨੂੰ ਮਤਲਬ ਉਹਦੀ ਬਰੀਕੀ ਨਹੀਂ ਪਤਾ ਵੀ ਐਕਟਿੰਗ ਦੀ ਬਰੀਕੀ ਕੀ ਹੈਗੀ ਹੈ, ਉਹਨੂੰ ਜਿਹਨੂੰ ਨਹੀਂ ਪਤਾ ਨਾ, ਉਹ ਇੱਦਾਂ ਹੀ ਕਰੂਗਾ। ਹੁਣ ਅੱਜ ਮੈਂ ਤੁਹਾਡੇ ਨਾਲ ਖੜਾ ਗੱਲਾਂ ਕਰ ਰਿਹਾ, ਬੈਠਾ ਗੱਲਾਂ ਕਰ ਰਿਹਾ ਨਾ, ਮੈਨੂੰ ਪਤਾ ਕਿ ਮੇਰਾ ਮਾਈਕ ਇੱਥੇ ਲੱਗਾ ਹੋਇਆ, ਮੈਨੂੰ ਉੱਚ ਉੱਚ ਬੋਲਣ ਦੀ ਲੋੜ ਨਹੀਂ ਹੈ। ਮੈਂ ਸੁਭਾਵਕ ਜਿੱਦਾਂ ਘਰ 'ਚ ਬੈਠੇ ਗੱਲਾਂ ਕਰੀ ਤੁਹਾਡੇ ਨਾਲ ਗੱਲਾਂ ਕਰੀ ਜਾ ਰਿਹਾ, ਕਿਉਂਕਿ ਮੈਨੂੰ ਪਤਾ ਟੈਕਨੀਕ ਹੈਗੀ ਮੇਰੇ ਕੋਲ ਇੱਥੇ ਲੱਗਾ ਹੋਇਆ ਨਾ। ਲੇਕਿਨ ਜਿੱਥੇ ਮੈਂ ਖੜਾ ਮੈਨੂੰ ਪਤਾ ਹਜ਼ਾਰ ਬੰਦਾ ਮੇਰੇ ਸਾਹਮਣੇ ਬੈਠਾ, ਮਾਈਕ ਮੇਰੇ ਤੋਂ ਉਹ 10 ਫੁੱਟ ਦੂਰ ਪਿਆ ਜਾਂ ਪਤਾ ਨਹੀਂ ਕਿੱਦਾਂ ਦਾ ਹੈਗਾ ਮਾਈਕ, ਉੱਥੇ ਮੈਨੂੰ ਉੱਚਾ ਹੋਣਾ ਪਊਗਾ ਕਿਉਂਕਿ ਮੈਂ ਆਪਣੀ ਆਵਾਜ਼ ਲੋਕਾਂ ਤੱਕ ਪਹੁੰਚਾਉਣੀ ਆ। ਇਹ ਤਾਂ ਟੈਕਨੀਕ ਯੂਜ਼ ਕਰਨ ਦਾ ਤਰੀਕਾ ਕਲਾਕਾਰ ਨੂੰ ਹੋਣਾ ਚਾਹੀਦਾ। ਜੇ ਉਹਨੂੰ ਆਉਂਦਾ ਹੈ ਤਾਂ ਉਹ ਚਾਹੇ ਥੀਏਟਰ 'ਚ ਐਕਟਿੰਗ ਕਰ ਰਿਹਾ ਚਾਹੇ ਉਹ ਫਿਲਮ 'ਚ ਐਕਟਿੰਗ ਕਰ ਰਿਹਾ, ਵਧੀਆ ਐਕਟਰ ਵਧੀਆ ਐਕਟਿੰਗ ਹੀ ਕਰੂਗਾ, ਮਾੜਾ ਐਕਟਰ ਮਾੜੀ ਹੀ ਕਰੂਗਾ, ਉਹ ਚਾਹੇ ਥੀਏਟਰ ਚੱਲ ਜਾਵੇ ਚਾਹੇ ਫਿਲਮਾਂ 'ਚ ਚੱਲ ਜਾਵੇ। ਫਿਲਮਾਂ ਵਾਲੇ ਇਹ ਨਹੀਂ ਹੈ ਵੀ ਰੰਗਮੰਚ ਦੇ ਐਕਟਰਸ ਨੂੰ ਇਸ ਕਰਕੇ ਨਹੀਂ ਲੈਂਦੇ ਵੀ ਇਹਨਾਂ 'ਚ ਕੋਈ ਨੁਕਸ ਹੈ ਜਾਂ ਕੁਛ, ਨਹੀਂ, ਪ੍ਰੋਬਲਮ ਪੰਜਾਬੀ ਫਿਲਮਾਂ ਦੀ ਕਿਤੇ ਹੋਰ ਖੜੀ ਹੈ। ਰੰਗਮੰਚ ਦਾ ਐਕਟਰ ਹੈ ਜਿਹੜਾ ਉਹ ਐਕਟਿੰਗ ਕਰੂਗਾ ਖੁੱਬ ਕੇ, ਉਹਨੂੰ ਸਬਜੈਕਟ ਵੀ ਅੱਛਾ ਚਾਹੀਦਾ, ਉਹਨੂੰ ਕਰੈਕਟਰ ਵੀ ਅੱਛਾ ਚਾਹੀਦਾ, ਉਹ ਕਰੈਕਟਰ ਨੂੰ ਸਮਝ ਕੇ ਕਰੂਗਾ। ਸਾਡੇ ਹੋ ਰਿਹਾ ਉੱਪਰ ਉੱਪਰਲਾ ਜਿਹਾ ਕੰਮ, ਪੇਤਲਾ ਪੇਤਲਾ ਜਿਹਾ ਕਿਤੇ ਹੁੰਦਾ, ਉਹਦੇ ਲਈ ਉਹਨਾਂ ਨੂੰ ਲੋੜ ਨਹੀਂ ਰੰਗਮੰਚ ਦੇ ਐਕਟਰਸ ਦੀ ਲੋੜ ਨਹੀਂ। ਉਹਨਾਂ ਕੋਲ ਸਿੰਗਰਸ ਹੈਗੇ ਬਥੇਰੇ ਜਿਹੜੇ ਵਿਕਦੇ ਨੇ, ਉਹ ਸਿੰਗਰਸ ਨੂੰ ਫੜਦੇ ਨੇ, ਉੱਦਾਂ ਦਾ ਸਹਿੰਦਾ ਸਹਿੰਦਾ ਜਿਹਾ ਸਬਜੈਕਟ ਲੈਂਦੇ, ਹੱਸਣ ਖੇਡਣ ਵਾਲਾ ਮਾੜਾ ਮੋਟਾ ਕਿਤੇ ਇਮੋਸ਼ਨਸ ਪਾ ਤੇ, ਉਹ ਵੀ ਉਨੇ ਕੁ ਜਿੰਨੇ ਕੁ ਨਿਭਾ ਸਕੇ, ਹੈ ਨਾ? ਬਹੁਤੇ ਗਹਿਰੇ ਉਸ ਤੋਂ ਨਿਭਦੇ ਨਹੀਂ ਸਿੰਗਰ ਤੋਂ, ਕਿਉਂਕਿ ਐਕਟਰ ਨਹੀਂ ਹੁੰਦਾ, ਉਹਨੂੰ ਇਹ ਤਾਂ ਹੁੰਦਾ ਨਹੀਂ ਵੀ ਕਰੈਕਟਰ ਦੀਆਂ ਡਾਇਮੈਂਸ਼ਨਸ ਕਿੱਦਾਂ ਪੜ੍ਹਨੀਆਂ, ਉਹ ਤਾਂ ਉਹਨੂੰ ਸਮਝ ਨਹੀਂ ਹੁੰਦੀ। ਸੋ ਇਸ ਕਰਕੇ ਜਿਹੜਾ ਰੰਗਮੰਚ ਦਾ ਐਕਟਰ ਹੈ ਕਦੇ ਕਦੇ ਜਾਂਦਾ, ਪਰ ਤੁਸੀਂ ਦੇਖੋਗੇ ਜਿਸ ਵੀ ਫਿਲਮ 'ਚ ਰੰਗਮੰਚ ਦਾ ਐਕਟਰ ਜਾਂਦਾ ਨਾ, ਉਹ ਅਲੱਗ ਨਜ਼ਰ ਆਉਂਦਾ। ਮੈਂ ਡਾਕੂਆਂ ਦਾ ਮੁੰਡਾ ਫਿਲਮ ਦੇਖ ਰਿਹਾ ਸੀ, ਹਰਦੀਪ ਗਿੱਲ ਜਦੋਂ ਉਹਦੇ 'ਚ ਐਕਟ ਕਰ ਰਿਹਾ ਸੀ, ਜਿਹੜਾ ਫਾਦਰ ਬਣਿਆ ਹੋਇਆ ਸੀ ਉਹਦਾ, ਹੈ ਨਾ, ਐਕਟਰ ਦਾ ਮੇਨ ਦਾ, ਪਤਾ ਲੱਗਦਾ ਸੀ ਕਿ ਰੰਗਮੰਚ ਦੀ ਦੀ ਮਤਲਬ ਕਿ ਉਹਦੇ 'ਚੋਂ ਸਾਰੀ ਜਿਹੜੀ ਜਿਹੜੀ ਟ੍ਰੇਨਿੰਗ ਹੈ ਜਾਂ ਜਿਹੜੀ ਰੰਗਮੰਚ ਦੀ ਆਪਾਂ ਕਹਿੰਦੇ ਹਾਂ ਗ੍ਰਾਇੰਡਿੰਗ ਹੈ, ਇਹ ਪਤਾ ਲੱਗਦਾ ਸੀ ਐਕਟਰ ਉੱਥੋਂ ਨਿਕਲ ਕੇ ਆਇਆ। ਇਸ ਕਰਕੇ ਇਸ ਤਰ੍ਹਾਂ ਦੀ ਐਕਟਿੰਗ ਕਰ ਰਿਹਾ ਜਿਹੜੀ ਕਿ ਸੁਭਾਵਕ ਵੀ ਹੈ, ਦਮਦਾਰ ਵੀ ਹੈ, ਮੈਨਰਿਜ਼ਮ ਵੀ ਫੜ ਰਿਹਾ ਕੈਰੈਕਟਰ ਦਾ, ਉਹਨੂੰ ਇਹ ਵੀ ਪਤਾ ਕਿ ਜਿਹੜਾ ਇੱਕ ਨਸ਼ੇ ਨਾਲ ਪੀੜਿਤ ਕੈਰੈਕਟਰ ਹੈ ਉਹਦੀਆਂ ਉਂਗਲਾਂ ਕਿੱਦਾਂ ਹਿਲਣੀਆਂ ਚਾਹੀਦੀਆਂ, ਉਹਦੇ ਸਿਰ ਦੀ ਕੀ ਅਵਸਥਾ ਹੋਣੀ ਚਾਹੀਦੀ ਹੈ, ਉਹ ਪਰਨੇ ਨੂੰ ਜਿੱਦਾਂ ਯੂਜ਼ ਕਰਦਾ ਸੀ, ਆਪਣੀ ਪੱਗ ਦੇ ਲੜਨ ਨੂੰ ਜਿੱਦਾਂ ਯੂਜ਼ ਕਰਦਾ ਸੀ, ਜਿੱਦਾਂ ਦਾ ਉਹ ਬੋਡੀ ਲੈਂਗੁਏਜ ਦੇ ਰਹੀ ਸੀ, ਕਮਾਲ ਸੀ, ਹੈ ਨਾ? ਥੀਏਟਰ ਦਾ ਐਕਟਰ ਜਦੋਂ ਕਰਦਾ ਤਾਂ ਕਰਦਾ, ਸਰਦਾਰ ਸੋਹੀ ਨੂੰ ਬਹੁਤ ਸਾਰੀ ਫਿਲਮਾਂ 'ਚ ਅਸੀਂ ਐਕਟ ਕਰਦੇ ਦੇਖਦੇ ਹਾਂ ਜਿੱਥੇ ਉਹ ਆਪਣੇ ਥੀਏਟਰ ਨੂੰ ਯੂਜ਼ ਕਰਦਾ, ਜਿੱਥੋਂ ਲਾਊਡ ਨਹੀਂ ਹੁੰਦਾ ਉੱਥੇ ਸਾਨੂੰ ਪਤਾ ਲੱਗਦਾ ਵੀ ਇੱਕ ਥੀਏਟਰ ਦਾ ਐਕਟਰ ਜਿਹੜਾ ਕਰ ਰਿਹਾ। ਜਦੋਂ ਚੰਨ ਪ੍ਰਦੇਸੀ ਵਰਗੀ ਫਿਲਮ ਬਣਦੀ ਹੈ ਉਹਦੇ 'ਚ ਰਾਜ ਬੱਬਰ, ਉਹਦੇ 'ਚ ਕੁਲਭੂਸ਼ਣ ਖਰਬੰਦਾ, ਉਹਦੇ 'ਚ ਰਮਾ ਵਿਜ, ਉਹਦੇ 'ਚ ਓਮਪੁਰੀ ਅਤੇ ਹੋਰ ਵੀ ਕਿੰਨੇ ਐਕਟਰ, ਉਹ ਸਾਰੇ ਸੁਨੀਤਾ ਧੀਰ, ਇਹ ਸਾਰੇ ਥੀਏਟਰ ਦੇ ਐਕਟਰ ਸੀ। ਅਤੇ ਉੱਦਾਂ ਦੀ ਐਕਟਿੰਗ ਤਾਂ ਅੱਜ ਕੱਲ੍ਹ ਫਿਲਮਾਂ ਵਾਲੇ ਕਰ ਹੀ ਨਹੀਂ ਰਹੇ, ਪੰਜਾਬੀ ਫਿਲਮਾਂ ਵਾਲੇ, ਕਮਾਲ ਦੀ ਐਕਟਿੰਗ ਤਾਂ ਉਹ ਸੀ। ਸੋ ਇਸ ਕਰਕੇ ਇਹ ਉਲਟ ਹੈ ਜਿਹੜਾ ਤੁਸੀਂ ਸਵਾਲ ਕਰ ਰਹੇ ਹੋ ਨਾ, ਜਵਾਬ ਇਸਦੇ ਬਿਲਕੁਲ ਉਲਟ ਹੈ ਕਿ ਅਸੀਂ ਫਿਲਮਾਂ ਉਹੋ ਜਿਹੀਆਂ ਨਹੀਂ ਬਣਾ ਰਹੇ ਜਿਹਨਾਂ ਵਾਸਤੇ
ਕਿ ਉਹ ਕਲਾਕਾਰ ਜਦੋਂ ਸ਼ੋਹਰਤ 'ਤੇ ਹੁੰਦੇ ਆ ਤਾਂ ਉਹਨਾਂ ਕੋਲ ਪੈਸਾ ਵੀ ਹੁੰਦਾ ਅਤੇ ਉਹਨਾਂ ਨੂੰ ਚਾਹੁਣ ਵਾਲੇ ਵੀ ਬਹੁਤ ਸਾਰੇ ਲੋਕ ਹੁੰਦੇ ਆ, ਪਰ ਜਿਵੇਂ ਜਿਵੇਂ ਉਹਨਾਂ ਦਾ ਜਿਹੜਾ ਇੱਕ ਚਾਮ ਹੈ ਲੋਕਾਂ ਦੇ ਵਿੱਚੋਂ ਘੱਟਦਾ ਜਾਂਦਾ ਤਾਂ ਉਹਨਾਂ ਦੀ ਹਾਲਤ ਸਤੀਸ਼ ਕੌਲ ਹੋਣਾ ਵਰਗੀ ਵੀ ਹੋ ਜਾਂਦੀ ਹੈ, ਵਿਨੋਦ ਸਹਿਗਲ ਹੋਣਾ ਵਰਗੀ ਵੀ ਹੋ ਜਾਂਦੀ ਆ। ਉੱਥੇ ਫਿਰ ਕੋਈ ਸੰਸਥਾ ਨਹੀਂ ਬਣਦੀ ਜਿਹੜੀ ਅੱਗੇ ਆਵੇ ਅਤੇ ਉਹਨਾਂ ਦੀ ਹੱਥ ਬਾਂਹ ਫੜੇ, ਉਸ ਹਾਲਤ ਦੇ ਵਿੱਚ ਉਹਨਾਂ ਦਾ ਸਹਾਰਾ ਬਣੇ। ਤੁਸੀਂ ਇਹੋ ਜਿਹੀਆਂ ਸੰਸਥਾਵਾਂ ਦੀ ਲੋੜ ਸਮਝਦੇ ਹੋ ਇਹਨਾਂ ਦੋਨਾਂ ਖੇਤਰਾਂ ਦੇ ਵਿੱਚ, ਜਿਹੜੀ ਕਲਾਕਾਰਾਂ ਨੂੰ ਉਸ ਦੌਰ ਦੇ ਵਿੱਚ ਸਪੋਰਟ ਕਰੇ ਜਦੋਂ ਉਹਨਾਂ ਨੂੰ ਸੱਚ ਵਿੱਚ ਜ਼ਰੂਰਤ ਹੈ? ਹੋਣੀਆਂ ਚਾਹੀਦੀਆਂ। ਇਸ ਤਰ੍ਹਾਂ ਦੀ ਇੱਕ ਸੰਸਥਾ ਬਣੀ ਵੀ ਹੈ, ਨੌਰਜ਼ੋਨ ਫਿਲਮ ਐਂਡ ਟੀਵੀ ਐਸੋਸੀਏਸ਼ਨ, ਕੁਛ ਇਸ ਤਰ੍ਹਾਂ ਦੀ ਸੰਸਥਾ ਹੈ ਜਿਹਦੇ ਗੁਰਪ੍ਰੀਤ ਘੁੱਗੀ ਹੁਣ ਪ੍ਰੈਜ਼ੀਡੈਂਟ ਹੈ ਨਾ ਉਸ ਸੰਸਥਾ ਦੇ, ਹੈ ਨਾ। ਉਹ ਸੰਸਥਾ ਬਣੀ ਵੀ ਹੈ ਔਰ ਉਹਨਾਂ ਨੇ ਇਹੋ ਜਿਹਾ ਦਾਅਵਾ ਵੀ ਕੀਤਾ, ਵਾਅਦਾ ਕੀਤਾ ਕਿ ਅਸੀਂ ਜਿੱਥੇ ਵੀ ਕਿਤੇ ਕੋਈ ਆਰਟਿਸਟਾਂ ਦੇ ਵਾਸਤੇ ਇੱਕ ਫੰਡ ਕ੍ਰੀਏਟ ਕਰਾਂਗੇ, ਜਿੱਥੇ ਕੋਈ ਆਰਟਿਸਟ ਪਿਛਲੀ ਉਮਰ ਵਿੱਚ ਜਾ ਕੇ ਜਾਂ ਉਹਨੂੰ ਕੋਈ ਵੱਡੀ ਬਿਮਾਰੀ ਲੱਗ ਜਾਂਦੀ ਹੈ ਜਾਂ ਉਹ ਐਕਟਿਵ ਨਹੀਂ ਰਹਿ ਪਾਉਂਦਾ ਜਾਂ ਉਹਨੂੰ ਕੋਈ ਹੋਰ ਤਕਲੀਫ ਹੁੰਦੀ ਹੈ, ਤਾਂ ਅਸੀਂ ਉਹਨੂੰ ਹੈਲਪ ਕਰੀਏ। ਇਹ ਹੋਣਾ ਚਾਹੀਦਾ ਕਿਉਂਕਿ ਹਰ ਇੱਕ ਭਾਈਚਾਰਾ ਇੱਦਾਂ ਹੀ ਕਰਦਾ ਅਤੇ ਸਾਡਾ ਵੀ ਇੱਕ ਭਾਈਚਾਰਾ ਇਹ ਵੀ ਪਰਿਵਾਰ ਹੈ, ਇੱਕ ਇਹਦੇ ਵਿੱਚ ਇੱਕ ਦੂਜੇ ਦੇ ਨਾਲ ਖੜ੍ਹਨਾ ਚਾਹੀਦਾ। ਬਾਕੀ ਇਹ ਹੁੰਦਾ ਕਿ ਆਰਟਿਸਟ ਆਰਟਿਸਟ 'ਤੇ ਡਿਪੈਂਡ ਕਰਦਾ ਕਿ ਨਿਰਾਸ਼ਾ ਕਿਹੜਾ ਆਰਟਿਸਟ ਛੇਤੀ ਆਪਣੇ ਅੰਦਰ ਕਰੀਪ ਹੋਣ ਦਿੰਦਾ, ਕਿਹੜਾ ਆਰਟਿਸਟ ਹੈਗਾ ਜਿਹੜਾ ਨਿਰਾਸ਼ਾ ਨਹੀਂ ਹੋਣ ਦਿੰਦਾ। ਜੇ ਮੈਂ ਆਪਣੀ ਗੱਲ ਕਰਾਂ, ਕਿਉਂਕਿ ਮੈਂ ਮਤਲਬ ਉਸ ਉਸਤਾਦ ਦਾ ਸ਼ਾਗਿਰਦ ਹੈ ਕਿ ਜਿਹਨੂੰ ਡੈਥ ਬੈੱਡ 'ਤੇ ਪਿਆ ਵੀ ਅਸੀਂ ਨਿਰਾਸ਼ ਹੁੰਦਿਆਂ ਨਹੀਂ ਕਦੇ ਦੇਖਿਆ। ਮਤਲਬ ਗੁਰਸ਼ਰਨ ਭਾਈ ਦੀ ਜਦੋਂ ਡੈਥ ਹੋਈ, ਉਸ ਤੋਂ 10 ਦਿਨ ਪਹਿਲਾਂ ਮੈਂ ਮਿਲਣ ਗਿਆ ਭਾਅ ਜੀ ਨੂੰ, ਅਤੇ ਉਹ ਕੋਈ ਢੈਂਦੀ ਗੱਲਾਂ ਦੀ ਗੱਲ ਨਹੀਂ ਸੀ ਕਰਦੇ ਇੱਦਾਂ ਦੀ ਜਿੱਦਾਂ ਇੱਕ ਮਰੀਜ਼ ਕਰਦਾ ਹੁੰਦਾ। ਮਰੀਜ਼ਾਂ ਵਰਗੀ ਕੋਈ ਗੱਲ ਹੀ ਨਹੀਂ ਕੀਤੀ ਉਹਨਾਂ ਨੇ ਜਾਂਦਿਆਂ ਸਾਰੀ, ਫਲਾਣਾ ਨਾਟਕ ਕਿੱਥੇ ਹੋ ਰਿਹਾ, ਪਿੰਡਾਂ 'ਚ ਜਾਓ, ਨਾਟਕ ਕਰੋ, ਹੋਰ ਦੇਖੋ, ਹੋਰ ਸੰਸਥਾਵਾਂ ਜੋੜੋ, ਲੋੜ ਹੈ ਲੋਕਾਂ ਨੂੰ, ਇੱਦਾਂ ਦੀਆਂ ਗੱਲਾਂ ਕਰ ਰਹੇ ਸੀ ਸਾਰੀਆਂ। 10 ਦਿਨਾਂ ਬਾਅਦ ਪਤਾ ਲੱਗਾ ਕਿ ਉਹ ਚਲੇ ਗਏ। ਐਂਡ ਉਹਨਾਂ ਦੀਆਂ ਧੀਆਂ ਦੱਸਦੀਆਂ ਕਿ ਜਦੋਂ ਬਿਲਕੁਲ ਆਖਰੀ ਸਾਹ ਲੈ ਰਹੇ ਸੀ ਉਦੋਂ ਵੀ ਉਹ ਨਿਰਾਸ਼ਾ 'ਚ ਨਹੀਂ ਸੀਗੇ, ਉਹ ਆਪਣੀ ਬੇਟੀਆਂ ਨੂੰ ਕਹਿ ਰਹੇ ਸੀ ਮੇਰੇ ਸਾਹਮਣੇ ਖੜੀਆਂ ਹੋਵੋ ਦੋਨੋਂ ਅਤੇ ਉਹ ਗੀਤ ਗਾਓ, ਦਿੱਲੀ ਦੀ ਹਕੂਮਤ ਨਹੀਂ ਲੋਕਾਂ ਦੀ ਵੈਰ ਨੇ, ਲੋਕ ਹੜ ਲੈ ਜੂਗਾ ਹੜਾ, ਤੁਸੀਂ ਗਾਓ ਮੇਰੇ ਸਾਹਮਣੇ। ਦਿਸ ਇਜ਼ ਦਾ ਸਪਿਰਿਟ, ਲਾਈਫ ਦੀ ਸਪਿਰਿਟ ਇਹ ਹੈ, ਹੈ ਨਾ, ਕਿ ਅਸੀਂ ਜ਼ਿੰਦਗੀ ਦੇ ਕਿਸੇ ਵੀ ਪੜਾਅ ਦੇ ਉੱਤੇ ਹੈਗੇ ਹਾਂ, ਜ਼ਿੰਦਗੀ ਨੂੰ ਜ਼ਿੰਦਾਬਾਦ ਰੱਖੀਏ, ਜ਼ਿੰਦਗੀ ਨੂੰ ਬੋਝ ਨਾ ਬਣਨ ਦਈਏ। ਜ਼ਿੰਦਗੀ 'ਚ ਦੁੱਖ ਸੁੱਖ ਆਉਣਗੇ, ਤਕਲੀਫਾਂ ਆਉਣਗੀਆਂ, ਕਈ ਵਾਰੀ ਤੁਹਾਨੂੰ ਨਿਰਾਸ਼ਾ ਵੀ ਆਏਗੀ, ਕਈ ਵਾਰ ਤੁਹਾਨੂੰ ਲੱਗੇਗਾ ਕਿਹੋ ਜਿਹਾ ਦੌਰ ਚੱਲ ਰਿਹਾ, ਤੁਸੀਂ ਤਕਲੀਫ 'ਚ ਵੀ ਜਾਓਗੇ, ਤੁਸੀਂ ਇਨਸਾਨ ਹੋ ਕਹੋਗੇ, ਉਸ ਤੋਂ ਪਾਰ ਕਿਵੇਂ ਜਾਣਾ? ਆਰਟ ਨੇ ਲੈ ਕੇ ਜਾਣਾ ਤੁਹਾਨੂੰ। ਸੋ ਜੇ ਮੈਂ ਆਰਟ ਤੋਂ ਦੂਰ ਨਹੀਂ ਜਾਊਂਗਾ ਫਿਰ ਮੈਂ ਨਿਰਾਸ਼ ਨਹੀਂ ਹੋਊਂਗਾ, ਜੇ ਮੈਂ ਆਰਟ ਤੋਂ ਦੂਰ ਚਲਾ ਜਾਊਂਗਾ ਫਿਰ ਹੈ। ਆਰਟ ਬਹੁਤ ਵੱਡੀ ਸਟਰੈਂਥ ਹੈ, ਤੁਹਾਨੂੰ ਵੱਡੀ ਤੋਂ ਵੱਡੀ ਮੁਸੀਬਤ 'ਚੋਂ ਬਾਹਰ ਕੱਢਣ ਦਾ ਦਮ ਰੱਖਦਾ ਹੈ ਆਰਟ। ਤੁਸੀਂ ਬਹੁਤ ਤਕਲੀਫ 'ਚ ਹੋਵੋ, ਤੁਹਾਡਾ ਸਿਰ ਪੱਟ ਰਿਹਾ ਹੋਵੇ, ਤੁਹਾਡਾ ਬਲੱਡ ਪ੍ਰੈਸ਼ਰ ਹਾਈ ਹੋਇਆ ਹੋਵੇ, ਤੁਹਾਨੂੰ ਸਮਝ ਨਾ ਆ ਰਹੀ ਹੋਵੇ ਕਿ ਆਹ ਕੀ ਹੋ ਗਿਆ ਯਾਰ ਮੇਰੇ ਨਾਲ, ਇੱਦਾਂ ਕਿੱਦਾਂ ਹੋ ਗਿਆ, ਮੈਂ ਇੱਦਾਂ ਕਿਤੇ ਫਸ ਗਿਆ ਇਸ ਸਥਿਤੀ 'ਚ, ਤੁਸੀਂ ਆਰਟ ਦੇ ਲੜ ਲੱਗ ਜਾਓ। ਆਰਟ ਤੁਹਾਨੂੰ ਆਪਣੇ ਆਪ ਗਲਵੱਕੜੀ 'ਚ ਲੈ ਲਏਗਾ, ਤੁਹਾਨੂੰ ਆਪਣੇ ਆਪ ਠੀਕ ਕਰ ਦੇਗਾ, ਸੂਦ ਵੀ ਕਰ ਦੇਗਾ, ਸੂਦਿੰਗ ਵੀ ਤੁਹਾਡੀ ਹੋ ਜਾਏਗੀ, ਤੁਹਾਨੂੰ ਦੁਲਾਰੇਗਾ ਵੀ, ਤੁਹਾਨੂੰ ਪਿਆਰ ਵੀ ਕਰੇਗਾ, ਤੁਹਾਨੂੰ ਉਭਾਰੇਗਾ ਵੀ, ਤੁਹਾਨੂੰ ਮੋਟੀਵੇਟ ਵੀ ਕਰੇਗਾ, ਤੁਹਾਨੂੰ ਹੌਸਲਾ ਵੀ ਦੇਗਾ। ਆਰਟ ਆਰਟ ਸਭ ਤੋਂ ਵੱਡਾ ਤੁਹਾਡਾ ਦੋਸਤ ਹੈ, ਪਰ ਆਰਟ ਨੂੰ ਦੋਸਤ ਬਣਾ ਕੇ ਰੱਖਣਾ ਚਾਹੀਦਾ। ਬਿਲਕੁਲ ਸਰ, ਤੁਹਾਡੀ ਇਸੇ ਬੁਲੰਦ ਆਵਾਜ਼ ਅਤੇ ਬੇਬਾਕੀ ਦੇ ਹੈ ਨਾ ਲੋਕ ਕਾਇਲ ਨੇ। ਅਸੀਂ ਹਮੇਸ਼ਾ ਚਾਹਾਂਗੇ ਕਿ ਤੁਹਾਡੀਆਂ ਜਿਹੜੇ ਤੁਹਾਡੇ ਨਾਟਕ ਨੇ, ਤੁਹਾਡੀਆਂ ਲਿਖਤਾਂ ਨੇ ਜਿਹੜੀਆਂ, ਲੋਕਾਂ ਦੇ ਉਸ ਬੰਦ ਦਿਮਾਗ ਦੇ ਕੋਨਿਆਂ ਨੂੰ ਵੀ ਖੋਲ੍ਹ ਦੇਣ, ਹੈ ਨਾ, ਜਿਹਦੀ ਉਮੀਦ ਲੈ ਕੇ ਤੁਸੀਂ ਇਸ ਖੇਤਰ ਦੇ ਵਿੱਚ ਆਏ ਸੀ। ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸ਼ੁਕਰੀਆ।